ਹਾਂਜੀ ਆ ਬਦਰਾ ਤੇ ਭੈਣੀ ਬਾਗਾ ਦਾ ਜਿਹੜਾ ਮੈਚ ਹੋ ਰਿਹਾ ਜਿਹੜੀ ਇਹਦੇ ਵਿੱਚੋਂ ਜੇਤੂਗਾ ਉਹਨਾਂ ਨੂੰ ਸਾਡਾ ਛੋਟਾ ਵੀਰ ਰਾਣਾ ਢਾਲੀਵਾਲ ਵੱਲੋਂ 500 ਰੁਪਏ ਬਾਕੀ ਕਹਿੰਦੇ ਵੀ ਰਾਣਾ ਢਾਲੀਵਾਲ ਕੱਲ ਵੀ ਵੱਡੇ ਮਾਨ ਸਨਮਾਨ ਕੀਤੇ ਇਸ ਨੌਜਵਾਨ ਨੇ ਮੇਰੀ ਵੀਰੋ ਖਿਡਾਰੀਆਂ ਦੀ ਲਾਓ ਨਿੱਕੇ ਦੀ ਪੈਂਦੀ ਹੋ ਕਬੱਡੀ ਤੇ ਔਰ ਕਰਦਾ ਹੋਇਆ ਅਮਨ ਮੇਰੀ ਵੀਰੋ ਟਰਾਈ ਪਰ ਬੈਂਡ ਜਿਹੜਾ ਰੇਡਰ ਦੇ ਹਿੱਸੇ ਆ ਪਰ ਕੇ ਟਿਲਮਾ ਵਾਲਾ ਫੈਸਲੇ ਕਰ ਗਏ ਬੈਂਡ ਜਿਹੜਾ ਰੇਡਰ ਦੇ ਹਿੱਸੇ ਆ 75 ਕਿਲੋ ਵਰਗ ਟੀਮ ਭਾਈ ਜਿਹੜੀ ਫਾਸਟ ਆਊਗੀ ਇਹਦੇ ਵਿੱਚੋਂ ਪੰਜਾਬੀ ਸਪੋਰਟਸ ਕਲੱਬ ਅਡਵੈਂਟਰ ਵੱਲੋਂ 1000 ਰੁਪਇਆ ਦਿੱਤਾ ਜਾਵੇਗਾ ਇਹ ਖਿਡਾਰੀ ਵੀ ਸੁਣ ਲੈਣ ਕਿਉਂਕਿ ਸਾਡਾ ਵੀਰ ਛੋਟਾ ਰਾਣਾ ਢਾਲੀਵਾਲ ਜੋ ਕਿ ਕੈਨੇਡਾ ਤੋਂ ਪਹੁੰਚਿਆ ਗਾ ਅਲਵਾਟਾ ਪੰਜਾਬੀ ਸਪੋਰਟਸ ਕਲੱਬ ਅਡਵੈਂਟਰ ਤੋਂ ਜਿਹੜੀ ਇਹਨਾਂ ਟੀਮਾਂ ਚੋਂ ਫਸਟ ਆਊਗੀ 75 ਕਿਲੋ ਵਰਗ ਦੀ ਟੀਮ ਚੋਂ ਫਸਟ ਆਊਗੀ ਉਹਨੂੰ 1000 ਰੁਪਇਆ ਸਪੈਸ਼ਲ ਨਾਮ ਦਿੱਤਾ ਜਾਵੇਗਾ ਜਲਦੀ ਨਾਲ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ ਇੱਕ ਪਾਸੇ ਜੱਸੀ ਰੱਲੇ ਪਿੰਡ ਦਾ ਦੂਸਰੇ ਪਾਸੇ ਮੇਰੀ ਵੀਰੋ ਸੀਪਾ ਕਹਿੰਦੇ ਇਸ ਨੌਜਵਾਨ ਨੂੰ ਬਦਰੀਵਾਲ ਨੌਜਵਾਨ ਸਿਰੇ ਦਾ ਜਾਫੀ ਹੈ ਚੰਦਰੀਵਾਲ ਦਾ ਜਾਫਾ ਮੇਰੀ ਵੀਰੋ ਕਾਫੀ ਟੂਰਨਾਮੈਂਟ ਦਾ ਬੈਸਟ ਜਾਫੀ ਹੈ ਸੀਪਾ ਬਦਰੀਵਾਲ ਤੇ ਉਹ ਜੱਸੀ ਰੱਲੇ ਪਿੰਡ ਦਾ ਡੱਕਿਆ ਜਾ ਚੁੱਕੇ ਨੌਜਵਾਨ ਜੱਸੀ ਰੱਲੇ ਵਾਲਾ ਨੌਜਵਾਨ ਡੱਕਿਆ ਜਾ ਚੁੱਕੇ ਮੇਰੀ ਬੇਨਤੀ ਸਕਚੈਨ ਤੇ ਬੀਹਲੇ ਪਿੰਡ ਦੀਆਂ ਟੀਮਾਂ ਨੂੰ ਚੱਲਦੇ ਮੈਚ ਦੀ ਉਡੀਕ ਹੈ ਜੇਕਰ ਟੀਮਾਂ ਸਮੇਂ ਸਿਰ ਨਹੀਂ ਆਉਂਦੀਆਂ ਤੇ ਕੱਟੀਆਂ ਜਾਣੀਆਂ ਟੀਮਾਂ ਦਵਾਨੇ ਤੇ ਕੋੜ ਸੁਖੀ ਹੈ ਆ ਵੀ ਸੇਵਕ ਨੌਜਵਾਨ ਹੈ ਕਬੱਡੀ ਇੱਕ ਫਰਾਮਾ ਵਾਲਾ ਸੇਵਕ ਇੱਕ ਆਹ ਨੌਜਵਾਨ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਆਹ ਜਾਂਦਾ ਹੁੰਦਾ ਹੈ ਸੇਵਕ ਔਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲਿਸ਼ਕ ਦੇ ਪਿੰਡੇ ਪਹਿਣ ਬੱਟਾਂ ਵਿੱਚ ਘੁੱਗੀਆਂ ਇਹ ਸਾਨਾ ਵਾਲੇ ਪਿੰਡ ਵਿੱਚ ਤਾਕਤਾਂ ਨਹੀਂ ਗੁੱਝੀਆਂ ਸਾਨਾ ਵਾਲੇ ਪਿੰਡ ਵਿੱਚ ਤਾਕਤਾਂ ਨਹੀਂ ਗੁੱਝੀਆਂ ਸਾਨਾ ਵਾਲੇ ਪਿੰਡ ਜਿਹੜਾ ਅੱਜ ਪਹਿਲਾ ਨਾਮ ਦਿੱਤਾ ਜਾਣਾ ਅਕੈਡਮੀਆਂ ਨੂੰ ਉਹ ਰਾਣਾ ਢਾਲੀਵਾਲ ਸਰਪ੍ਰਸਤ ਅਲਵਾਟਾ ਪੰਜਾਬੀ ਸਪੋਰਟਸ ਕਲੱਬ ਐਡਵੈਂਚਰ ਵੱਲੋਂ ਦਿੱਤਾ ਜਾਣਾ ਜਿਸ ਦੇ ਪ੍ਰਧਾਨ ਬਲਦੇਵ ਸਿੰਘ ਗਿੱਲ ਹਾਂਸ ਕਲਾਂ ਮੀਤ ਪ੍ਰਧਾਨ ਰਾਜੂ ਹਾਂਸ ਚੇਅਰਮੈਨ ਪਾਲ ਬੋਪਾ ਜੀ ਮੀਤ ਚੇਅਰਮੈਨ ਲਖਵੀਰ ਸਿੰਘ ਔਜਲਾ ਸਹਿਯੋਗੀ ਬਿੱਟੂ ਅਠੂਰ ਢਾਲੀਵਾਲ ਜਿਹੜਾ ਪਹਿਲਾ ਇਨਾਮ ਹੈ 1,00,000 ਰੁਪਏ ਦਾ ਰਾਣੇ ਢਾਲੀਵਾਲ ਵੱਲੋਂ ਦਿੱਤਾ ਜਾਣਾ ਸਰਪ੍ਰਸਤ ਅਲਵਾਟਾ ਪੰਜਾਬੀ ਸਪੋਰਟਸ ਕਲੱਬ ਐਡਵੈਂਚਰ ਵੱਲੋਂ ਦਿੱਤਾ ਜਾਣਾ ਦੂਸਰਾ ਇਨਾਮ ਆ ਜੋ ਸੀਰਾ ਆਸਟ੍ਰੇਲੀਆ ਪੁੱਤਰ ਜਗਦੇਵ ਸਿੰਘ ਜੀ ਪ੍ਰਧਾਨ ਅਤੇ ਜੱਗੀ ਰੰਧਾਵਾ ਜੱਗੀ ਢਾਲੀਵਾਲ ਕੈਨੇਡੀਅਨ ਪੁੱਤਰ ਪਰਮਿੰਦਰ ਸਿੰਘ ਜੀ ਪਟਵਾਰੀ ਉਹਨਾਂ ਵੱਲੋਂ ਦੂਸਰਾ ਇਨਾਮ ਦਿੱਤਾ ਜਾਣਾ ਜੀ ਤੇ ਬਾਕੀ ਦਾਨੀ ਸੱਜਣਾ ਦੇ ਨਾਂ ਉਹ ਵੀ ਅਸੀਂ ਨਾਲ ਦੀ ਨਾਲ ਬੋਲਾਂਗੇ ਅਕਬਾਲ ਗਿੱਲ ਢੋਲਡਾ ਹਰਜੋਤ ਗਰੇਵਾਲ ਜੋਧਾ ਗੋਪੀ ਜੋਧਾ ਕਲਾਰ ਕਨੇਡਾ ਕੰਗਰਾਲੀ ਵਾਲੇ ਇਹਨਾਂ ਵੱਲੋਂ ਵੀ 25,000 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਆਈ ਆ ਬਹੁਤ ਬਹੁਤ ਧੰਨਵਾਦ ਜੀ ਅਕਬਾਲ ਸਿੰਘ ਜੀ ਮਾਨ ਉਹਨਾਂ ਵੱਲੋਂ 15,000 ਰੁਪਇਆ ਆਇਆ ਗਗਨਦੀਪ ਸਿੰਘ ਕਨੇਡਾ 10,000 ਰੁਪਇਆ ਆਇਆ ਉਹਨਾਂ ਵੱਲੋਂ ਰਾਣਾ ਢਾਲੀਵਾਲ ਕੈਨੇਡਾ 1,00,000 ਰੁਪਇਆ ਆਇਆ ਉਹਨਾਂ ਵੱਲੋਂ ਜਤਿੰਦਰ ਸਿੰਘ ਜੀ ਢਾਲੀਵਾਲ ਕੈਨੇਡਾ 10,000 ਰੁਪਇਆ ਪਰਮਜੀਤ ਸਿੰਘ ਜੀ ਕੈਨੇਡਾ 15,000 ਰੁਪਇਆ ਬਲਜੀਤ ਸਿੰਘ ਸਿੱਧੂ ਕੈਨੇਡੀਅਨ ਅਤੇ ਜਗਰਾਜ ਸਿੰਘ ਸਿੱਧੂ ਕੈਨੇਡੀਅਨ 25,000 ਰੁਪਇਆ ਕਮੇਟੀ ਮੈਂਬਰ ਸਵਰਗਵਾਸੀ ਰਣਜੀਤ ਸਿੰਘ ਸੈਕਟਰੀ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ T2 ਤੇ ਨੂਪੀ ਵੱਲੋਂ 21,000 ਰੁਪਇਆ ਤਰਸੇਮ ਸਿੰਘ ਜੀ ਰੰਧਾਵਾ 21,000 ਰੁਪਇਆ ਸੀਰਾ ਆਸਟ੍ਰੇਲੀਆ ਅਤੇ ਜੱਗੀ ਕੈਨੇਡਾ ਸੈਕਿੰਡ ਨਾਮ ਜਿਹੜਾ ਦਿੱਤਾ ਜਾਣਾ 75,000 ਰੁਪਇਆ ਜਗਵਿੰਦਰ ਸਿੰਘ ਜੱਗੀ ਰੰਧਾਵਾ ਇਹਨਾਂ ਵੱਲੋਂ 11,000 ਰੁਪਇਆ ਸਿਮਰਨਜੋਤ ਸਿੰਘ ਪੋਤਰਾ ਸ਼ਮਸ਼ੇਰ ਸਿੰਘ ਜੀ ਬੀਹਲਾ 11,000 ਰੁਪਇਆ ਕੁਲਵੀਰ ਸਿੰਘ ਬੱਬੂ ਸਿੱਧੂ ਇੰਗਲੈਂਡ ਵਾਲੇ ਉਹਨਾਂ ਵੱਲੋਂ 10,000 ਰੁਪਇਆ ਸ਼ਹੀਦ ਉਦੈ ਸਿੰਘ ਜੀ ਯਾਦ ਵਿੱਚ ਭਗਤਾਂ ਦੇ ਪਰਿਵਾਰ ਵੱਲੋਂ 11,000 ਰੁਪਇਆ ਪ੍ਰਧਾਨ ਟੂਰਨਾਮੈਂਟ ਕਮੇਟੀ ਸਵਰਗਵਾਸੀ ਰਣਜੀਤ ਸਿੰਘ ਜੀ ਮੋਗੇ ਵਾਲੇ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ 20,000 ਰੁਪਇਆ ਰਜਿੰਦਰ ਸਿੰਘ ਜੀ ਢਿੰਡਵਾਲ ਉਹਨਾਂ ਵੱਲੋਂ 11,000 ਰੁਪਇਆ ਗੁਰਕੀਰਤਨ ਸਿੰਘ ਜੀ ਰੰਧਾਵਾ ਕੈਨੇਡੀਅਨ 25,000 ਰੁਪਇਆ ਮਿੱਕਾ ਢਿੰਡਵਾਲ USA 31,000 ਰੁਪਇਆ ਪਰਮਿੰਦਰ ਸਿੰਘ ਜੀ ਪਿੰਦੀ ਸਪੁੱਤਰ ਜਸਵੀਰ ਸਿੰਘ ਸਿੱਧੂ
ਅਕਾਲੀ ਉਹਨਾਂ ਵੱਲੋਂ 10,000 ਰੁਪਇਆ, ਪਰਮਿੰਦਰ ਸਿੰਘ ਜੀ ਮਲੇਸ਼ੀਆ 3,100 ਰੁਪਇਆ, ਮਾਸਟਰ ਅਜੀਤ ਸਿੰਘ ਜੀ ਮੇਦਾ ਦੇ ਪਰਿਵਾਰ ਵੱਲੋਂ 3,100 ਰੁਪਇਆ, ਸੁਖਦੇਵ ਸਿੰਘ ਜੀ ਕੈਨੇਡੀਅਨ 5,000 ਰੁਪਇਆ, ਦੇਵ ਸਿੰਘ ਜੀ ਬਨੀਲੇ ਵਾਲੇ 5,000 ਰੁਪਇਆ, ਅਵਤਾਰ ਸਿੰਘ ਜੀ ਫੌਜੀ ਉਹਨਾਂ ਵੱਲੋਂ 3,100 ਰੁਪਇਆ, ਦਲੀਪ ਸਿੰਘ ਜੀ ਕੈਨੇਡੀਅਨ 11,000 ਰੁਪਇਆ, ਮਿਹਰਬਾਨ ਸਿੰਘ ਜੀ ਕੈਨੇਡੀਅਨ 11,000 ਰੁਪਇਆ, ਗੁਰਕੀਰਤਨ ਸਿੰਘ ਜੀ ਕੈਨੇਡੀਅਨ 25,000 ਰੁਪਇਆ, ਗੋਲਡੀ ਰੰਧਾਵਾ 3,100 ਰੁਪਇਆ, ਸਵਰਗਵਾਸੀ ਬਚਨ ਸਿੰਘ ਪੱਕੇ ਘਰ ਵਾਲਿਆਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ 11,000 ਰੁਪਇਆ, ਸੰਦੀਪ ਸਿੰਘ ਜਾਲਦਾਰ 3,100 ਰੁਪਇਆ, ਹਰਪ੍ਰੀਤ ਸਿੰਘ ਪੀਤਾ ਇੰਗਲੈਂਡ ਵਾਲੇ 11,000 ਰੁਪਇਆ, ਨਿਸ਼ਾਨ ਸਿੰਘ ਜੀ ਭੰਮੀਪੁਰਾ ਅਤੇ ਦਰਸ਼ਨ ਸਿੰਘ ਧਾਲੀਵਾਲ ਅਠੂਰ 1,00,000 ਰੁਪਇਆ, ਮੇਜਰ ਸਿੰਘ ਜੀ ਭਲੂਰ ਇਹਨਾਂ ਵੱਲੋਂ ਵੀ 1,00,000 ਰੁਪਇਆ, ਸਤਨਾਮ ਸਿੰਘ ਜੀ ਲੱਖਾ ਇਹਨਾਂ ਵੱਲੋਂ 25,000 ਰੁਪਇਆ, ਪਾਲ ਸਿੰਘ ਜੀ ਲੱਖਾ ਇਹਨਾਂ ਵੱਲੋਂ 21,000 ਰੁਪਇਆ, ਹਰਪ੍ਰੀਤ ਸਿੰਘ ਪੀਤਾ ਇੰਗਲੈਂਡ 11,000 ਰੁਪਇਆ, ਅਵਨੀਤ ਕੌਰ ਜਿਨ੍ਹਾਂ ਦਾ ਅੱਜ ਆਪਾਂ ਸਨਮਾਨ ਕਰਨਾ ਉਹਨਾਂ ਦੇ ਪਿਤਾ ਵੱਲੋਂ 2,100 ਰੁਪਇਆ, ਹਰਪਾਲਾ ਸਿੱਧੂ ਸੁਪੁੱਤਰ ਨਿਰਮਲ ਸਿੰਘ ਸਿੱਧੂ ਆਸਟ੍ਰੇਲੀਆ ਵਾਲੇ 10,000 ਰੁਪਇਆ, ਮੇਹਰ ਸਿੰਘ ਜੀ ਭੁੱਲਰ ਉਹਨਾਂ ਦੇ ਪਰਿਵਾਰ ਵੱਲੋਂ 11,000 ਰੁਪਇਆ, ਦਵਿੰਦਰ ਸਿੰਘ ਸਿੱਧੂ USA ਵਾਲੇ 11,000 ਰੁਪਇਆ, ਏਵਲ ਸਿੰਘ ਪੱਪੂ ਕਨੇਡਾ ਇਹਨਾਂ ਵੱਲੋਂ 10,000 ਰੁਪਇਆ, ਸੁਖਦੇਵ ਸਿੰਘ ਜੀ ਲਾਣੀਵਾਲੇ ਦੇ ਪਰਿਵਾਰ ਵੱਲੋਂ 10,000 ਰੁਪਇਆ। ਨਾਲ ਦੀ ਨਾਲ ਅਸੀਂ ਦਾਨੀ ਸੱਜਣ ਦੇ ਨਾਮ ਵੀ ਅਨਾਊਂਸ ਕਰਾਂਗੇ ਅਤੇ ਮੈਚ ਵੀ ਚੱਲਦੇ ਰਹਿਣਗੇ। ਧੰਨਵਾਦ ਜੀ ਦਾਨੀ ਸੱਜਣ ਦਾ ਬਹੁਤ ਬਹੁਤ। ਅਤੇ ਇੱਕ ਹੋਰ ਸੂਚਨਾ ਦੇ ਦਈਏ ਵੀ ਜੋ ਆਪਾਂ ਕੁੱਤਿਆਂ ਦੀਆਂ ਦੌੜਾਂ ਕਰਵਾਉਣੀਆਂ ਨੇ ਹਰੇਕ ਸਾਲ, ਅਗਲੇ ਸਾਲ ਕੁੱਤਿਆਂ ਦੀਆਂ ਦੌੜਾਂ ਦਾ ਪਹਿਲਾ ਇਨਾਮ ਬਲਜੀਤ ਸਿੰਘ ਜੀ ਸਿੱਧੂ ਕੈਨੇਡਾ ਅਤੇ ਰਾਜੂ ਸਿੱਧੂ ਵੱਲੋਂ ਕੁੱਤਿਆਂ ਦਾ ਪਹਿਲਾ ਇਨਾਮ ਮੋਟਰਸਾਈਕਲ ਦਿੱਤਾ ਜਾਣਾ ਜੀ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਬਾਕੀ ਕਹਿੰਦੇ ਵੀ ਸਾਡੀ ਜ਼ਿੰਦਗੀ ਦਾ ਸਤਿਕਾਰਯੋਗ ਜਸਵਿੰਦਰ ਆਸਾ ਗੁੱਟਰ, ਉਹ ਵੀ ਵਿਸ਼ੇਸ਼ ਤੌਰ 'ਤੇ ਪੁੱਜ ਗਿਆ ਮੇਰੇ ਵੀਰ ਜੀ, ਇਹ ਕਹਿੰਦੇ ਇਸ ਕਬੱਡੀ ਟੂਰਨਾਮੈਂਟ ਦੇ ਪੁੱਜਣ 'ਤੇ ਜੀ। ਮੈਚ ਇਸ ਦੀ ਜੇਤੂ ਟੀਮ ਬਦਰੇ ਪਿੰਡ ਦੀ ਟੀਮ ਜੇਤੂ ਹੈ ਵੀਰੇ। ਫਾਈਟਰ ਜਤਿੰਦਰ ਸਿੰਘ ਜੀ ਅਤੇ ਪ੍ਰਧਾਨ ਹਰਮੀਤ ਸਿੰਘ ਜੀ ਮੋਗੇ ਵਾਲੇ, ਉਹਨਾਂ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰਦੇ ਹੋਏ ਉਹਨਾਂ ਨੂੰ ਯਾਦ ਕਰਦੇ ਹਾਂ। ਅਸੀਂ ਅੱਜ ਉਹਨਾਂ ਸ਼ਖਸੀਅਤਾਂ ਨੂੰ ਵੀ ਯਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਪਹਿਲੇ ਸਮੇਂ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕਮੇਟੀ ਦੇ ਨਾਲ ਸਹਿਯੋਗ ਦਿੱਤਾ ਜੀ। ਕਹਿੰਦੇ ਵੀ ਸਲਾਮ ਦੇ ਲਾਗੇ ਪਿੰਡ ਦਾ ਪਿੰਡ ਇਸ ਨੌਜਵਾਨ ਦਾ ਮੇਰੀ ਵੀਰ ਕਾਲਾ ਅਨਮੋਲ ਪਿੰਡ ਵਾਲਾ ਵਿਹਲੇ ਦੀ ਤਰਫੋਂ ਕਬੱਡੀ ਪਾਉਂਦਾ ਹੋਇਆ, ਔਰ ਦੂਸਰੇ ਪਾਸੇ ਕਰਦਾ ਹੋਇਆ ਟਰਾਈ ਜਾਫੀ ਮੇਰੀ ਵੀਰ ਸਗਚੈਨ ਪਿੰਡ ਵਾਲਾ ਪਹਿਣ ਲੈ ਕੇ ਵਾਪਸ ਆਉਂਦਾ ਹੋਇਆ। ਔਰ ਕਹਿੰਦੇ ਵੀ ਰਮਨਾ ਕਹਿੰਦੇ ਉਸ ਨੌਜਵਾਨ ਨੂੰ ਰਾਮਪੁਰੇ ਦੇ ਲਾਗੇ ਪੈਂਦਾ ਪਿੰਡ ਉਸ ਨੌਜਵਾਨ ਦਾ ਗੁੱਤੀਵਾਲ ਗੁੱਤੀਵਾਲ ਪਿੰਡ ਦਾ ਮੇਰੇ ਵੀਰੋ ਰਮਨ ਇਸ ਵੇਲੇ ਸਗਚੈਨ ਦੀ ਟੀਮ ਲਈ ਖੇਡਦਾ ਹੋਇਆ, ਔਰ ਇਸ ਵੇਲੇ ਪੈਂਦੀ ਹੋਈ ਕਬੱਡੀ ਅੱਜ ਦੱਸਿਆ ਮੈਨੂੰ ਜੱਗੇ ਨੇ ਵੀ ਤਾਰੀ ਦੀ ਯਾਦ ਬੜੀ ਆਉਂਦੀ ਹੈ, ਪਿਛਲੇ ਸਾਲ ਸਦਾ ਨਹੀਂ ਵਿਸੜਿਆ ਮੇਰੇ ਵੀਰੋ ਜਗਤਾਰ ਤਾਰੀ ਕਬੱਡੀ ਕੋਚ ਵੀ ਸੀਗਾ ਨੌਜਵਾਨ ਨਾ ਉਹ ਸਾਹਮਣੇ ਝਾਂਜਰ ਵਾਲੇ ਗਿੱਟੇ ਚਿੱਕਣ ਦੀ ਕੋਸ਼ਿਸ਼ ਕਰਦਾ ਹੋ ਗਿਆ ਪਰ ਪੈਣ ਲੈ ਕੇ ਵਾਪਸ ਆਉਂਦਾ ਹੋਇਆ ਰਮਨ ਗੁੱਤੀ ਵਾਲੀ ਹੈ। ਜੱਸਾ ਮੇਰੇ ਵੀਰੋ ਇੱਕ ਸਿੱਧਵਾ ਦਾ ਜੱਸਾ ਇੱਕ ਆਹ ਜੱਸਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਚਾਰ ਜਾਫੀ ਸਗਚੈਨ ਦੀ ਧਰਤੀ ਦੇ ਆ। ਮੇਰੀ ਬੇਨਤੀ ਦੀਵਾਨੇ ਤੇ ਕੋਟ ਸੁਖੀ ਆ ਦੀ ਟੀਮ ਨੂੰ ਹੈ ਜਲਦੀ ਨੇ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ ਜਿੱਥੇ ਬਾਅਦ ਨੂੰ ਸੁਣਦੀਆਂ ਕੋਟ ਸੁਖੀ ਹੈ ਤੇ ਦੀਵਾਨੇ ਰਾਈਆ ਤੇ ਕੋਠਾ ਗੁਰੂ ਕੇ ਮਹਾਰਾਜ ਤੇ ਨੰਗਲ ਜਸਵਿੰਦਰ ਆਸਾ ਗੁੱਟਰ ਵਿਸ਼ੇਸ਼ ਤੌਰ ਤੇ ਪੁੱਜਿਆ ਪੰਜਾਬ ਦਾ ਪ੍ਰਸਿੱਧ ਬੁਲਾਰਾ ਇਸ ਕਬੱਡੀ ਟੂਰਨਾਮੈਂਟ ਤੇ ਪੁੱਜਿਆ ਜੀ। ਇਹ ਕਹਿੰਦੇ ਇਸ ਨੌਜਵਾਨ ਦਾ ਮੇਰੇ ਵੀਰੋ ਲੱਗਦਾ ਦੇਖਦਾ ਵੀ ਬਿਜਲੀ ਦੀ ਪੈਂਦੀ ਕਬੱਡੀ ਪਰ ਬਿਜਲੀ ਬੜਾ ਤੇਜ਼ ਖਿਡਾਰੀ ਹੈ ਮੇਰੇ ਵੀਰੋ ਇਸ ਵੇਲੇ ਪੈਣ ਲੈ ਕੇ ਵਾਪਸ ਆਉਂਦਾ ਹੋਇਆ ਇਸ ਵੇਲੇ ਪੈਣ ਲੈ ਕੇ ਪਾ ਵੀ ਕਾਲੇ ਨੌਜਵਾਨ ਨੇ ਕਬੱਡੀ ਖੇਡ ਮੈਦਾਨ ਦੇ ਵਿੱਚ ਕਾਲ ਅਨਮੋਲ ਪਿੰਡ ਦਾ ਕੱਲ ਵੀ ਬਹੁਤ ਤਗੜੀਆਂ ਕਬੱਡੀਆਂ ਇਸ ਨੌਜਵਾਨ ਨੇ ਪਾਈਆਂ ਲਿਸ਼ਕੇ ਦੇ ਪਿੰਡੇ ਭੈਣ ਬੱਟਾਂ ਵਿੱਚ ਘੁੱਗੀਆਂ ਇਹ ਸੰਨਾਂ ਵਾਲੇ ਪਿੰਡ ਵਿੱਚ ਤਾਕਤਾਂ ਨੇ ਗੁੱਝੀਆਂ ਕਾਲਾ ਅਨਮੋਲ ਪਿੰਡ ਦਾ ਜੇ ਖੇਡ ਚੰਗੀ ਲੱਗਦੀ ਹੈ ਤਾਂ ਇੱਕ ਵਾਰੀ ਜ਼ੋਰਦਾਰ ਦਾਣੀ ਮਾਰ ਦੋ ਦਰਜਕ ਵੀ ਕਾਲਾ ਅਨਮੋਲ ਪਿੰਡ ਦਾ ਕਹਿੰਦੇ ਹੱਥ ਤੇ ਪੈਂਦਾ ਪਿੰਡ ਹੈ ਔਰ ਮੇਰੇ ਵੀਰੋ ਬਹੁਤ ਸੋਹਣੀਆਂ ਕਬੱਡੀਆਂ ਪਾਉਂਦਾ ਹੈ ਆਦਿ ਕਹਿੰਦੇ ਵੀ ਰਾਮਪੁਰੇ ਦਾ ਏਰੀਆ ਹੈ। ਮੇਰੀ ਬੇਨਤੀ ਦੀਵਾਨੇ ਤੇ ਕੋਟ ਸੁਖੀਆ ਦੀ ਟੀਮ ਨੂੰ ਹੈ ਜਲਦੀ ਨੇ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ ਕੋਟ ਸੁਖੀਆ ਤੇ ਦੀਵਾਨੇ ਚੱਲਦੇ ਮੈਚ ਦੀ ਉਡੀਕ ਹੈ ਦੋਵੇਂ ਟੀਮਾਂ ਦੀ ਜਲਦੀ ਨਾਲ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ। ਜੱਸਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਫਿਰ ਤੋਂ ਵਾਧਾ ਹੋਇਆ ਆਓ ਜਾਂਦਾ ਜੱਸਾ ਮੇਰੇ ਵੀਰੋ ਝੁਕਿਆ ਹੋਇਆ ਔਰ ਚਾਰ ਨੌਜਵਾਨਾਂ ਦੀ ਕੰਬਦੀ ਹੋਈ ਚੈਨ ਦੇ ਵਿੱਚ ਇੱਕ ਨੌਜਵਾਨ ਨੇ ਟੱਚ ਕੀਤਾ ਤੇ ਬਹੁਤ ਹੀ ਸੋਹਣੀ ਟਰਾਈ ਕੀਤੀ ਹੈ। ਉੱਧਰ ਦੇਖੋ ਦਰਸ਼ਕ ਵੀਰ ਇੱਥੇ ਦੇਖ ਰਹੇ ਆ ਇੰਟਰਨੈਟ ਤੇ ਇਕਬਾਲ ਸਿੰਘ ਜੀ ਮਾਨ ਬਾਲ ਬਹਾਦਰ ਸਿੰਘ ਜੀ ਹਰਮੇਲ ਸਿੰਘ ਜੀ ਜਗਦੀਪ ਸਿੰਘ ਜੀ ਕਾਕਾ ਜੀ ਨੂਪੀ ਟੀ ਟੂ
ਸਾਰੇ ਵੀਰ ਜਤਿੰਦਰ ਤਾਲੀਵਾਲ ਜੀ ਗੁਰਕੀਰਤਨ ਵਰਗੇ ਸਾਰੇ ਜਿੰਨੇ ਵੀ ਐਨਆਰਆਈ ਵੀਰ ਨੇ ਸਾਡੇ ਸਹਿਯੋਗੀ ਸਾਰੇ ਹੀ ਟੂਰਨਾਮੈਂਟ ਨੂੰ ਦੇਖ ਰਹੇ ਆ ਇੰਟਰਨੈਟ ਤੇ ਉਧਰ ਸਾਡੇ ਦੇ ਪਿਆਰੇ ਸਰਦਾਰ ਤਰਸੇਮ ਸਿੰਘ ਜੀ ਰੰਧਾਵਾ ਸਰਦਾਰ ਸ਼ਮਸ਼ੇਰ ਸਿੰਘ ਜੀ ਬੀਹਲਾ ਸਾਹਿਬ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਉਹਨਾਂ ਨੂੰ ਵੀ ਇੱਥੇ ਪਹੁੰਚਣ ਦਾ ਜੀ ਆਖਿਆ ਜਾਂਦਾ ਜੀ ਧੰਨਵਾਦ ਜੀ ਬਹੁਤ ਬਹੁਤ ਕਹਿੰਦੇ ਵੀ ਜੋਤੀ ਬੀਹਲੇ ਵਾਲੇ ਨੇ ਜੋ ਸਾਲ ਆਇਆ ਇੱਕ ਵਾਰੀ ਤਾਣੇ ਮਾਰ ਦੋ ਜੋਤੀ ਦੇ ਨਾਮ ਦੀ ਦਰਸ਼ਕ ਵੀਰਿਓ ਹਾਂ ਜੀ ਸਿਰਾ ਕਰਨ ਵਾਲੀ ਗੱਲ ਹੈ ਇੱਕ ਆ ਜਿਹੜਾ ਕਾਲਾ ਅਨਮੋਲ ਇਹ ਖੇਡ ਰਿਹਾ ਪਲੇਅਰ ਇਹਨੂੰ ਅੱਜ ਐਲਸੀਡੀ ਦੇ ਨਾਲ ਸਨਮਾਨਿਤ ਕੀਤਾ ਜਾਣਾ ਜੀ ਇੱਥੇ ਟੂਰਨਾਮੈਂਟ ਤੇ ਬਾਕੀ ਬਲਜੀਤ ਨੌਜਵਾਨ ਤੇਰੇ ਪਿੰਡ ਲਈ ਕਬੱਡੀਆਂ ਪਾਈਆਂ ਕੱਲ੍ਹ ਵੀ ਇਸ ਨੌਜਵਾਨ ਨੇ ਤੇ ਅੱਜ ਵੀ ਸ਼ਰ੍ਹਾ ਕਰਨ ਵਾਲੀ ਗੱਲ ਕਰੀ ਹੈ ਲਓ ਰਬਨਾ ਕੁੱਤੀ ਵਾਲੀ ਹੈ ਰਾਮਪੁਰੇ ਦੇ ਏਰੀਏ ਦਾ ਜਿਸ ਪਿੰਡ ਦਾ ਪਿੱਛੋਂ ਦਾ ਸ਼ੀਰ ਹੈ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਪੁੱਜ ਰਿਹਾ ਮੇਰੇ ਵੀਰੋ ਮਹਿੰਕੂ ਤੇ ਰਹਿੰਕੂ ਦੇ ਸਾਦੇ ਤੇ ਔਰ ਜੱਗੇ ਦੇ ਨਾਲ ਪਿਆਰ ਦੀ ਗੱਲ ਇਸ ਨੌਜਵਾਨ ਦੀ ਔਰ ਸਾਹਮਣੇ ਪੈਂਦੀ ਹੋਈ ਕਬੱਡੀ ਰਬਨਾ ਕੁੱਤੀ ਵਾਲੀ ਹੈ ਚਾਰ ਜਾਫੀਆਂ ਦੀ ਕੁੱਤੀ ਟਾਈਮ ਦੇ ਵਿੱਚੋਂ ਮੇਰੇ ਵੀਰੋ ਕਰਦਾ ਹੋਏ ਜੋਤੀ ਕਹਿੰਦੇ ਐਸੇ ਨੌਜਵਾਨ ਨੇ ਦੂਸਰਾ ਜੱਫਾ ਲਾਉਣ ਦੀ ਕੀਤੀ ਹੋਈ ਟਰਾਈ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦਾ ਗੁਰੂ ਜੋਤੀ ਮੇਰੇ ਵੀਰੋ ਇੱਕ ਡਾਲੇ ਦਾ ਇੱਕ ਆਹ ਜੋਤੀ ਮੇਰੇ ਵੀਰੋ ਬਿਲੇ ਵਾਲਾ ਨੌਜਵਾਨ ਇਸ ਵੇਲੇ ਜੱਫਾ ਲਾਉਂਦਾ ਹੈ ਆਹ ਵੀ ਕਾਲੇ ਨੌਜਵਾਨ ਦਾ ਕਬੱਡੀ ਕਾਲਾ ਅਨਮੋਲ ਪਿੰਡ ਦਾ ਹੈ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕੋਟ ਸੁਖੀਏ ਦੀ ਟੀਮ ਪੁੱਜੀ ਮੇਰੀ ਬੇਨਤੀ ਦਵਾਨਿਆਂ ਦੀ ਟੀਮ ਨੂੰ ਹੈ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਵੇ ਦਵਾਨਿਆਂ ਦੀ ਟੀਮ ਕੋਈ ਬਾਹਲਾ ਵਜਨ ਨਹੀਂ ਸੁਣਾ ਜਾਂਦਾ ਮੇਰੇ ਵੀਰੋ ਕੋਈ ਬਾਹਲਾ ਵਜਨ ਨਹੀਂ ਮੈਨੂੰ ਲੱਗਦਾ ਵੀ 62 ਕਿਲੋ ਵਜਨ ਸੁਣਾ ਜਾਂਦਾ ਪਰ ਕਬੱਡੀ ਦੇ ਵਿੱਚ ਸਿਰੇ ਦੀਆਂ ਕਬੱਡੀਆਂ ਪਾ ਜਾਂਦਾ ਹੈ ਆਹ ਵੀ ਬਿਜਲੀ ਨੌਜਵਾਨ ਕਬੱਡੀ ਬਿਜਲੀ ਦੀ ਪੈਂਦੀ ਕਬੱਡੀ ਹੈ ਆਰੀ ਆਰੀ ਵਿੱਚ ਬੀਲੇ ਦੇ ਮੇਲਾ ਲੱਗਿਆ ਇਕੱਠ ਹੋ ਗਿਆ ਭਾਰੀ ਡਾਕਟਰ ਸਾਹਿਬਾਨ ਜਿੱਥੇ ਬਾਹਰ ਨੂੰ ਸੁਣਦਾ ਹੈ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆਵੇ ਕੋਈ ਵੀ ਸਾਡੇ ਡਾਕਟਰ ਸਾਹਿਬਾਨ ਇੱਥੇ ਬੈਠੇ ਹੋਣ ਕਿਰਪਾ ਕਰਕੇ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣ ਥੋੜੀ ਜਿਹੀ ਖਿਡਾਰੀ ਤੇ ਚੋਟ ਲੱਗੀ ਹੈ ਮੇਰੀ ਬੇਨਤੀ ਸਾਡੇ ਡਾਕਟਰ ਸਾਹਿਬਾਨ ਨੂੰ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆਵੇ ਲਓ ਇਸ ਵੇਲੇ ਜੱਸਾ ਇੱਕ ਸਿਧਮਤ ਉਹਨਾਂ ਦਾ ਇੱਕ ਆਹ ਜੱਸਾ ਮੇਰੇ ਵੀਰੇ ਕਬੱਡੀ ਪਾ ਰਿਹਾ ਔਰ ਦੂਸਰੇ ਪਾਸੇ ਕਰਦਾ ਹੋਇਆ ਟਰਾਈ ਮੇਰੀ ਬੇਨਤੀ ਭਾਈ ਬਲਜੀਤ ਜੇ ਕੋਈ ਡਾਕਟਰ ਸਾਹਿਬਾਨ ਬੈਠਾ ਤੇ ਕਿਰਪਾ ਕਰਕੇ ਖੇਡ ਗਰਾਊਂਡ ਦੇ ਵਿੱਚ ਜ਼ਰੂਰ ਕਰ ਲਓ ਕਿਉਂਕਿ ਥੋੜੀ ਚੋਟ ਲੱਗੀ ਹੈ ਖਿਡਾਰੀ ਦੇ ਡਾਕਟਰ ਰੁਪਿੰਦਰ ਜੀ ਇੱਕ ਪਲੇਅਰ ਦੇ ਥੋੜੀ ਜਿਹੀ ਸੱਟ ਲੱਗੀ ਆ ਡਾਕਟਰ ਰੁਪਿੰਦਰ ਜੀ ਜਾਣ ਬਿਜਲੀ ਬਾਹਰ ਨੌਜਵਾਨ ਬਾਕੀ ਬਿਜਲੀ ਤੋਂ ਤਾਂ ਕਾਫੀ ਡਰ ਲੱਗਦਾ ਪਰ ਆਹ ਬਿਜਲੀ ਮੇਰੇ ਵੀਰੋ ਸਕਟੈਨ ਵਾਲਾ ਕਬੱਡੀ ਪਾ ਰਿਹਾ ਪਾਸੇ ਉਹ ਜੀ ਵੀ ਜਰਨੈਲ ਨੌਜਵਾਨ ਬੜਾ ਤੇਜ਼ ਖਿਡਾਰੀ ਹੈ ਬਿਜਲੀ ਬੜਾ ਤੇਜ਼ ਖਿਡਾਰੀ ਹੈ ਪਿੰਡ ਲੈ ਕੇ ਵਾਪਸ ਆਉਂਦਾ ਹੋਇਆ ਆਰੀ ਆਰੀ ਵਿੱਚ ਬਿਹਲੇ ਦੇ ਮੇਲਾ ਲੱਗਿਆ ਇਕੱਠ ਹੋ ਗਿਆ ਭਾਰੀ ਦੂਰ ਨੇੜ ਤੋਂ ਪਹੁੰਚੇ ਗੱਭਰੂ ਕਰਕੇ ਪੂਰੀ ਤਿਆਰੀ ਆ ਪਹਿਨਦਾ ਫਿਰ ਕਸਮਾਨ ਦੋਸਤੋ ਜਦੋਂ ਖੇਡੇ ਵਿੱਚ ਖਿਡਾਰੀ ਬਾਕੀ ਤੋਕੀ ਉਹਨਾਂ ਦਾ ਮੈਂ ਬਹੁਤ ਵੱਡਾ ਧੰਨਵਾਦ ਕਰ ਰਹੇ ਹਾਂ ਜਿਨ੍ਹਾਂ ਨੇ ਮੇਰੇ ਵੀਰੇ ਉਸ ਨਗਰ ਦੇ ਦਰਸ਼ਨ ਕਰਵਾਏ ਔਰ ਇਸ ਵੇਲੇ ਵੱਜੀ ਹੋਈ ਕੈਂਚੀ ਨਮੋਲ ਪਿੰਡ ਦਾ ਕਾਲਾ ਔਰ ਮੇਰੇ ਵੀਰੇ ਸਿਕੰਜਾ ਟਾਇਰਡ ਲੱਗਦਾ ਹੋਇਆ ਜ਼ੋਰ ਜ਼ੋਰ ਖਿਡਾਰੀ ਦਾ ਔਰ ਮੈਨੂੰ ਲੱਗਦਾ ਵੀ ਸਮਾਂ ਵੀ ਬੀਤਦਾ ਜਾ ਰਿਹਾ ਪੈਣ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਪੈਣ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਆ ਵੀ ਰਮਨੇ ਨੌਜਵਾਨ ਕਬੱਡੀ ਨਾ ਬੜਾ ਪਿਆਰਾ ਰਮਨਾ ਮੇਰੇ ਵੀਰੋ ਕਹਿੰਦੇ ਵੀ ਰਾਮਪੁਰੇ ਦੇ ਲਾਗੇ ਕੁੱਤੀ ਵਾਲ ਪਿੰਡ ਅੱਜ ਹਰਿਆਣੇ ਦੀ ਟੀਮ ਲਈ ਖੇਡ ਰਿਹਾ ਸਟਾਈਲ ਦੇਖੋ ਮੇਰੇ ਵੀਰੋ ਸਾਈਡ ਲਈ ਮੀਕ ਵਰਗਾ ਦੋਨੇ ਟੀਮਾਂ ਖੇਡ ਗਰਾਊਂਡ ਦੇ ਵਿੱਚ ਪੁੱਜੀਆਂ ਤਾਂ ਹੱਥ ਚੁੱਕਣ ਮੈਚ ਬਾਹਰ ਤਗੜਾ ਖੇਡਿਆ ਜਾਣਾ ਕੋਟ ਸੁਖੀ ਅਤੇ ਦਬਾਨੇ ਤੱਕ ਖੇਡੇ ਜਾਣੇ ਔਰ ਇਸ ਵੇਲੇ ਕਰਦਾ ਹੋਇਆ ਮੇਰੇ ਵੀਰੋ ਟਰਾਈ ਬਿਹਲੇ ਵਾਲਾ ਨੌਜਵਾਨ ਨਹਿਰ ਦੇ ਕਿਨਾਰੇ ਪਿੰਡ ਬਿਹਲਾ ਕਹਿੰਦੇ ਨੇ ਜਿੱਥੇ ਸਿਰਾਂ ਵੱਟੇ ਮੁੱਲ ਯਾਰੀਆਂ ਦੇ ਪੈਂਦੇ ਨੇ ਜਿੱਥੇ ਸਿਰਾਂ ਵੱਟੇ ਮੁੱਲ ਯਾਰੀਆਂ ਦੇ ਪੈਂਦੇ ਨੇ ਯਾਰਾਂ ਦੀ ਯਾਰੀ ਪਗਾਉਣ ਵਾਲਾ ਪਿੰਡ ਹੈ ਕਹਿੰਦੇ ਗੱਲ ਬੀਤ ਨੇ ਯਾਰੀ ਪਗਾਈ ਮਿੰਟ ਤੇ ਰੈਂਕੂ ਦੇ ਨਾਲ ਯਾਰੀ ਬੜੀ ਹੈ ਬੀਤ ਪੁੱਜਿਆ ਮੇਰੇ ਵੀਰ ਕਿੱਥੋਂ ਲੈਦੇ ਆ ਨੀ ਤਿੰਨ ਚੁੰਨੀ ਚੀਨ ਮਹਿੰਦੀ ਮੇਰਾ ਚਾਦਰਾ ਵੀ ਕਸਿਆ ਪਿਆ ਪਰ ਇਸ ਵੇਲੇ ਜੱਸਾ ਪੈਂਟ ਲੈ ਕੇ ਵਾਪਸ ਆਉਂਦਾ ਹੋਇਆ ਅੱਜ ਕਹਿੰਦੇ ਵੀ ਪਿੱਥੋਂ ਦਾ ਅਸ਼ੀਰਾ ਪੁੱਜ ਰਿਹਾ ਮੇਰੇ ਵੀਰੋ ਮੈਂਟੂ ਤੇ ਰੈਂਕੂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਉਸ ਨੌਜਵਾਨ ਦਾ ਪਹਿਲਾ ਮੈਚ ਖੇਡੇਗਾ ਕੈਨੇਡਾ ਦੇ ਵਿੱਚੋਂ ਅੱਗੇ ਬਿਹਲੇ ਦੀ ਧਰਤੀ ਤੇ ਲੈ ਦੱਸੀ ਵੀ ਨੌਜਵਾਨ ਕਿਹੜੀ ਟੀਮ ਵਿਨਰ ਹੈ ਆਹ ਵੀ ਜਗਿਆ ਦੱਸ ਨੌਜਵਾਨ ਕੋਟ ਸੁਖੀ ਅਤੇ ਦਬਾਨੇ ਸੈਂਟਰ ਲਾਈਨ ਤੇ ਆ ਜਾਣ ਪਾਲੀ ਜੀ ਪਾਲੀ ਰੰਧਾਵਾ ਉਹ ਥੱਲੇ ਸਟੇਜ ਤੇ ਪਹੁੰਚੇ ਪਾਲੀ ਰੰਧਾਵਾ ਬਲਜੀਤ ਨੋਟ ਕਰ ਲਈ ਵੀ ਨੌਜਵਾਨ ਚੱਲਦੇ ਮੈਚ ਦੇ ਵਿੱਚੋਂ ਬਿਹਲੇ ਦੀ ਟੀਮ ਵਿਨਰ ਹੈ ਬਿਹਲੇ ਦੀ ਟੀਮ ਵਿਨਰ ਤਾੜੀਆਂ ਮਾਰਦੇ ਬਹੁਤ ਤਕੜਾ ਮੈਚ ਦਿਖਾਇਆ ਇੱਕ ਪਾਸੇ ਹਰਿਆਣੇ ਦੀ ਟੀਮ ਸੀ ਦੂਸਰੇ ਪਾਸੇ ਕਹਿੰਦੇ ਬਰਨਾਲੇ ਦੀ ਟੀਮ ਪੰਜਾਬ ਦੀ ਟੀਮ ਸੀ ਕੋਟ ਸੁਖੀਏ ਦੀ ਟੀਮ ਹੈ ਮਨਸੁਖ ਵੀਰੋ ਨਹਿਰ ਵਾਲੇ ਪਾਸੇ ਆ ਗਈ ਹੈ ਦਬਾਨੇ ਦੀ ਟੀਮ ਉਹ ਟੀਮ ਚਲੀ ਗਈ ਮੇਰੇ ਵੀਰੋ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਕੋਟ ਸੁਖੀਏ ਦੀ ਧਰਤੀ ਦਾ ਨੌਜਵਾਨ ਜਾਫੀ ਕਰਦਾ ਹੋਇਆ ਟਰਾਈ ਪਰ ਦਬਾਨੇ ਪਿੰਡ ਦਾ ਜੱਗਾ ਪਹਿਣ ਲੈ ਕੇ ਵਾਪਸ ਆਉਂਦਾ ਹੋਇਆ ਆ ਵੀ ਨੌਜਵਾਨ ਕਬੱਡੀ
ਅਸੀਂ ਬਾਰ ਬਾਰ ਕੱਲ ਦੇ ਕਹਿ ਰਹੇ ਹਾਂ ਖਿਡਾਰੀਆਂ ਨੂੰ ਵੀ ਤੀਜੀ ਕਬੱਡੀ ਜਿਹੜੀ ਬੰਦ ਹੈ ਮੇਰੀ ਬੇਨਤੀ ਹੈ ਕਿ ਭੈਣਾਂ ਨੂੰ ਵੀ ਜਦੋਂ ਤੁਸੀਂ ਮੈਚ ਸ਼ੁਰੂ ਕਰਵਾਉਂਦੇ ਹੈ ਇੱਕ ਵਾਰੀ ਜ਼ਰੂਰ ਦੱਸ ਦਿਆ ਕਰੋ ਲਓ ਇਸ ਵੇਲੇ ਬਰਾੜ ਕਬੱਡੀ ਪਾਉਂਦਾ ਹੋਇਆ ਕੋਟ ਸੁਖੀ ਦੀ ਧਰਤੀ ਦਾ ਬਰਾੜ ਮੇਰੇ ਵੀਰ ਉਸੇ ਪਿੰਡ ਦਾ ਬਿੱਟੂ ਹੈ ਤੇ ਆਹ ਵੀ ਕਹਿੰਦੇ ਵੀ ਸਿਰੇ ਦਾ ਧਾਵੀ ਹੈ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀਆਂ ਦੇ ਵਿੱਚ ਕਿਹੜਾ ਨੌਜਵਾਨ ਕਰਦਾ ਟਾਈ ਖਹਿਰਾ ਕਹਿੰਦੇ ਹੈ ਰਾਉਕਿਆਂ ਦੀ ਧਰਤੀ ਨਿਹਾਲ ਸਿੰਘ ਵਾਲੇ ਦੇ ਲਾਗੇ ਪੈਂਦਾ ਪਿੰਡ ਇਸ ਜਾਫੀ ਦਾ ਇਸ ਵੇਲੇ ਬਹੁਤ ਤਕੜਾ ਜੱਫਾ ਲਾ ਕੇ ਬਹਿਜਾ ਬਹਿਜਾ ਕਰਵਾਉਂਦਾ ਹੋਇਆ ਖਹਿਰਾ ਮੇਰੇ ਵੀਰ ਰਾਉਕੇ ਪਿੰਡ ਦਾ ਕਹਿੰਦੇ ਨਿਹਾਲ ਸਿੰਘ ਵਾਲੇ ਦੇ ਲਾਗੇ ਪੈਂਦਾ ਪਿੰਡ ਹੈ ਕਹਿੰਦੇ ਵੀ ਜੈਲਾ ਧੂਣਕੋਟੀ ਹੈ ਆਹ ਗੱਭਰੂ ਤੇ ਮਾਣ ਕਰਦਾ ਮੇਰੇ ਵੀਰ ਧੂਣਕੋਟ ਦੇ ਕਬੱਡੀ ਟੂਰਨਾਮੈਂਟ ਦੇ ਮੋਟਰਸਾਈਕਲ ਦਿੱਤਾ ਹੈ ਬਿੰਦਰੂ ਧੂਣਕੋਟ ਦੀ ਧਰਤੀ ਮੋਹਣੀ ਦੀ ਯਾਦ ਆਉਂਦੀ ਹੈ ਜਿੱਥੇ ਤਾਰੀ ਦੀ ਯਾਦ ਆ ਮੇਰੇ ਵੀਰ ਉੱਥੇ ਮੋਹਣੀ ਦੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਮੋਹਣੀ ਦੀ ਕਬੱਡੀ ਦਾ ਵਾਰਸ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬਿੰਦਰੂ ਧੂਣਕੋਟ ਦੀ ਧਰਤੀ ਇਸ ਨੌਜਵਾਨ ਦਾ ਵੀ ਪਿੰਡ ਕਹਿੰਦੇ ਨਿਹਾਲ ਸਿੰਘ ਵਾਲੇ ਦੇ ਲਾਗੇ ਹੈ ਗੋਪੀ ਹੁਣ ਦਾ ਪਿੰਡ ਹੈ ਮੇਰੇ ਵੀਰ ਸੋਨੀ ਹੁਣ ਦਾ ਪਿੰਡ ਹੈ ਕਬੱਡੀ ਦੇ ਸਟਾਰਾਂ ਦਾ ਪਿੰਡ ਹੈ ਪਰ ਦੂਸਰੇ ਪਾਸੇ ਕਹਿੰਦੇ ਵੀ ਸਰਾਵਾ ਪਿੰਡ ਹੈ ਜਾਫਤੀ ਦਾ ਸਰਾਵਾ ਵਾਲਾ ਲੱਖਾ ਮੇਰੇ ਵੀਰ ਜਿਸ ਪਿੰਡ ਦਾ ਸੁਖਬੀਰ ਦੁਨੀਆਂ ਦਾ ਸਟਾਰ ਹੈ ਉਸੇ ਪਿੰਡ ਦਾ ਸੇਵਕ ਤੇ ਉਸੇ ਪਿੰਡ ਦਾ ਲੱਖਾ ਇਸ ਵੇਲੇ ਕਰਦਾ ਸੀ ਟਰਾਈ ਪਰ ਇਸ ਵੇਲੇ ਚੰਦਾ ਵਾਲਾ ਨੌਜਵਾਨ ਮੇਰੇ ਵੀਰ ਚੰਦਾ ਦੀ ਧਰਤੀ ਦਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜੱਸਾ ਔਰ ਚੰਦਾ ਵਾਲਾ ਕਬੱਡੀ ਪਾ ਰਿਹਾ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਗੱਭਰੂ ਇਸ ਨੌਜਵਾਨ ਦੁਹੱਤ ਕਰਦਾ ਹੈ ਮੇਰੇ ਵੀਰੋ ਇਧਰ ਦੇਖਦੇ ਵੀ ਟਰਾਈ ਕੀਤੀ ਦਬਾਨਿਆਂ ਵਾਲੇ ਨੌਜਵਾਨ ਨੇ ਪਰ ਪੈਣ ਜਿਹੜਾ ਮੇਰੇ ਵੀਰੋ ਚੰਦਾ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਆ ਵੀ ਜੱਗੇ ਨੌਜਵਾਨ ਨੇ ਕਬੱਡੀ ਰਾਇਆ ਤੇ ਕੋਠਾ ਗੁਰੂ ਕੇ ਦੀਆਂ ਟੀਮਾਂ ਦਰਮਿਆਨ ਮੈਚ ਖੇਡਿਆ ਜਾ ਰਿਹਾ ਕੋਠਾ ਗੁਰੂ ਕੇ ਤੇ ਦਬਾਨੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਇਹ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣ ਲਓ ਸਾਹਮਣੇ ਕਹਿੰਦੇ ਵੀ ਬਰਾੜ ਕਬੱਡੀ ਪਾ ਰਿਹਾ ਹਾਂਜੀ ਇੱਕ ਹੋਰ ਬੇਨਤੀ ਕਿਉਂਕਿ ਪ੍ਰਬੰਧਕਾਂ ਨੂੰ ਵੀ ਸਾਰੇ ਕੰਮ ਕਰਨੇ ਪੈਂਦੇ ਨੇ ਵੀ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਆ ਜਿਨ੍ਹਾਂ ਨੇ ਦਾਨ ਦਿੱਤਾ ਉਹਨਾਂ ਦਾ ਵੀ ਨਾਲ ਦੀ ਨਾਲ ਅਸੀਂ ਸਨਮਾਨ ਕਰਨਾ ਤੇ ਉਹ ਵੀ ਆਪਣਾ ਸਨਮਾਨ ਲਈ ਜਾਣ ਨਾਲ ਦੀ ਨਾਲ ਕਈ ਵਾਰੀ ਕਿਸੇ ਦਾ ਨਾਮ ਬੋਲਣ ਕਹਿੰਦੇ ਉਹ ਰਹਿ ਜਾਂਦਾ ਤਾਂ ਖਿਮਾ ਚਾਹਾਂਗੇ ਤੇ ਆਪਣਾ ਸਨਮਾਨ ਜ਼ਰੂਰ ਲੈ ਕੇ ਜਾਣ ਜਿੰਨਾ ਵੀ ਸੱਜਣਾਂ ਨੇ ਦਾਨ ਦਿੱਤਾ ਗਾ ਟੂਰਨਾਮੈਂਟ ਕਮੇਟੀ ਲਈ ਸਹਾਇਤਾ ਕੀਤੀ ਆ ਟੂਰਨਾਮੈਂਟ ਕਮੇਟੀ ਨੂੰ ਅਤੇ ਉਹਨਾਂ ਨੂੰ ਬੇਨਤੀ ਆ ਵੀ ਆਪਣਾ ਸਨਮਾਨ ਜ਼ਰੂਰ ਲੈ ਕੇ ਜਾਣ ਜੀ ਕਿਸੇ ਦਾ ਨਾਂ ਕਈ ਵਾਰ ਭੁਲੇਖੇ 'ਚ ਬੋਲਣ ਕਹਿੰਦੇ ਉਹ ਰਹਿ ਜਾਂਦਾ ਇਹ ਮਾਫੀ ਚਾਹਾਂਗੇ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਕੋਠਾ ਗੁਰੂ ਤੇ ਰਾਈਏ ਦੀ ਟੀਮ ਨੂੰ ਅਸੀਂ ਵਾਰ ਵਾਰ ਸੱਦੇ ਦੇ ਰਹੇ ਹਾਂ ਟੀਮਾਂ ਹਾਲੇ ਤੱਕ ਗਰਾਊਂਡ ਦੇ ਵਿੱਚ ਨਹੀਂ ਪੁੱਜੀਆਂ ਮੇਰੀ ਬੇਨਤੀ ਹੈ ਕੋਠਾ ਗੁਰੂ ਤੇ ਰਾਈਏ ਦੀ ਟੀਮ ਨੂੰ ਜਲਦੀ ਨਾਲ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ ਹਾਂਜੀ ਮਹਾਰਾਜ ਤੇ ਨੰਗਲ ਸਾਡੇ ਦਰਮਿਆਨ ਕਮਲਪ੍ਰੀਤ ਸਿੰਘ ਜੀ ਕੈਨੇਡੀਅਨ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਕਮਲਪ੍ਰੀਤ ਸਿੰਘ ਜੀ ਕੈਨੇਡੀਅਨ ਉਹ ਵੀ ਪਹੁੰਚ ਚੁੱਕੇ ਨੇ ਸਾਡੇ ਦਰਮਿਆਨ ਧੰਨਵਾਦ ਜੀ ਬਹੁਤ ਬਹੁਤ ਬਾਕੀ ਸਾਡੇ ਵੀਰ ਬਲਜੀਤ ਜੀ ਇਹਨਾਂ ਲਈ ਵੀਰਾਂ ਦਾ ਵੱਡਾ ਧੰਨਵਾਦ ਕਰ ਰਹੇ ਹੈ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿੰਨੀਆਂ ਵੀ ਸ਼ਖਸੀਅਤਾਂ ਬਾਹਰੋਂ ਆਈਆਂ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਹੈ ਲਓ ਦਬਾਨੇ ਪਿੰਡ ਦਾ ਜੱਗਾ ਮੈਨੂੰ ਲੱਗਦਾ ਵੀ ਗੱਲ ਇੱਕ ਸੂਤੀ ਜੀ ਬਣ ਗਈ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਵੀ ਆ ਵੀ ਬਰਾੜ ਨੌਜਵਾਨ ਕਬੱਡੀ ਖੇਡ ਮੈਦਾਨ ਦੇ ਵਿੱਚ ਕੋਟ ਸੁਖੀਏ ਪਿੰਡ ਦਾ ਬਰਾੜ ਇਸ ਵੇਲੇ ਕਬੱਡੀ ਪਾ ਰਹੇ ਔਰ ਪੈਂਦੀ ਕਬੱਡੀ ਮੇਰੇ ਵੀਰੋ ਰਾਈਆ ਤੇ ਕੋਠਾ ਗੁਰੂ ਕੇ ਹਾਲੇ ਤੱਕ ਟੀਮਾਂ ਨਹੀਂ ਪੁੱਜੀਆਂ ਜੇਕਰ ਸਮੇਂ ਸਿਰ ਨਹੀਂ ਆਉਂਦੀਆਂ ਤੇ ਟੀਮਾਂ ਕੱਟੀਆਂ ਜਾਣੀਆਂ ਮੇਰੀ ਬੇਨਤੀ ਪਲੇਅਰਾਂ ਤੋਂ ਜਲਦੀ ਨਾਲ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ ਮਹਾਰਾਜ ਤੇ ਨੰਗਲ ਇਹ ਵੀ ਟੀਮਾਂ ਤਿਆਰੀ ਕਰ ਲੈਣ ਤਲਵੰਡੀ ਬਘੇਰੀਆਂ ਤੇ ਅਲਕੜੇ ਇਹਨਾਂ ਟੀਮਾਂ ਦੇ ਦਰਮਿਆਨ ਮੈਚ ਹੋਣੇ ਹੈ ਮੇਰੀ ਬੇਨਤੀ ਰਾਈਆ ਤੇ ਕੋਠਾ ਗੁਰੂ ਕਿਆਂ ਦੀ ਟੀਮ ਨੂੰ ਹੈ ਜਲਦੀ ਨਾਲ ਟੀਮਾਂ ਖੇਡ ਗਰਾਊਂਡ ਦੇ ਵਿੱਚ ਅਗਲੇ ਮੈਚਾਂ ਦੇ ਲਈ ਜਲਦੀ ਨਾਲ ਪੁੱਜਣ ਕੁਝ ਕੁਝ ਕਬੱਡੀਆਂ ਮੈਚ ਦੀਆਂ ਬਾਕੀ ਹੈ ਔਰ ਸਾਹਮਣੇ ਮੇਰੇ ਵੀਰੋ ਬਿੰਦਰੂ ਧੂਣਕੋਟ ਦੀ ਧਰਤੀ ਦਾ ਮੇਰੇ ਵੀਰੋ ਬੜਾ ਫਰਤੀਲਾ ਗੱਭਰੂ ਹੈ ਔਰ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਰੇਡਰ ਦੇ ਲਈ ਭਾ ਜ਼ਰੂਰੀ ਜਾਫੀ ਦੇ ਹੱਥ ਪੱਕੇ ਉਹੀ ਜਾਫੀ ਮੰਨਿਆ ਜਾਂਦਾ ਹੈ ਜਿਹੜਾ ਉੜਦੀ ਰੇਡ ਨੂੰ ਡੱਕੇ ਜਿਹੜਾ ਉੜਦੀ ਰੇਡ ਨੂੰ ਡੱਕੇ ਰਾਈਆ ਤੇ ਕੋਠਾ ਗੁਰੂ ਕਿਆਂ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣ ਜਿੱਥੇ ਬਾਅਦ ਨੂੰ ਸੁਣਦੀਏ ਕੋਠਾ ਗੁਰੂ ਕੇ ਤੇ ਰਾਈਆ ਬਹੁਤ ਤਕੜਾ ਮੈਚ ਹੋਣੇ ਲਾਮ ਨਵੇਂ ਨਵੇਂ ਆਏ ਆ ਪੰਜਾਬ ਚੋਂ ਹੌਲੀ ਹੌਲੀ ਕਰਾਂਗੇ ਤਰੱਕੀ ਹੈ ਚੰਦਾ ਵਾਲਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਂਦਾ ਹੈ ਸਿੱਖ ਸਰਦਾਰ ਗੱਭਰੂ ਮੇਰੇ ਵੀਰੋ ਬਾਜਾ ਵਾਲੀ ਦੀ ਬਖਸ਼ੀ ਹੋਈ ਸਿੱਖੀ ਪਰ ਅਮਨ ਬੜਾ ਤੇਜ਼ ਖਿਡਾਰੀ ਹੈ ਪਹਿਣ ਦੇ ਕੇ ਬਾਅਦ ਸੌਂਦਾ ਹੋਇਆ ਪਾ ਵੀ ਜੱਗੇ ਨੌਜਵਾਨ ਦਾ ਕਬੱਡੀ ਹੈਲੋ ਹਾਂਜੀ ਜਿੱਤੇ ਅਕੈਡਮੀਆਂ ਦੇ ਬੈਸਟ ਰੇਡਰ ਨੂੰ ਮੋਟਰਸਾਈਕਲਾਂ ਦੇ ਨਾਲ ਸਨਮਾਨਿਤ ਕਰਨਾ 75 ਕਿਲੋ ਦੇ
ਵੈਸਟ ਰਾਈਡਰ ਜਾਫੀ ਨੂੰ ਬਾਸ਼ਿੰਗ ਮਸ਼ੀਨਾਂ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਜੀ ਅੱਜ ਇਸ ਖੇਡ ਮੇਲੇ ਤੇ 75 ਕਿਲੋ ਦੇ ਵੈਸਟ ਰਾਈਡਰ ਜਾਫੀ ਨੂੰ ਬਾਸ਼ਿੰਗ ਮਸ਼ੀਨਾਂ ਦੇ ਨਾਲ ਸਨਮਾਨਿਤ ਕੀਤਾ ਜਾਣਾ ਜੀ ਬਾਕੀ ਕਹਿੰਦੇ ਵੀ ਬਲਜੀਤ ਨੇ ਜਾਣਕਾਰੀ ਦਿੱਤੀ ਹੈ ਵੀ ਬਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਵੈਸਟ ਰਾਈਡਰ ਦੇ ਵੈਡ ਜਾਫੀ ਨੂੰ ਮੇਰੀ ਬੇਨਤੀ ਰਾਈਏ ਦੀ ਟੀਮ ਨੂੰ ਹੈ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜੇ ਕੋਠਾ ਗੁਰੂਕਿਆਂ ਦੇ ਨਾਲ ਮੈਚ ਹੈ ਦੋਨੇ ਟੀਮਾਂ ਮੈਨੂੰ ਲੱਗਦਾ ਪੁੱਜੀਆਂ ਨਹੀਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣ ਕੋਠਾ ਗੁਰੂਕੇ ਔਰ ਰਾਈਏ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਮੈਚ ਹੋਣੇ ਔਰ ਕਹੀਏ ਵੀ 6-7-8 ਫਰਵਰੀ ਸਾਡੋ ਕਹਿੰਦੇ ਕਬੱਡੀ ਟੂਰਨਾਮੈਂਟ ਜਿਸ ਤੇ ਫੋਰ ਟਰੈਕਟਰ ਦਿੱਤੇ ਜਾਣੇ ਹੈ ਮੇਰੇ ਵੀਰ ਕਬੱਡੀ ਦੇ ਕੱਪਾਂ ਦਾ ਹੜ ਆ ਚੁੱਕਿਆ ਹੈ ਔਰ ਇਸ ਵੇਲੇ ਬਿਹਲੇ ਦੇ ਕਬੱਡੀ ਟੂਰਨਾਮੈਂਟ ਦੀ ਗੱਲਬਾਤ ਹੋ ਰਹੀ ਹੈ ਭਾਵੀ ਬਿੰਦਰੂ ਨੌਜਵਾਨ ਕਬੱਡੀ ਇਸ ਵੇਲੇ ਬਿੰਦਰੂ ਦੀ ਪੈਂਦੀ ਕਬੱਡੀ ਨੰਗੇ ਪਿੰਡੇ ਚੜੀ ਜਵਾਨੀ ਦੁਨੀਆਂ ਨੂੰ ਮੰਨੇ ਹੱਟ ਕਬੱਡੀ ਬੰਨੀ ਹੈ ਵੀ ਹੱਟ ਕਬੱਡੀ ਬੰਨੀ ਹੈ ਹੱਟ ਕਬੱਡੀ ਬੰਨੀ ਬਾਕੀ ਪੰਜਾਬੀਆਂ ਦੀ ਇੱਕ ਚਹੇਤੀ ਖੇਡ ਹੈ ਖੇਡਾਂ ਵਿੱਚੋਂ ਖੇਡ ਕਬੱਡੀ ਪੰਜਾਬੀਆਂ ਦੀ ਸ਼ਾਨ ਮਿੱਤਰੋ ਬਾਕੀ ਪੰਜਾਬੀਆਂ ਦੀ ਸ਼ਾਨ ਹੈ ਪੰਜਾਬੀ ਪੂਰੇ ਧਿਆਨ ਦੇ ਨਾਲ ਦੇਖਦੇ ਆ ਕਬੱਡੀ ਨੂੰ ਦਰਸ਼ਕਾਂ ਸਵੇਰ ਤੋਂ ਜੁੜ ਬੈਠੇ ਹੈ ਔਰ ਸਾਰੇ ਦਰਸ਼ਕਾਂ ਦਾ ਬਹੁਤ ਵੱਡਾ ਧੰਨਵਾਦ ਕੀਤਾ ਜਾਂਦਾ ਹੈ ਲਓ ਬਿੰਦਰੂ ਲੈ ਕੇ ਪੈਂਟ ਆਉਂਦਾ ਭੱਜਿਆ ਹੈ ਪਰ ਪ੍ਰਗਟ ਢਿਲਮਾ ਵਾਲਾ ਕਹਿੰਦਾ ਵੀ ਪੈਂਟ ਜਿਹੜਾ ਰਿੱਧਰ ਦੇ ਹਿੱਸੇ ਜੁੜਦਾ ਹੈ ਪੈਂਟ ਜਿਹੜਾ ਤਾਵੀ ਦੇ ਹਿੱਸੇ ਜੁੜਦਾ ਹੈ ਕੋਠਾ ਗੁਰੂਕਿਆਂ ਦੀ ਟੀਮ ਪੁੱਜ ਗਈ ਰਾਈਏ ਦੀ ਟੀਮ ਨੂੰ ਮੇਰਾ ਲਾਸਟ ਸੱਦ ਰਾਈਏ ਦੀ ਟੀਮ ਨੂੰ ਸਿਰਫ ਲਾਸਟ ਸੱਦ ਹੈ ਜਿੱਥੇ ਬਾਅਦ ਨੂੰ ਸੁਣਦੀ ਹੈ ਜਲਦੀ ਨਾ ਪੁੱਜਣ ਕਾਤੀ ਵਰਗੇ ਸਾਡੇ ਵੀਰ ਬਿੰਦਰ ਵਰਗੇ ਨੌਜਵਾਨ ਜਲਦੀ ਨਾ ਟੀਮ ਲੈ ਕੇ ਖੇਡ ਗਰਾਊਂਡ ਦੇ ਵਿੱਚ ਆ ਜਾਣ ਆਓ ਸਭ ਨੇ ਅਮਣਾ ਪਾਉਂਦਾ ਹੋਇਆ ਕਬੱਡੀ ਲੈ ਖਾ ਰਿਹਾ ਗੱਲ ਤੇਰੇ ਤੇ ਖੜਦੀ ਹੈ ਪਰ ਖੈਰਾ ਮੇਰੇ ਵੀਰ ਕਰਦਾ ਟਰਾਈ ਪਰ ਪੈਂਟ ਜਿਹੜਾ ਅਮਨ ਦੇ ਹਿੱਸੇ ਜੁੜਦਾ ਹੈ ਪੈਂਟ ਅਮਨ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਰਾਈਏ ਦੀ ਟੀਮ ਜਲਦੀ ਨਾ ਖੇਡ ਗਰਾਊਂਡ ਦੇ ਵਿੱਚ ਆਵੇ ਰਾਈਆ ਰਾਈਆ ਨੰਗਲ ਤੇ ਮਹਾਰਾਜ ਜੱਗਾ ਜੰਮੇ ਤੇ ਮਿਲਣ ਬਣਾਈਆਂ ਵੱਡਾ ਹੋ ਕੇ ਕਬੱਡੀ ਖੇਡਦਾ ਹੈ ਪਾਸੇ ਹੋ ਜਾ ਕਰ ਪ੍ਰਗਟ ਨੌਜਵਾਨ ਕਾਫੀ ਜ਼ੋਰ ਦੇ ਨਾਲ ਪੈਂਦੀ ਕਬੱਡੀ ਇਸ ਨੌਜਵਾਨ ਦੀ ਹੈ ਜੱਗਾ ਅਠੂਰ ਦੇ ਰੂਪੇ ਦਾ ਸ਼ਿੰਗਾਰ ਹੋਇਆ ਪੱਠਾ ਇਸ ਪਿੱਛੇ ਪਹਿਣ ਲੱਗੇ ਵਾਪਸ ਆਉਂਦਾ ਹੋਇਆ ਅਠੂਰ ਦਾ ਰੂਪਾ ਮਾਣ ਕਰਦਾ ਇਸ ਨੌਜਵਾਨ ਦੀ ਔਰ ਜਿੱਥੇ ਮੇਰੇ ਵੀਰ ਕਾਲੇ ਵਰਗੇ ਸਾਡੇ ਵੀਰ ਕਿਰਨੀ ਵਰਗੇ ਕਬੱਡੀ ਦੇ ਖੇਡ ਗਰਾਊਂਡਾਂ ਦੇ ਨਾਲ ਜੁੜੇ ਹੋਏ ਹੈ ਪਿਆਰੇ ਵਰਗੇ ਸਾਡੇ ਵੀਰ ਕਹਿੰਦੇ ਵੀ 16 ਜਨਵਰੀ ਨੂੰ ਵਿਆਹ ਬੰਧਨ ਦੇ ਵਿੱਚ ਬੰਧਿਆ ਪਿਆਰਾ ਨੌਜਵਾਨ ਉਹ ਸਭ ਵੀ ਲੱਖ ਲੱਖ ਮੁਬਾਰਕ ਹੈ ਟੀਮਾਂ ਭਾਜੀ ਖੜੀਆਂ ਦੋਨੇ ਟੀਮਾਂ ਖੜੀਆਂ ਕਿਉਂਕਿ ਆਪਾਂ ਬਾਹਰ ਹੀ ਰੋਕ ਲੈਂਦੇ ਹਾਂ ਟੀਮਾਂ ਭਾਵੀ ਬਿੰਦਰੂ ਨੌਜਵਾਨ ਕਬੱਡੀ ਖੇਡ ਮੈਦਾਨ ਦੇ ਵਿੱਚ ਬਿੰਦਰੂ ਤਖਤਪੁਰੇ ਦੇ ਲਾਗੇ ਪੈਂਦਾ ਪਿੰਡ ਹੈ ਤਖਤਪੁਰੇ ਦੇ ਕਬੱਡੀ ਟੂਰਨਾਮੈਂਟ ਦੇ ਵਿੱਚ ਵੀ ਇਸ ਨੌਜਵਾਨ ਨੇ ਬਹਿ ਜਾ ਕਰਵਾਈ ਹੈ ਬਿੰਦਰੂ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਔਰ ਚਾਰ ਜਾਫੀਆਂ ਦੀ ਟਾਪ ਲਾਈਨ ਦੇ ਵਿੱਚ ਕਿਹੜਾ ਨੌਜਵਾਨ ਕਰਦਾ ਜਿਹੜਾ ਲੱਖਿਆ ਹੈ ਗੱਲ ਮੇਰੇ ਵੀਰ ਸਰਾਵਾਂ ਪਿੰਡ ਦੀ ਹੈ ਔਰ ਸਰਾਵਾਂ ਵਾਲਾ ਲੱਖਾ ਕੱਢਣਾ ਰੁਮਾਲ ਦੇ ਗਿਆ ਵੀ ਆਪ ਬਹਿ ਗਏ ਆ ਮਲਾਇਤ ਵਿੱਚ ਜਾ ਕੇ ਕੱਢਣਾ ਰੁਮਾਲ ਦੇ ਗਏ ਆਪ ਬਹਿ ਗਏ ਆ ਮਲਾਇਤ ਵਿੱਚ ਜਾ ਕੇ ਲੈ ਵੀ ਨੌਜਵਾਨ ਦੱਸ ਫਿਰ ਕਿਹੜੀ ਟੀਮ ਬਿੰਦਰ ਹੈ ਲੈ ਬਲਜੀਤ ਨੋਟ ਕਰ ਲੈ ਦਵਾਨਿਆਂ ਦੀ ਟੀਮ ਚੱਲਦੇ ਮੈਚ ਦੀ ਬਿੰਦਰ ਟੀਮ ਹੈ ਦਵਾਨੀ ਦਰਸ਼ਨ ਦੇ ਸ਼ੁਰੂ ਕਰਵਾ ਦੇ ਵੀ ਨੌਜਵਾਨ ਨੇ ਬਾਹ ਪਗੜਾ ਮੈਚ ਖੇਡਿਆ ਜਾਣਾ ਹੈ ਇੱਕ ਪਾਸੇ ਕੋਠਾ ਗੁਰੂਕਿਆਂ ਦੀ ਟੀਮ ਹੈ ਮੇਰੀ ਵੀਰੋ ਭਗਤੇ ਦੇ ਲਾਗੇ ਪੈਂਦਾ ਪਿੰਡ ਹੈ ਦੂਸਰੇ ਪਾਸੇ ਰਾਈਆ ਮੇਰੇ ਨੈਣ ਤਰਸਦੇ ਰਹਿੰਦੇ ਨੇ ਇਹਨਾਂ ਨਿਗਾਣਾ ਵੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਇਹਨਾਂ ਨਿਗਾਣਾ ਵੇਖਣ ਨੂੰ ਗੱਲ ਰਾਈਏ ਵਾਲੇ ਦੀ ਆ ਮੇਰੀ ਵੀਰੋ ਰਾਈਏ ਪਿੰਡ ਦੀ ਟੀਮ ਹੈ ਦਰਸ਼ਕ ਵੀਰ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਖੇਡੂਗੀ ਨੋਟ ਕਰ ਲਿਓ ਧਿਆਨ ਦੇ ਨਾਲ ਮੈਚ ਬਹੁਤ ਤਕੜਾ ਹੈ ਔਰ ਦੂਸਰੀ ਟੀਮ ਕੋਠਾ ਗੁਰੂਕੇ ਭਗਤੇ ਦਾ ਏਰੀਆ ਹੈ ਔਰ ਨਹਿਰ ਵਾਲੀ ਸਾਈਡ ਖੇਡੇਗੀ ਨਹਿਰ ਵਾਲੀ ਸਾਈਡ ਖੇਡੇਗੀ ਕੋਠਾ ਗੁਰੂਕੇ ਔਰ ਦੂਸਰੇ ਪਾਸੇ ਜਿਹੜੀ ਟੀਮ ਹੈ ਮੇਰੀ ਵੀਰ ਰਾਈਏ ਪਿੰਡ ਦੀ ਹੈ ਆਹ ਗਵਰਨਰ ਨੂੰ ਕਹਿੰਦੇ ਗੁਰਪ੍ਰੀਤ ਸਿੰਘ ਮਾਨ ਕਹਿੰਦੇ ਕਹਿ ਰਹੇ ਹੋਣਗੇ ਹਾਂਜੀ ਜਿੰਦਰ ਸਿੰਘ ਜੀ ਢਾਲੀਵਾਲ ਉਹਨਾਂ ਵੱਲੋਂ 1100 ਰੁਪਇਆ ਦਾਣਾ ਆ ਜੀਵਨ ਸਿੰਘ ਜੀ ਰੰਧਾਵਾ ਉਹਨਾਂ ਵੱਲੋਂ 500 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਦਾਣਾ ਹੈਗਾ ਧੰਨਵਾਦ ਜੀ
ਲੋਕਾਂ ਨੇ ਵੀ ਮਾਨ ਨਹੀਂ ਪੈਂਦੀ ਕਬੱਡੀ ਤੇ ਧਿਆਨ ਨਾਲ ਥੋਹੀ ਪਿੰਡ ਦਾ ਕਰਦਾ ਹੋਇਆ ਟਰਾਈ ਥੋਹੀ ਪਿੰਡ ਦਾ ਸਰਾਜਾ ਦਾ ਧਿਆਨੇ ਦੇ ਨਾਲ ਮਸ਼ਹੂਰੀ ਕੀਤੀ ਹੈ ਆ ਖਿਡਾਰੀ ਕਹਿੰਦੇ ਵੀ ਦੁਨੀਆ ਦਾ ਸਟਾਰ ਖਿਡਾਰੀ ਬਣ ਗਿਆ ਕੰਧੀ ਰਾਈਏ ਪਿੰਡ ਦਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਣ ਦੇ ਲਈ ਬਾਅਦ ਆਵੇ ਕਾਹਦਾ ਬੱਸ ਚ ਉਤਰ ਗਈ ਤੂੰ ਨੀ ਬਠਿੰਡਾ ਵੀ ਬੀਕਾਨੇਰ ਹੋ ਗਿਆ ਬਠਿੰਡਾ ਵੀ ਬੀਕਾਨੇਰ ਹੋ ਗਿਆ ਰਾਈਏ ਪਿੰਡ ਦਾ ਕੰਧੀ ਕਬੱਡੀ ਪਾ ਰਿਹਾ ਤੇ ਬਿੱਟੂ ਮੇਰੇ ਵੀਰੋ ਕੋਠੇ ਗੁਰੂ ਕੇ ਦੀ ਧਰਤੀ ਦਾ ਇਸ ਵੇਲੇ ਕਰਦਾ ਹੋਇਆ ਟਰਾਈ ਪਰ ਪੈਣ ਜਿਹੜਾ ਕੰਧੀ ਦੇ ਹਿੱਸੇ ਉਹਨਾਂ ਵੱਲੋਂ ਵੀ 500 ਰੁਪਇਆ चार चार मनप्रीत बड़ा फर्दीला खिलाड़ी पहन लगे वापस जाना हुए चोट आ गई थोड़ी जी खिलाड़ी दे मेरी बेनती साडे डॉक्टर साहिबान मूव स्प्रे लेके जल्दी ना पुजण तेजवंत सिंह जी रंधावा ਉਹਨਾਂ ਵੱਲੋਂ 500 ਰੁਪਿਆ ਕਮੇਟੀ ਨੂੰ ਦਾਣਾ ਹੈ ਧੰਨਵਾਦ ਜੀ ਬਹੁਤ ਬਹੁਤ ਤੇਜਵੰਤ ਸਿੰਘ ਜੀ ਰੰਧਾਵਾ ਜਿੰਨੇ ਵੀ ਦਾਨੀ ਸੱਜਣ ਸਾਨੂੰ ਦਾਣ ਦੇ ਜਾਂਦੇ ਨਾਲ ਦੀ ਨਾਲ ਸਨਮਾਨ ਚਿੰਨ ਲੈ ਜਾ ਕਰੋ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਇਹਨਾਂ ਦਾ ਥੋੜੀ ਚੋਟ ਆਈ ਹੈ ਖਿਡਾਰੀ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੇ ਇਸ ਖਿਡਾਰੀ ਤੇ ਇਸੇ ਨਗਰ ਦਾ ਖਿਡਾਰੀ ਹੈ ਪਿੰਦਰ ਨੌਜਵਾਨ ਕਹਿੰਦੇ ਇਸ ਨੌਜਵਾਨ ਨੂੰ ਪਿੰਦਰ ਮੇਰੇ ਵੀਰੋ ਪੱਬਾਂ ਦਾ ਬਹੁਤ ਸੋਹਣਾ ਖਿਡਾਰੀ ਹੈ ਇਸ ਵੇਲੇ ਕਬੱਡੀ ਪਾ ਰਿਹਾ ਹੈ ਔਰ ਕੋਠੇ ਗੁਰੂ ਕੇ ਦੀ ਧਰਤੀ ਅੱਜ ਕੁਲਦੀਪ ਮੈਨੂੰ ਲੱਗਦਾ ਨਜ਼ਰ ਹੀ ਨਹੀਂ ਆ ਰਿਹਾ ਔਰ ਇਸ ਵੇਲੇ ਕਰਦਾ ਟਰਾਈ ਪਰ ਪੈਂਟ ਪਿੰਦਰ ਦੇ ਹਿੱਸੇ ਜੁੜਦਾ ਹੋਇਆ ਆਹ ਖਿਡਾਰੀ ਦਾ ਪਿੰਡ ਕਹਿੰਦੇ ਜਦੋਂ ਆਪਾਂ ਜਾਈਦੇ ਹਾਂ ਬਖਤਗੜ੍ਹ ਪਿੰਡ ਹੈ ਇਸ ਨੌਜਵਾਨ ਨੇ ਮੇਰੀ ਵੀਰੋ ਬਰਨਾਲਾ ਮੋਗਾ ਰੋਡ ਤੇ ਵਸਿਆ ਹੋਇਆ ਪਿੰਡ ਹੈ ਬਖਤਗੜ੍ਹ ਦੀ ਧਰਤੀ ਦਾ ਪੀਤਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅਕਵਾਲ ਸਿੰਘ ਜੀ ਮਾਣ ਉਹਨਾਂ ਵੱਲੋਂ 15,000 ਰੁਪਇਆ ਦਾਣਾ ਕਮੇਟੀ ਨੂੰ ਉਹਨਾਂ ਦਾ ਸਨਮਾਨ ਅਸੀਂ ਕਰ ਰਹੇ ਹਾਂ ਸਨਮਾਨ ਚਿੰਨ ਲੈਣਗੇ ਬੋਦਲ ਸਿੰਘ ਜੀ ਗੁਰੂ ਸਰ ਵਾਲੇ ਉਹਨਾਂ ਨੂੰ ਸਨਮਾਨ ਕਰ ਰਹੇ ਹਾਂ ਕਮੇਟੀ ਵਾਲੇ हाँ जी जगपिंदर सिंह जी जग्गी उन्हां वल्लों 11,000 रुपया आया वह भी अपना सन्मान लैण जी हाँ जी बलजीत सिंह जी सिद्धू कनेडियन उन्हां वल्लों जगराज सिंह जी सिद्धू कनेडियन उन्हां वल्लों 25,000 रुपया दान आया भी अपना सन्मान ले लैन जी हैलो जिहड़े वीर कोले मूव स्प्रे है कृपा करके खेड ग्राउंड दे विच पुजदी कर दे भी मूव स्प्रे
ਹਾਂਜੀ ਵੇਚਣਾ ਹੈ ਬਾਹਲੇ ਪਲੇਅਰ ਇਕੱਠੇ ਨਾ ਹੋਇਆ ਕਰਨ ਪਲੀਜ਼ ਬੇਨਤੀ ਨੂੰ ਮਨਜ਼ੂਰ ਕਰਿਓ ਬਾਹਲੇ ਗਰਾਊਂਡ ਦੇ ਵਿੱਚ ਪਲੇਅਰ ਇਕੱਠੇ ਨਾ ਹੋਇਆ ਕਰਨ ਜਿਨ੍ਹਾਂ ਦਾ ਮੈਚ ਆ ਉਹੀ ਰਹਿਣ ਬਾਕੀ ਸਾਈਡ 'ਤੇ ਹੋ ਕੇ ਬੈਠ ਜਾ ਕਰੋ ਹਾਂਜੀ ਜਤਿੰਦਰ ਸਿੰਘ ਜੀ ਧਾਲੀਵਾਲ ਕੈਨੇਡਾ ਇਹਨਾਂ ਵੱਲੋਂ 10,000 ਰੁਪਇਆ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਜਤਿੰਦਰ ਸਿੰਘ ਜੀ ਧਾਲੀਵਾਲ ਹਾਂਜੀ ਰਣਜੀਤ ਸਿੰਘ ਜੀ ਸੈਕਟਰੀ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਮਨਿੰਦਰ ਟੀਟੂ ਵੱਲੋਂ 21,000 ਰੁਪਇਆ ਹਾਂਜੀ ਕਮਲਪ੍ਰੀਤ ਵੱਲੋਂ 100 ਰੁਪਇਆ ਗੱਗੀ ਨੂੰ ਸਪੈਸ਼ਲ ਨਾਮ ਹੈਲੋ ਰਣਜੀਤ ਸਿੰਘ ਜੀ ਸੈਕਟਰੀ ਸੀਰਾ ਆਸਟ੍ਰੇਲੀਆ ਤੇ ਜੱਗੀ ਕੈਲਗਰੀ ਵੱਲੋਂ 500 ਰੁਪਏ ਦਾ ਮਾਨ ਸਨਮਾਨ ਕੀਤਾ ਗਿਆ ਗੱਗੀ ਦਾ ਹਾਂਜੀ ਉੱਧਰ ਅਸੀਂ ਨਾਲ ਦੀ ਨਾਲ ਸਨਮਾਨ ਵੀ ਕਰੀ ਜਾਣਾ ਉੱਧਰ ਸਾਨੂੰ ਸਾਡੇ ਵੱਡੇ ਵੀਰ ਪਾਲ ਪੋਪਾ ਰਾਏ ਜੀ ਉਹਨਾਂ ਦਾ ਵੀ ਕੈਨੇਡਾ ਤੋਂ ਸਪੈਸ਼ਲ ਫੋਨ ਆਇਆ ਐਡਮਿੰਟਨ ਸਪੋਰਟਸ ਕਲੱਬ ਦੇ ਪ੍ਰਧਾਨ ਸਾਹਿਬ ਉਹ ਵੀ ਨੈੱਟ 'ਤੇ ਟੂਰਨਾਮੈਂਟ ਦਾ ਆਨੰਦ ਮਾਣ ਰਹੇ ਆ ਧੰਨਵਾਦ ਜੀ ਬਹੁਤ ਬਹੁਤ ਉਹਨਾਂ ਦਾ ਹਾਂਜੀ ਸ਼ਹੀਦ ਉਦੇ ਸਿੰਘ ਦੀ ਯਾਦ ਦੇ ਵਿੱਚ ਭਗਤਾਂ ਦੇ ਪਰਿਵਾਰ ਵੱਲੋਂ 11,000 ਰੁਪਇਆ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਸ਼ਹੀਦ ਉਦੇ ਸਿੰਘ ਜੀ ਯਾਦ ਵਿੱਚ ਭਗਤਾਂ ਦੇ ਪਰਿਵਾਰ ਵੱਲੋਂ 11,000 ਰੁਪਇਆ ਨਾਮ ਆਇਆ ਅਦਾਨ ਆਇਆ ਜੀ ਉਹ ਵੀ ਆਪਣਾ ਸਨਮਾਨ ਲੈਣ ਜੀ ਸਵਰਗਵਾਸੀ ਬਚਨ ਸਿੰਘ ਜੀ ਪੱਕੇ ਘਰ ਵਾਲੇ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਜਗਦੀਪ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ 11,000 ਰੁਪਇਆ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਹਾਂਜੀ ਕਮਲਪ੍ਰੀਤ ਜੀ ਆਓ ਜੀ ਲਓ ਜੀ ਸਨਮਾਨ ਹਾਂਜੀ ਗੁਰਕੀਰਤਨ ਸਿੰਘ ਜੀ ਕੈਨੇਡੀਅਨ ਉਹਨਾਂ ਵੱਲੋਂ 25,000 ਰੁਪਇਆ ਦਾਨ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਕਹਿੰਦੇ ਆ ਜਾ ਭੱਜ ਕੇ ਆ ਜਾ ਭੱਜਿਆ ਕਰਾਂ ਸਨਮਾਨ ਲੈ ਜਾ ਹੈਲੋ ਇੱਕ ਮਿੰਟ ਵੀਰੇ ਮਹਿਰਾਜ ਅਤੇ ਨੰਗਲ ਆ ਜਾਓ ਵੀਰੇ ਦੱਸੀ ਕਿਹੜੀ ਟੀਮ ਜੇਤੂਗਾ ਵੀਰੇ ਰਾਈਆ ਬਲਜੀਤ ਨੋਟ ਕਰਵਾ ਦੀ ਵੀਰੇ ਰਾਈਏ ਦੀ ਟੀਮ ਜੇਤੂਗਾ ਠੀਕ ਆ ਜੀ ਨਾਲ ਗਲੀ ਵਾਲਾ ਵੀਰ ਸਾਡਾ ਗਲੀ ਪਾ ਕੇ ਜਾ ਮੈਚ ਕਹਿੰਦੀ ਵੀ ਬਹੁਤ ਤਕੜਾ ਹੈ ਇਸ ਵੇਲੇ ਸ਼ੁਰੂ ਹੋਇਆ ਬਾਂਟੀ ਦੀ ਪੈਂਦੀ ਕਬੱਡੀ ਸਾਦੋ ਕਿਆ ਮਾਲੇ ਦੀ ਔਰ ਮਹਾਰਾਜ ਪਿੰਡ ਦਾ ਜਾਫੀ ਕਰਦਾ ਟਰਾਈ ਪਰ ਪੈਣ ਜਿਹੜਾ ਬਾਂਟੀ ਸਾਦੋ ਕਿਆ ਮਾਲਾ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਏ ਦਰਸ਼ਕ ਵੀਰਾਂ ਨੇ ਮੇਰੀ ਬੇਨਤੀ ਆ ਵੀ ਲੰਘ ਜਾਣ ਦਿਓ ਕੋਈ ਗੱਲ ਨਹੀਂ ਬਾਈ ਜਾਨਵਰ ਨੂੰ ਲੰਘ ਜਾਣ ਦਿਓ ਪਾ ਵੀ ਕੁਲਦੀਪ ਨੂੰ ਜਾਂਦੇ ਕਬੱਡੀ ਕੁਲਦੀਪ ਮੇਰੇ ਵੀਰੇ ਉਹ ਮਹਾਰਾਜ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਚਾਰ ਜਾਫੀਆਂ ਦੇ ਵਿੱਚੋਂ ਕਿਹੜੇ ਨੌਜਵਾਨ ਮੇਰੇ ਵੀਰੋ ਇੱਕ ਪਾਸੇ ਦੀਪਾ ਦੂਸਰੇ ਪਾਸੇ ਜੱਸਾ ਮੇਰੇ ਵੀਰੋ ਸੁਖਦੇਵ ਸਿੰਘ ਜੀ ਕੈਨੇਡੀਅਨ ਉਹਨਾਂ ਵੱਲੋਂ 5,000 ਰੁਪਇਆ ਦਾਨ ਆਇਆ ਸੁਖਦੇਵ ਸਿੰਘ ਜੀ ਕੈਨੇਡੀਅਨ ਉਹਨਾਂ ਵੱਲੋਂ 5,000 ਦਾਨ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਆ ਨਿੱਜੀ ਕਰਤੱਵ ਬੰਦ ਨੇ ਬਾਈ ਕਿਸੇ ਨੇ ਨਿੱਜੀ ਕਰਤੱਵ ਨਹੀਂ ਕਰਨੇ ਹੈਲੋ ਕਲੀ ਵਾਲੇ ਵੀਰ ਨੂੰ ਮੇਰੀ ਬੇਨਤੀ ਅਸੀਂ ਬਾਰ ਬਾਰ ਕਲੀ ਵਾਲੇ ਨੂੰ ਕਹਿ ਰਹੇ ਹਾਂ ਕਿਰਪਾ ਕਰਕੇ ਕਲੀ ਜ਼ਰੂਰ ਪਾ ਜੇ ਮੇਰੇ ਵੀਰੋ
ਜੱਸਾ ਤੇ ਕਹਿੰਦੇ ਲੱਖੂ ਪੁੱਚੋ ਵਾਲਾ ਪੁੱਚੋ ਵਾਲਾ ਮੇਰੇ ਵੀਰੋ ਜੀ ਕਰਤੱਬ ਬੰਦ ਨੇ ਕੋਈ ਵੀ ਆ ਕੇ ਸਟੇਜ ਦੇ ਵਿੱਚ ਉੱਤੇ ਸਾਨੂੰ ਤੰਗ ਨਾ ਕਰੇ ਸੀਰਾ ਆਸਟ੍ਰੇਲੀਆ ਤੇ ਜੱਗੀ ਕੈਲਗਰੀ ਵੱਲੋਂ 200 ਰੁਪਇਆ ਪੁੱਚੋ ਵਾਲੇ ਲੱਖੂ ਨੂੰ ਪੁੱਚੋ ਵਾਲੇ ਲੱਖੂ ਨੂੰ ਮੇਰੇ ਵੀਰੋ ਜੱਫੇ ਤੋਂ ਖੁਸ਼ ਹੋ ਕੇ ਸ਼ੀਰਾ ਕਹਿੰਦੇ ਵੀ ਕਾਫੀ ਲੰਬੇ ਸਮੇਂ ਦਾ ਖਿਡਾਰੀ ਹੈ ਹਰਪ੍ਰੀਤ ਸਿੰਘ ਪੀਤਾ ਇੰਗਲੈਂਡ ਵਾਲੇ ਉਹਨਾਂ ਵੱਲੋਂ 11,000 ਆਇਆ ਉਹ ਵੀ ਆਪਣਾ ਸਨਮਾਨ ਲੈ ਲੈਣ ਜੀ ਹਰਪ੍ਰੀਤ ਸਿੰਘ ਜੀ ਪੀਤਾ ਉਹਨਾਂ ਵੱਲੋਂ 11,000 ਰੁਪਇਆ ਦਾਨ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਅਗਲੇ ਮੈਚਾਂ ਦੇ ਲਈ ਜਸ਼ਵਿੰਦਰ ਸਿੰਘ ਆਸਾ ਬੁੱਟਰ ਉਹ ਵੀ ਖੇਡ ਗਰਾਊਂਡ ਦੇ ਵਿੱਚ ਆ ਜਾਣ ਸਾਡੀ ਜ਼ਿੰਦਗੀ ਦੇ ਸਤਿਕਾਰਯੋਗ ਵੀਰ ਹੈ ਪ੍ਰਧਾਨ ਹਰਮੀਤ ਸਿੰਘ ਦੀ ਯਾਦ ਦੇ ਵਿੱਚ ਮੋਗੇ ਵਾਲਿਆਂ ਦੇ ਪਰਿਵਾਰ ਵੱਲੋਂ 20,000 ਰੁਪਇਆ ਦਾਨ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਕੁਲਦੀਪ ਕਹਿੰਦੇ ਕਬੱਡੀ ਪਾਉਂਦਾ ਹੋਇਆ ਲੈ ਵੀ ਛਿੰਦਿਆ ਤਖਤਪੁਰਾ ਸਾਹਿਬ ਦੇ ਮੇਲੇ ਤੋਂ ਮੇਲਾ ਲੁੱਟਿਆ ਨੌਜਵਾਨਾਂ ਇੱਕ ਪਾਸੇ ਦੇਖਦਾ ਵੀ ਕਿਹੋ ਜਿਹਾ ਕਮਾਲ ਜਿਸੂ ਮੇਰੇ ਵੀਰ 155 ਪਾਉਂਡ ਖੇਡਿਆ ਕੈਨੇਡਾ ਦੇ ਖੇਡ ਗਰਾਊਂਡਾਂ ਦੇ ਵਿੱਚ ਰਜਿੰਦਰ ਸਿੰਘ ਜੀ ਟਿੰਡਵਾਲ ਉਹਨਾਂ ਦੇ ਪਰਿਵਾਰ ਵੱਲੋਂ 11,000 ਰੁਪਇਆ ਦਾਨ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਰਜਿੰਦਰ ਸਿੰਘ ਟਿੰਡਵਾਲ ਉਹਨਾਂ ਵੱਲੋਂ 11,000 ਰੁਪਇਆ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਅਲਕੜਿਆਂ ਦੀ ਟੀਮ ਜਲਦੀ ਨਾ ਖੇਡ ਗਰਾਊਂਡ ਦੇ ਵਿੱਚ ਆਵੇ ਅਲਕੜੇ ਲੋਕੇ ਨੇ ਵੀ ਬੰਟੀ ਕਬੱਡੀ ਪਾ ਰਿਹਾ ਮੇਰੇ ਵੀਰੋ ਸਾਦੋਕਿਆਂ ਵਾਲਾ ਤੇ ਚੌਂਕਿਆਂ ਦਾ ਸੇਵ ਕਿਸ ਵੇਲੇ ਕਰਦਾ ਹੋਇਆ ਟਰਾਈ 155 ਪਾਉਂਡ ਖੇਡਿਆ ਕੈਨੇਡਾ ਦੇ ਖੇਡ ਗਰਾਊਂਡਾਂ ਦੇ ਵਿੱਚ ਸੇਵ ਕਿ ਚੌਂਕਿਆਂ ਵਾਲਾ ਨੌਜਵਾਨ ਮੇਰੇ ਵੀਰੋ ਪਰਵਿੰਦਰ ਸਿੰਘ ਪਿੰਦੀ ਉਹਨਾਂ ਵੱਲੋਂ 10,000 ਰੁਪਇਆ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਉਹਨਾਂ ਦੇ ਪਰਿਵਾਰ ਵੱਲੋਂ 10,000 ਰੁਪਇਆ ਦਾਨ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਬੰਟੀ ਮੇਰੇ ਵੀਰੋ ਸਾਦੋ ਕਿਆਂ ਵਾਲਾ 6-7-8 ਫਰਵਰੀ ਕਹਿੰਦੇ ਸਾਦੋ ਕਿਆਂ ਦੀ ਕਬੱਡੀ ਟੂਰਨਾਮੈਂਟ ਦੀ ਹੈ 30-31 ਤਰੀਕ ਭਾਗੀ ਕਹਿੰਦੇ ਕਬੱਡੀ ਟੂਰਨਾਮੈਂਟ ਦੀ ਲੈ ਖਹਿ ਰਿਹਾ ਹਾਂਜੀ ਮਾਸਟਰ ਅਜੀਤ ਸਿੰਘ ਜੀ ਬੇਦਾਲਾ ਉਹਨਾਂ ਦੇ ਪਰਿਵਾਰ ਵੱਲੋਂ 3100 ਰੁਪਇਆ ਸਨਮਾਨ ਆਇਆਗਾ ਉਹ ਵੀ ਆਪਣਾ ਸਨਮਾਨ ਕਰਨ ਜੀ 3100 ਰੁਪਇਆ ਜਿਹੜੀ ਟੀਮ ਫਾਸਟ ਰਹਿੰਦੀ ਆ ਅਲਬਾਟਾ ਵੱਲੋਂ 1,000 ਰੁਪਇਆ ਤੇ ਰਾਣਾ ਧਾਲੀਵਾਲ ਕਹਿੰਦਾ ਵੀ ਉਹਦੇ ਵੱਲੋਂ ਵੀ ਪਰਮਿੰਦਰ ਸਿੰਘ ਜੀ ਮਲੇਸ਼ੀਆ ਵੱਡਾ ਮਾਨ ਸਨਮਾਨ ਦਿੱਤਾ ਜਾਣੇ ਪਰਮਿੰਦਰ ਸਿੰਘ ਜੀ ਧਾਲੀਵਾਲ ਦੇ ਅਲਬਾਟਾ ਵੱਲੋਂ ਮੇਰੀ 3100 ਰੁਪਇਆ ਜੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਪਰਮਿੰਦਰ ਸਿੰਘ ਜੀ ਮਲੇਸ਼ੀਆ ਉਹਨਾਂ ਵੱਲੋਂ 3100 ਰੁਪਇਆ ਦਾਨ ਆਇਆ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਮਿਹਰਬਾਨ ਸਿੰਘ ਜੀ ਕੈਨੇਡੀਅਨ ਉਹਨਾਂ ਵੱਲੋਂ 11,000 ਰੁਪਇਆ ਦਾਨ ਆਇਆ ਵੀ ਆਪਣਾ ਸਨਮਾਨ ਲੈਣ ਜੀ ਹਾਂਜੀ ਪਰਮਿੰਦਰ ਸਿੰਘ ਜੀ ਕਾਕਾ ਮਲੇਸ਼ੀਆ ਵਾਲੇ ਉਹਨਾਂ ਵੱਲੋਂ 3100 ਰੁਪਇਆ ਦਾਨ ਆਇਆ ਆਪਣਾ ਸਨਮਾਨ ਲੈਣ ਜੀ ਹਾਂਜੀ ਦਲੀਪ ਸਿੰਘ ਜੀ ਕੈਨੇਡੀਅਨ ਉਹਨਾਂ ਵੱਲੋਂ 11,000 ਰੁਪਇਆ ਦਾਨ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਦਲੀਪ ਸਿੰਘ ਜੀ ਕੈਨੇਡੀਅਨ ਕਲੀ ਵਾਲੇ ਵੀਰ ਨੂੰ ਮੇਰੀ ਬੇਨਤੀ ਹੈ ਕਲੀ ਜ਼ਰੂਰ ਪਾਵੇ ਖੇਡ ਗਰਾਊਂਡ ਦੇ ਵਿੱਚ ਬੰਟੀ ਸਾਦੋ ਕਿਆਂ ਵਾਲਾ ਕਹਿੰਦੇ ਵੀ ਇੱਧਰ ਸੇਵਕ ਚੌਂਕਿਆਂ ਦਾ ਮੇਰੇ ਵੀਰੋ ਜੇ ਸਵਾਦ ਆ ਰਿਹਾ ਇੱਕ ਵਾਰੀ ਜ਼ੋਰਦਾਰ ਲਲਕਾਰਾ ਹੋ ਜੇ ਸਵਾਦ ਆਉਣ ਵਾਲੀ ਗੱਲ ਆ ਮੇਰੇ ਵੀਰੋ ਪਾ ਵੀ ਕੁਲਦੀਪ ਨੌ ਜਾਂਦਾ ਕਬੱਡੀ ਇੱਧਰ ਕਹਿੰਦੇ ਵੀ ਲਾਈਵ ਟੈਲੀਕਾਸਟ ਹੋ ਰਿਹਾ ਬਿਹਲਾ ਕਬੱਡੀ .com ਰਾਹੀਂ ਮੇਰੇ ਵੀਰੋ ਦੇਵ ਸਿੰਘ ਜੀ ਮਨੀਲਾ ਉਹਨਾਂ ਵੱਲੋਂ 5,000 ਰੁਪਇਆ ਦਾਨ ਆਇਆ ਉਹ ਵੀ ਆਪਣਾ ਸਨਮਾਨ ਲੈ ਜਾਣ ਜੀ ਦੇਵ ਸਿੰਘ ਜੀ ਮਨੀਲਾ
तलवंडी भी गेरियां ते अलगड़े अगले मैचां दी तैयारी कर लेन तलवंडी भी गेरियां ते अलगड़े इधर मेंटू साडा वीर बिल्ली वाला कवरेज कर रहा है कल्ली कल्ली कवरेज मेरे वीरो खेड स्टेडियम दे विच अज लगी नियां रौनका बाबा बुड्ढा जी स्टेडियम दे विच बड़ियां रौनका लगन जा रही है ते पैंदी कबड्डी मेरे वीरो इस वेले कहंदे भी जस्सा एक खैरा जसवीर सिंह जी अकाली उन्होंने बेनती है भी अपना सम्मान लेके जाना परविंदर सिंह जी सुपुत्र जसवीर सिंह जी सिद्धू अकाली इंग्लैंड उन्होंने वालों 10,000 रुपया वो भी अपना सम्मान लैन जी लाउदर मेरे वीरे जिसू कहते इस नौजवान ने 155 पाउंड खेडे कनेडा ने बिच आ नौजवान जो स्वाद आता तो एक बारी ताड़ियां मार दो खिलाड़ी कृपा करके बैठ जान मैच बड़ा तकड़ा बलजीत सिंह आ बिल्ले का इतिहास राजा जाने लिया दस हाथ क्या माला मेरे भीर बंटी पेंड लैके आओ आया पेंड लैके वापस आना हुए इधर साढ़ा भी राणा धालीवाल लाइव मैचों का टेलीकास्ट तक बिट्टू भुल्लर जी आ जाने जी सम्मान ले लो एबल सिंह जी पप्पू कनेडा उन्होंने वालों 10,000 रुपया आया वह भी अपना सम्मान लेना कमलजीत सिंह जी कनेडा वह भी विशेष तौर पर पुजे हुए हैं बहुत बड़ा धन्यवाद किया जाता है नाल सरदार तरसेम सिंह जी रंधावा अचेचे तौर पर पुजे हुए गहगटमा धन्यवाद किया जाता है तरसेम सिंह जी रंधावा नाल ही शमशेर सिंह जी बीला वह भी अचेचे तौर पर पुजे हुआ बड़ा धन्यवाद किया जाता है शमशेर सिंह जी बीला गह गडमा धनबाद किया जाता है इस कबड्डी टूरनामेंट पुजन से बाबा बुढ़ा जी स्टेडियम मेरे वीरों लगिया रौनकों से बंटी और मेरे वीरों लगता जस्सा साधो क्या माल पहन लेके वापस जे स्वाद आया तो एक बार ताड़ी मार दो सुरबीर किमें आखा जो मैदान छड़ जे वो शेर नहीं हुंदा जो किले बज जे जुलम सही जावे चक्के ना जो खंडा मित्रो वो बंदिया च हुंदा नहीं वो बंदा मित्रो नोट करो जी चलते मैच दे विचों नंगल की टीम विनर टीम नंगल बलजीत भीरे नोट कर ली नंगल जेतू है आदि जसविंदर तैयारियां करके इन्होंने तुहाडे रूबरू तुहाडे सन्मुख कर दिता अज उसे लड़ी दे विच पंजाबी मां खेड कबड्डी दे जिहड़े मुकाबले चल रहे ने सो असी धन्नवाद करांगे समुचे बाबा बुढ़ा जी स्पोर्ट्स क्लब का धन्नवाद करांगे इन्हां दे वीरां का धन्नवाद करांगे उन्हां कबड्डी के दीवानियां का जिन्होंने मां खेड कबड्डी के वड्डे योगदान अदा करके खेड कबड्डी के मैदान दियां गल्लां करवा दित्तियां अज दे इस कबड्डी कप दे उत्ते जिन्हें भी सत्कार दे योग वीर पुजे ने सारे दर्शकों के चरणों के विच तुहाडे अपने छोटे वीर जसविंदर हासा बुट्टर दे वल्लों धन्नवाद है मैं जिवें कहिंदे ने राइया ते दीवाने राइया ते दीवानियां दा जिहड़ा अगला मैच है दोवें टीमां बिना किसी देरी दे फौरी तौर पर 2 मिनट के विच विच ग्राउंड दे विच पुज जाण राइया ते दीवाने कलंगिया वालिया लिखा कि सिफत तेरी कागज कलम तो तेरा आकार वड्डा तेरे गुण ते तेरी वड्याई वड्डी ते गुणा दा चोजी भंडार वड्डा तेरी धन कुरबानी मेरे शहनशाह जी कीता सिख कौम ते तुसी उदार वड्डा किसे दियां बहारां नूं नहीं खोसन दिता ते भावें अपने बाग बहरान हो गए हत्थी छावां कीतियां लखां पुत्रां नूं अपने चारे सी चारे कुरबान हो गए साहिबे कमाल साहिब श्री गुरु गोबिंद सिंह जी महाराज दी इस अपार किरपा दे सदका अज पंजाब दे उते रंग भाग लगे हुए ने बाबे नानक की धरती कह लिए बाबे बुढ़े की धरती कह लिए बीले दे विच अज कबड्डी का महाकुंभ एन आर आई वीरां दे संजोग दे नाल उधरले पासे अलबर्टा पंजाबी स्पोर्ट्स क्लब एडमिंटन का बड़ा संजोग है सो राणा धालीवाल जी उरी पुजे हुए ने अवतार सिंह जी फौजी साहब उन्हां वालों 3100 रुपया आया सी वह भी अपना सम्मान लै जाण जी राइया ते दीवानियां दीआं टीमां दे नाल मुकाबले जिहड़े होणगे टीमां जल्दी ग्राउंड दे विच पुज्जी जाण मैं वड्डा धन्नवाद करांगा साडे बहुत ही सत्कार दे योग गुरप्रीत सिंह घोगा उहनूं बेनती है सन्मान लै जाण हरप्रीत सिंह इंग्लैंड वाले उहनां वल्लों 11,000 रुपया दान आया उह भी अपना सन्मान लै के जाण जी
ਮੈਂ ਵੱਡਾ ਧੰਨਵਾਦ ਕਰਾਂਗਾ ਵੱਡੇ ਵੀਰ ਕਿਰਨਦੀਪ ਸਿੰਘ ਜੀ ਮਿੰਟੂ ਸਰਪੰਚ ਬੀਲਾ ਸੋ ਵੱਡੇ ਪਿਆਰ ਦਿੰਦੇ ਨੇ ਸਤਿਕਾਰ ਦਿੰਦੇ ਨੇ ਉਹਨਾਂ ਦੇ ਸਤਿਕਾਰ ਦੇ ਸਦਕਾ ਉਹਨਾਂ ਦੇ ਸੱਦੇ ਦੇ ਉੱਤੇ ਪੁੱਜੇ ਹਾਂ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਸਿਜਦਾ ਕਰਨ ਦੇ ਲਈ ਇੱਥੇ ਤੁਹਾਡੇ ਰੂਬਰੂ ਕੀਤਾ ਮੈਂ ਧੰਨਵਾਦ ਕਰਾਂਗਾ ਸੋ ਕਬੱਡੀ ਦੇ ਦੀਵਾਨਿਆਂ ਦਾ ਰਾਣਾ ਧਾਲੀਵਾਲ ਜੀ ਪੁੱਜੇ ਹੋਏ ਨੇ ਜਿੱਥੇ ਕਹਿੰਦੇ ਨੇ ਵੀ ਵੱਡਾ ਸਹਿਯੋਗ ਹੈ ਇਸ ਕਬੱਡੀ ਦੇ ਕੱਪ ਦੇ ਵਿੱਚ ਸਰਜੀਤ ਸਿੰਘ ਜੀ ਬੀਹਲਾ ਖੁਰਦ ਉਹਨਾਂ ਵੱਲੋਂ 1000 ਰੁਪਇਆ ਉਹਨਾਂ ਦਾ ਵੀ ਧੰਨਵਾਦ ਜੀ ਬਹੁਤ ਬਹੁਤ ਹਾਂਜੀ ਹਰਪ੍ਰੀਤ ਸਿੰਘ ਜੀ ਪੀਤਾ ਉਹਨਾਂ ਵੱਲੋਂ 11000 ਰੁਪਇਆ ਦਾਨ ਆਇਆ ਸੀ ਉਹ ਵੀ ਆਪਣਾ ਸਨਮਾਨ ਲੈ ਰਹੇ ਨੇ ਧੰਨਵਾਦ ਜੀ ਅਵਤਾਰ ਸਿੰਘ ਜੀ ਫੌਜੀ ਉਹਨਾਂ ਵੱਲੋਂ 3100 ਰੁਪਇਆ ਹਾਂ ਜੀ ਜਿਹੜੇ ਵੀ ਦਾਨੀ ਸੱਜਣ ਦਾਨ ਦੇ ਕੇ ਜਾਂਦੇ ਨੇ ਨਾਲ ਦੀ ਨਾਲ ਆਪਣਾ ਸਨਮਾਨ ਚਿੰਨ ਜ਼ਰੂਰ ਪ੍ਰਾਪਤ ਕਰਿਆ ਕਰਨ ਜੀ ਧੰਨਵਾਦ ਜੀ ਸੋ ਬਲਜੀਤ ਸਿੰਘ ਜੀ ਚੱਲੀਏ ਗਰਾਊਂਡ ਚੋਂ ਹਾਂਜੀ ਕਰੋ ਸ਼ੁਰੂਆਤ ਬਹੁਤ ਧੰਨਵਾਦ ਪੰਜਾਬੀ ਮਾਂ ਖੇਡ ਕਬੱਡੀ ਦੇ ਮੁਕਾਬਲੇ ਜਿੱਥੇ ਚੱਲ ਰਹੇ ਨੇ ਆਲਕੜਾ ਤੇ ਤਲਵੰਡੀ ਮਲੀਆਂ ਦੀਆਂ ਟੀਮਾਂ ਦੇ ਦਰਮਿਆਨ ਸੋ ਨਹਿਰ ਵਾਲੇ ਪਾਸੇ ਜਿਹੜੀ ਤਲਵੰਡੀ ਮਲੀਆਂ ਦੀ ਟੀਮ ਹੈ ਆਲਕੜਿਆਂ ਦੀ ਟੀਮ ਜਿਹੜੀ ਚੱਲੀ ਗਈ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਜਿੱਥੇ ਕਹਿੰਦੇ ਨੇ ਬਹੁਤ ਤਕੜੇ ਮੁਕਾਬਲੇ ਖੇਡੇ ਜਾ ਰਹੇ ਨੇ ਅੱਜ ਬਾਬਾ ਬੁੱਢਾ ਜੀ ਕਬੱਡੀ ਕਲੱਬ ਤਲਵੰਡੀ ਭੰਗੇਰੀਆਂ ਦੀ ਧਰਤੀ ਦਾ ਇਹ ਗਿਆ ਨਹੀਂ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਸਾਹਮਣੇ ਚਾਰ ਜਿਹੜੇ ਜਾਫੀ ਨੇ ਅਲਕੜੇ ਪਿੰਡ ਦੇ ਦੌਲੀ ਦੇ ਪਿੰਡ ਦੇ ਨੇ ਕਹਿ ਲਈਏ ਜਗਸੀਰ ਹੋਰਾਂ ਦੇ ਪਿੰਡ ਦੇ ਪਰ ਸਾਹਮਣੇ ਆਹ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਡਿਕਲੇਅਰ ਹੋ ਚੁੱਕੇ ਆ ਮਾਲਵਾ ਕਬੱਡੀ TV.com ਦੇ ਉੱਤੇ ਬੀਹਲਾ ਕਬੱਡੀ .com ਦੇ ਉੱਤੇ ਅੱਜ ਦੇ ਦੋ ਜਿਹੜੀਆਂ ਜਿਵੇਂ ਕਹਿੰਦੇ ਨੇ ਵੈਬਸਾਈਟਾਂ ਦੇ ਉੱਤੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਵੱਡਾ ਧੰਨਵਾਦ ਹੈ ਉਧਰਲੇ ਪਾਸੇ ਅੱਜ ਦੇ ਜਿਹੜੇ ਪ੍ਰਮੋਟਰ ਨੇ ਇਸੇ ਖੇਡ ਕਬੱਡੀ ਦੇ ਸਪੌਂਸਰਸ ਨੇ ਰਾਣਾ ਧਾਲੀਵਾਲ ਜੀ ਕੈਨੇਡਾ ਤੋਂ ਕੈਨੇਡਾ ਦੇ ਐਡਮਿੰਟਨ ਸ਼ਹਿਰ ਨੌਰਥ ਵਾਲੇ ਪਾਸੇ ਵੱਸਦੇ ਨੇ ਪਾਲ ਬੋਪਾਰਾ ਅਜਾਇਬ ਲਖਵੀਰ ਸਿੰਘ ਜੀ ਮਠੱਡਾ ਔਰ ਬਲਦੇਵ ਸਿੰਘ ਜੀ ਹਾਂਸ ਕਲਾਂ ਨਾਲ ਹਰਬੰਸ ਸਿੰਘ ਜੀ ਹਾਂਸ ਕਲਾਂ ਵਾਲੇ ਬਿੱਟੂ ਅਠੂਰ ਵਾਲੇ ਇਹਨਾਂ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ ਨਾਲ ਮੇਜਰ ਸਿੰਘ ਜੀ ਬਰਾੜ ਕੈਲਗਰੀ ਵਾਲੇ ਜਲੰਧਰ ਸਿੰਘ ਜੀ ਸਿੱਧੂ ਐਡਮਿੰਟਨ ਵਾਲੇ ਕਰਮਪਾਲ ਸਿੱਧੂ ਲੰਡੇਕਿਆਂ ਵਾਲੇ ਔਰ ਮੇਰੇ ਵੀਰੋ ਬਹੁਤ ਹੀ ਸਤਿਕਾਰ ਸਹਿਤ ਜਿੰਨੇ ਵੀ NRI ਵੀਰ ਜਿਨ੍ਹਾਂ ਨੇ ਵੱਡਾ ਸਹਿਯੋਗ ਦਿੱਤਾ ਇਸ ਕਬੱਡੀ ਦੇ ਕੱਪ ਦੇ ਵਿੱਚ ਸਾਰਿਆਂ ਦਾ ਧੰਨਵਾਦ ਹੈ ਉਧਰਲੇ ਪਾਸੇ ਕੌਡੀ ਪਾਉਣ ਦੇ ਲਈ ਮੱਲੀਆ ਵਾਲਾ ਪਿੰਡ ਹੈ ਸਨਾਉਜਨ ਹੈਪੀ ਦਾ ਰੰਗ ਭਾਵੇਂ ਕਾਲਾ ਹੈ ਪਰ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾਉਣ ਦੀ ਜ਼ਰੂਰਤ ਰੱਖਦਾ ਹੋਇਆ ਉਧਰ ਕਹਿੰਦੇ ਨੇ ਆਲਕੜਿਆਂ ਵਾਲਾ ਜਾਫੀ ਬੜਾ ਫੰਨੇ ਖਾਂ ਤੇ ਚੋਟੀ ਦਾ ਹੈ ਪਰ ਮੱਲੀਆਂ ਵਾਲੇ ਦੇ ਹੈਪੀ ਲੋਟ ਨਹੀਂ ਆਇਆ ਅੰਕ ਮੱਲੀਆਂ ਵਾਲੇ ਦੇ ਹੈਪੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਗੋਵਿੰਦਰ ਸਿੰਘ ਜੀ ਲਾਣੇ ਵਾਲੇ ਉਹਨਾਂ ਵੱਲੋਂ 2100 ਰੁਪਇਆ ਆਇਆ ਗਾ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਸੁਵਿੰਦਰ ਸਿੰਘ ਜੀ ਲਾਣੇ ਵਾਲੇ ਉਹਨਾਂ ਵੱਲੋਂ ਵੀ 2100 ਰੁਪਇਆ ਆਇਆ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਗੋਵਿੰਦਰ ਸਿੰਘ ਜੀ ਲਾਣੇ ਵਾਲੇ ਉਹਨਾਂ ਵੱਲੋਂ 2100 ਰੁਪਇਆ ਆਇਆ ਸਨਮਾਨ ਪ੍ਰਾਪਤ ਕਰਨ ਜੀ ਉਹ ਵੀ ਸੁਵਿੰਦਰ ਸਿੰਘ ਜੀ ਲਾਣੇ ਵਾਲੇ ਉਹਨਾਂ ਵੱਲੋਂ ਵੀ 2100 ਰੁਪਇਆ ਆਇਆ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਪੰਜਾਬੀ ਮਾਂ ਖੇਡ ਕਬੱਡੀ ਦਾ ਜਿਹੜਾ ਅਗਲਾ ਮੈਚ ਖੇਡਿਆ ਜਾਵੇਗਾ ਰਾਈਆ ਤੇ ਦੀਵਾਨੇ ਦੋਵੇਂ ਟੀਮਾਂ ਨੂੰ ਮੈਂ ਪਹਿਲਾਂ ਵੀ ਅਨਾਊਂਸ ਕਰ ਦਿੱਤਾ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਨਹੀਂ ਪੁੱਜੀਆਂ ਚੰਨਣਵਾਲ ਦੇ ਕੁਲਦੀਪ ਪ੍ਰਗਟ ਢੇਲਵਾਂ ਵਾਲਾ ਮੇਰੇ ਵੀਰੋ ਟਾਈਮ ਪਹਿਲੇ ਮੈਚ ਦੇ ਵਿੱਚੋਂ ਕਿਹੜੀ ਆਲਕੜੇ ਜੇਤੂ ਦੱਸਿਓ ਜੀ ਸੋ ਤਲਵੰਡੀ ਭੰਗੇਰੀਆਂ ਮੇਰਾ ਖਿਆਲ ਹੈ ਵੀ ਤਲਵੰਡੀ ਭੰਗੇਰੀਆਂ ਦੀ ਟੀਮ ਜਿਹੜੀ ਜੇਤੂ ਰਹੀ ਹੈ ਪਹਿਲੇ ਮੈਚ ਦੇ ਸੋ ਬਹੁਤ ਹੀ ਸਤਿਕਾਰ ਦੇ ਯੋਗ ਪੰਜਾਬੀ ਮਾਂ ਖੇਡ ਕਬੱਡੀ ਦਾ ਜਿਹੜਾ ਅਗਲਾ ਮੈਚ ਖੇਡਿਆ ਜਾਵੇਗਾ ਦੀਵਾਨੇ ਤੇ ਰਾਈਆ ਔਰ ਉਧਰਲੇ ਪਾਸੇ ਨੰਗਲ ਦੀ ਟੀਮ ਦਾ ਬੀਹਲੇ ਦੇ ਨਾਲ ਮੈਚ ਹੋਵੇਗਾ ਕਿਰਨਦੀਪ ਸਿੰਘ ਮਿੰਟੂ ਤੇ ਜਵਿੰਦਰ ਸਿੰਘ ਜੀ ਕਾਕਾ ਮੇਰੇ ਵੀਰੋ ਜਿੱਥੇ ਕਲੱਬ ਦੇ ਪ੍ਰਧਾਨ ਨੇ ਸਾਡੀ ਜ਼ਿੰਦਗੀ ਦੇ ਪਰਮ ਪਿਆਰੇ ਮਿੱਤਰ ਨੇ ਬਾਈ ਰਿੰਕੂ ਹੋਰਾਂ ਦੇ ਸੱਦੇ ਤੇ ਜਿੰਨੇ ਵੀ ਖਿਡਾਰੀ ਪੁੱਜੇ ਨੇ ਸਾਰਿਆਂ ਦਾ ਧੰਨਵਾਦ ਹੈ ਉਧਰਲੇ ਪਾਸੇ ਬੋਲਾਂ ਦੇ ਵਿੱਚ ਵਧੀਆ ਜਿਹੜਾ ਮਿਠਾਸ ਘੋਲ ਰਿਹਾ ਸੀ ਤੁਹਾਡੇ ਇਲਾਕੇ ਦੀ ਸ਼ਾਨ ਕਹਿੰਦੇ ਨੇ ਤਾਰੀ ਹਿੰਮਤਪੁਰੇ ਦੀ ਧਰਤੀ ਦਾ ਜਿਹਦਾ 31 ਤਰੀਕ ਨੂੰ ਭਾਗੀਆਂ ਦੇ ਅੰਦਰ ਇੱਕ ਫਰਿੱਜ ਦੇ ਨਾਲ ਮਾਣ ਸਨਮਾਨ ਕੀਤਾ ਜਾਵੇਗਾ ਬੜੇ ਵਧੀਆ ਬੋਲ ਸਾਨੂੰ ਸੁਣਾਓ ਜੀ ਦਾ ਵੀ ਧੰਨਵਾਦ ਹੈ ਔਰ ਇੱਧਰਲੇ ਪਾਸੇ ਜਿਹੜਾ ਨੰਗਲ ਦੀ ਟੀਮ ਦੀਵਾਨੇ ਦੀਵਾਨਿਆਂ ਦੀ ਟੀਮ ਜਿਹੜੀ ਪੁੱਜ ਗਈ ਹੈ ਮੈਦਾਨ ਦੇ ਵਿੱਚ ਰਾਈਏ ਵਾਲਾ ਨਹੀਂ ਪੁੱਜਿਆ
ਹੁਣ ਆ ਜਾ ਨੌਜਵਾਨਾਂ ਵੀ ਤੂੰ ਦੱਸ ਕਿਹੜੀ ਕਰਤਵ ਕਰਨੇ ਨੇ ਦਰਾਜ ਦੀ ਧਰਤੀ ਦਾ ਨੌਜਵਾਨ ਕਹਿੰਦਾ ਵੀ ਇੱਕ ਲੱਤ ਦੇ ਉੱਤੇ ਭਮੀਰੀ ਵਾਂਗ ਕੁੱਕ ਕੇ ਵਿਖਾਵਾਂਗਾ ਇੱਕ ਮੇਰੇ ਵੀਰੋ ਹੱਥ ਦੇ ਵਿੱਚ ਡਾਂਗ ਹੋਵੇਗੀ ਰਾਊਕਿਆਂ ਵਾਲਿਆ ਪਾਸੇ ਹੋ ਜਾ ਕਹਿ ਰਿਹਾ ਪਤਾ ਨਹੀਂ ਲੱਗਦਾ ਕਿਹੜੇ ਮੌਕੇ ਜਿਵੇਂ ਕਹਿੰਦੇ ਨੇ ਵੀ ਨੌਜਵਾਨ ਕਰਤਵ ਕਰਕੇ ਦਿਖਾਵੇਗਾ ਤਾੜੀਆਂ ਮਾਰ ਦਿਓ ਜੀ ਇਹਦੇ ਨਾਂ ਦੀਆਂ ਵੀ ਕਹਿੰਦੇ ਨੇ ਘੁੰਮ ਚ ਰੱਖ ਹਾਂਜੀ ਸੁਖਦੇਵ ਸਿੰਘ ਜੀ ਕੈਨੇਡੀਅਨ ਉਹਨਾਂ ਵੱਲੋਂ 5000 ਰੁਪਇਆ ਦਾਨ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਅਤੇ ਮੋਹਨ ਸਿੰਘ ਜੀ ਉਹਨਾਂ ਵੱਲੋਂ 500 ਰੁਪਇਆ ਆਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਹਾਂ ਜੀ ਇੱਕ ਦਾਨੀ ਸੱਜਣਾ ਨੂੰ ਅਸੀਂ ਬੋਲ ਦਈਏ ਬਸ ਥੋੜ੍ਹਾ 5-7 ਮਿੰਟਾਂ 'ਚ ਰਾਜਵਿੰਦਰ ਸਿੰਘ ਜੀ ਫੌਜੀ ਉਹਨਾਂ ਵੱਲੋਂ 2100 ਰੁਪਇਆ ਦਾਨ ਆਇਆ ਉਹ ਵੀ ਆਪਣਾ ਸਨਮਾਨ ਲੈ ਜਾਣ ਜੀ ਆ ਕੇ ਸਰਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ 1100 ਰੁਪਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਹਰਜਾਤ ਸਿੰਘ ਜੀ ਸੈਕਟਰੀ ਰੈਸਰ 2100 ਰੁਪਇਆ ਉਹ ਵੀ ਸਨਮਾਨ ਲੈਣ ਜੀ ਜਗਜੀਤ ਸਿੰਘ ਰੰਧਾਵਾ 1100 ਰੁਪਇਆ ਉਹ ਵੀ ਸਨਮਾਨ ਲੈਣ ਜੀ ਤਰਿੰਦਰਜੀਤ ਸਿੰਘ ਜੀ ਉਹਨਾਂ ਵੱਲੋਂ 500 ਰੁਪਇਆ ਸਨਮਾਨ ਲੈਣ ਜੀ ਜਸਵਿੰਦਰ ਸਿੰਘ ਜੀ 1000 ਰੁਪਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਕਰਮਜੀਤ ਸਿੰਘ ਕੰਮਾ ਬੀਲਾ ਖੁਰਦ 500 ਰੁਪਇਆ ਉਹ ਵੀ ਆਪਣਾ ਸਨਮਾਨ ਲੈਣ ਜੀ ਹੈਲੋ ਭਗਤ ਰਵਿਦਾਸ ਕਮੇਟੀ ਬੀਲਾ ਉਹਨਾਂ ਵੱਲੋਂ 525 ਰੁਪਈਏ ਉਹ ਵੀ ਆਪਣਾ ਸਨਮਾਨ ਲੈਣ ਜੀ ਮਲਕੀਤ ਸਿੰਘ ਜੀ PRTC ਵਾਲੇ 1100 ਰੁਪਇਆ ਉਹ ਵੀ ਸਨਮਾਨ ਲੈਣ ਜੀ ਅਵਤਾਰ ਸਿੰਘ ਜੀ CTU ਵਾਲੇ ਨਾਭੇ ਤੋਂ 4 ਕਿਲੋਮੀਟਰ ਦੀ ਦੂਰੀ ਤੇ ਪੂਰਬ ਵੱਲ ਥੂਹੀ ਪਿੰਡ ਹੈ ਧਿਆਨੇ ਨੇ ਜਫਾ ਲਾ ਦਿੱਤਾ ਮੈਦਾਨ ਦੇ ਵਿੱਚ ਰਾਈਏ ਦੀ ਧਰਤੀ ਦਾ ਕੰਤੀ ਪਹਿਲੇ ਸਾਲ ਜਿਵੇਂ ਕਹਿੰਦੇ ਨੇ ਅੱਜ ਤੋਂ ਪਹਿਲੇ ਖੇਡ ਮੇਲੇ ਦੇ ਉੱਤੇ ਐਸੇ ਟੂਰਨਾਮੈਂਟ ਦੇ ਉੱਤੇ ਬੁਲਟ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਕੀਤੇ ਗਏ ਜਗਦੀਪ ਹੋਰਾਂ ਦੇ ਵੱਲੋਂ ਆਹ ਨੌਜਵਾਨ ਰਾਈਏ ਦੀ ਧਰਤੀ ਦਾ ਕੰਤੀ ਪਹਿਲਾਂ 3 ਸਾਲ ਖੇਡਿਆ ਬੀਹਲੇ ਦੇ ਵਿੱਚ ਔਰ ਅੱਜ ਜਿਹੜਾ ਆਪਣੇ ਪਿੰਡ ਦੀ ਟੀਮ ਦੇ ਵੱਲੋਂ ਆਇਆ ਇੱਕ ਪਾਸੇ ਦੀਵਾਨਿਆਂ ਦੀ ਧਰਤੀ ਦਾ ਜਾਫੀ ਤੇ ਦੂਜੇ ਪਾਸੇ ਰਾਈਏ ਵਾਲਾ ਕੰਤੀ ਜਿਹੜੀ 75 ਕਿਲੋ ਵਰਗ ਦੇ ਵਿੱਚੋਂ ਟੀਮ ਫਸਟ ਆਉਂਦੀ ਹੈ ਰਾਣਾ ਧਾਲੀਵਾਲ ਪੰਜਾਬੀ ਸਪੋਰਟਸ ਕਲੱਬ ਅਲਵਲਟਾ ਵਾਲਾ ਉਸ ਨੌਜਵਾਨ ਕਹਿੰਦਾ ਟੀਮ ਦੇ ਲਈ 1000 ਰੁਪਈਆ ਆਪਣੇ ਵੱਲੋਂ ਮਾਣ ਸਨਮਾਨ ਦੇਵੇਗਾ ਇੱਧਰਲੇ ਪਾਸੇ ਮੱਥਾ ਟੇਕ ਦਿੱਤਾ ਨੌਜਵਾਨ ਨੇ ਜਿਹਦਾ ਧੂੜਕੋਟ ਪਿੰਡ ਜਿੱਥੋਂ ਦਾ ਗੁਰਨਾਮ ਗਾਮਾ ਲਿਖਦਾ ਕਿ ਸੋਚਿਆ ਸੀ ਸਾਡੇ ਪਿੰਡ ਆਉਣਗੇ ਸਾਡੀ ਕੁੱਲੀ 'ਚ ਜ਼ਰੂਰ ਫੇਰਾ ਪਾਉਣਗੇ ਅਸੀਂ ਕੱਚਾ ਦੁੱਧ ਰੱਖਿਆ ਸੀ ਕਾਢ ਕੇ ਸੱਜਣ ਗਵਾਂਢੋਂ ਮੁੜ ਗਏ ਅਸੀਂ ਚਾਦਰਾਂ ਵਿਛਾਉਂਦੇ ਰਹੇ ਝਾੜ ਕੇ ਸੱਜਣ ਗਵਾਂਢੋਂ ਮੁੜ ਗਏ ਇਹ ਸੱਜਣਾਂ ਦੇ ਪਿੰਡ ਦਾ ਕਹਿ ਲਈਏ ਧੂੜਕੋਟ ਜਿਹੜੇ ਪਿੰਡ ਦਾ ਮੋੜਾ ਜਿਹੜੇ ਪਿੰਡ ਦਾ ਗੋਪੀ ਜਿਹੜੇ ਪਿੰਡ ਦਾ ਆਹ ਨੌਜਵਾਨ ਬਿੰਦਰ ਸਿੰਘ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਰ ਥੂਹੀ ਵਾਲਾ ਧਿਆਨਾ ਜਫਾ ਲਾਉਂਦਾ ਹੋਇਆ ਅੰਕਾਂ ਦੇ ਵਿੱਚ ਵਾਧਾ ਕਰਦਾ ਹੋਇਆ ਮਾਲਵਾ ਕਬੱਡੀ TV.com ਮਾਲਵਾ ਕਬੱਡੀ TV.com ਤੇ ਬੀਲਾ ਲਾਈਵ ਨੰਬਰ 1 ਦੇ ਉੱਤੇ ਜਿਹੜਾ ਇਹ ਪੰਜਾਬੀ ਮਾਂ ਖੇਡ ਕਬੱਡੀ ਦਾ ਚੱਲਦਾ ਹੋਇਆ ਮੈਚ ਟੈਲੀਕਾਸਟ ਕੀਤਾ ਜਾ ਰਿਹਾ ਹੈ ਦੋਵਾਂ ਵੈਬਸਾਈਟਾਂ ਦਾ ਵੱਡਾ ਧੰਨਵਾਦ ਹੈ ਸਨੇਹਪਾਲ ਜੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਗੱਗੀ ਕੈਲਗਰੀ ਸੀਰਾ ਆਸਟ੍ਰੇਲੀਆ ਤੇ ਮਿੰਟੂ ਸਰਪੰਚ ਕਹਿੰਦੇ ਨੇ ਵੀ ਜੇ ਗੱਗੀ ਬੀਲੇ ਪਿੰਡ ਵਾਲਾ ਗੱਗੀ ਨੌਜਵਾਨ ਲਗਾਤਾਰ 2 ਜਫੇ ਲਾਵੇਗਾ ਤਾਂ 1000 ਰੁਪਇਆ ਸਾਡੇ ਵੱਲ ਹੋਵੇਗਾ ਉਧਰਲੇ ਪਾਸੇ ਦੀਵਾਨੇ ਪਿੰਡ ਦਾ ਜਾਗਾ ਕਬੱਡੀ ਦਾ ਪੁਆਇੰਟ ਲੈ ਕੇ ਭੱਜਦਾ ਹੋਇਆ ਕਿ ਲੱਗਦੇ ਮੇਰੇ ਵੀਰੋ ਮੇਲੇ ਖੁਸ਼ੀਆਂ ਤੇ ਚਾਵਾਂ ਦੇ ਵਿੱਚ ਗੱਭਰੂ ਬਣ ਕੇ ਖੇਲੇ ਅੱਜ ਭੰਗੜਾ ਪਾਉਂਦੇ ਨੇ ਵਿੱਚ ਬੀਲੇ ਦੇ ਆ ਕੇ ਆਪਣਾ ਜ਼ੋਰ ਦਿਖਾਉਂਦੇ ਨੇ ਵਿੱਚ ਬੀਲੇ ਦੇ ਆ ਕੇ ਆਪਣਾ ਜ਼ੋਰ ਦਿਖਾਉਂਦੇ ਨੇ 500 ਰੁਪਇਆ ਰਾਣਾ ਧਾਲੀਵਾਲ ਕਹਿੰਦਾ ਵੀ ਮੇਰੇ ਵੱਲੋਂ ਬਈ ਵਾਹ ਲਗਾਤਾਰ ਜੇ 2 ਜਫੇ ਲਾਵੇਗਾ ਗੱਗੀ ਤਾਂ 500 ਰੁਪਇਆ ਰਾਣੇ ਧਾਲੀਵਾਲ ਵੱਲੋਂ ਹੋਵੇਗਾ ਮਹਿੰਦਰ ਸਿੰਘ ਜੀ ਭੁੱਲਰ ਉਹਨਾਂ ਵੱਲੋਂ 500 ਰੁਪਏ ਟੂਰਨਾਮੈਂਟ ਸਹਿਤ ਆਈ ਆ ਜੀ ਧੰਨਵਾਦ ਜੀ ਮਹਿੰਦਰ ਸਿੰਘ ਜੀ ਭੁੱਲਰ ਉਹ ਆਪਣੇ ਸਨਮਾਨ ਲੈ ਜਾਣ ਜੀ
ਮਾਨਜੋ ਕਮਲਪ੍ਰੀਤ ਸਿੰਘ ਜੀ ਰੰਧਾਵਾ ਕਹਿੰਦੇ ਨੇ ਵੀ ਕਿ ਜਿੰਨੇ ਵੀ ਜੱਫੇ ਲਾਵੇਗਾ ਲਗਾਤਾਰ ਉਹਨੇ 500 ਰੁਪਈਏ ਹੋਣਗੇ। ਪਰ ਇਧਰਲੇ ਪਾਸੇ ਜੱਗਾ ਮੇਰੇ ਵੀਰੋ ਰਾਈਏ ਵਾਲਾ ਫੜ ਨਹੀਂ ਸਕਿਆ ਅੰਕ ਜਿਹੜਾ ਧੂੜਕੋਟ ਵਾਲੇ ਬਿੰਦਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਪਾਣੀ ਗਰਾਊਂਡ ਦੇ ਵਿੱਚ ਪੁੱਛਦਾ ਕਰਦੇ ਦਿਓ। ਅੱਜ ਇਧਰਲੇ ਪਾਸੇ ਰਈਆ ਪਿੰਡ ਵਾਕਈ ਕਹਿੰਦੇ ਨੇ ਕਾਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਰਈਏ ਦੀ ਧਰਤੀ ਦਾ ਪਿੰਦਰਾ, ਇੱਕ ਪਾਸੇ ਮੈਦਾਨ ਦੇ ਵਿੱਚ ਕਹਿੰਦੇ ਨੇ ਕੰਤੀ ਦਾ ਯਾਰ ਪੱਬਾਂ ਦਾ ਛੋਲਾ ਔਰ ਡੌਲਿਆਂ 'ਚ ਜਾਣ ਵਾਲਾ ਕਬੱਡੀ ਦਾ ਮਹਾਨ ਖਿਡਾਰੀ ਕਾਡੀ ਪਾ ਕੇ ਵਾਪਸ ਮੁੜਦਾ ਹੋਇਆ। ਕਮਲਜੀਤ ਸਿੰਘ ਰੰਧਾਵਾ ਕਹਿੰਦਾ ਵੀ 500 ਰੁਪਈਆ ਜਿੰਨੇ ਵੀ ਕਿ ਜੱਫੇ ਲਾਵੇਗਾ। ਮਿੰਟੂ ਸਰਪੰਚ ਬੀਲੇ ਵਾਲਾ ਕਹਿੰਦੇ ਨੇ ਨਾਲ ਉਹਨਾਂ ਦੇ ਸ਼ੀਰਾ ਆਸਟ੍ਰੇਲੀਆ ਤੇ ਗੱਗੀ ਕੈਲਗਰੀ ਕਹਿੰਦੇ ਨੇ 1000 ਰੁਪਈਆ ਜੇ ਲਗਾਤਾਰ 2 ਜੱਫੇ ਲਾਵੇਗਾ। ਤਾਂ ਰਾਣਾ ਧਾਲੀਵਾਲ ਕਹਿੰਦਾ ਵੀ ਜੇ 2 ਜੱਫੇ ਲਗਾਤਾਰ ਗੱਗੀ ਲਾ ਗਿਆ ਤਾਂ ਮੇਰੇ ਵੀਰੋ ਕਹਿੰਦੇ ਨੇ 500 ਮੇਰੇ ਵੱਲੋਂ ਹੋਵੇਗਾ ਔਰ ਲਗਾਤਾਰ 500 ਰੁਪਈਆ ਪਰ ਜੱਫੇ ਦੇ ਉੱਤੇ ਕਮਲਪ੍ਰੀਤ ਰੰਧਾਵੇ ਵੱਲੋਂ। ਸਿੱਧੂ ਅਜੀਤ ਸਿੰਘ ਜੀ ਸਿੱਧੂ ਪੁੱਤਰ ਹਰਬੰਸ ਸਿੰਘ ਜੀ USA ਵਾਲੇ ਉਹਨਾਂ ਵੱਲੋਂ 5100 ਰੁਪਈਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਜੀ ਧੰਨਵਾਦ ਜੀ ਬਹੁਤ ਬਹੁਤ। ਉਹ ਵੀ ਆਪਣੇ ਸਨਮਾਨ ਲੈਣ ਜੀ। ਨੰਗਲ ਤੇ ਬੀਲੇ ਦਾ ਜਿਹੜਾ ਅਗਲਾ ਮੈਚ ਹੈ ਦੋਵੇਂ ਟੀਮਾਂ ਗਰਾਊਂਡ 'ਚ ਆ ਜਾਣ ਨੰਗਲ ਤੇ ਬੀਲਾ। ਮਾਸਟਰ ਮਹਿੰਦਰ ਸਿੰਘ ਜੀ ਉਹਨਾਂ ਵੱਲੋਂ 1100 ਰੁਪਈਆ ਦਾਣ ਆਇਆ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਮਾਸਟਰ ਮਹਿੰਦਰ ਸਿੰਘ ਜੀ। ਇੱਕ ਪਾਸੇ ਰਾਊਕੇ ਪਿੰਡ ਹੈ ਸਨਾਉਜਨ ਦਾ, ਜਿਵੇਂ ਕਹਿੰਦੇ ਨੇ ਰਾਊਕਿਆਂ ਵਾਲਾ ਖਹਿਰਾ, ਇੱਕ ਮਹਾਰਾਜ ਦਾ ਖਹਿਰਾ ਇੱਕ ਰਾਊਕਿਆਂ ਦਾ ਖਹਿਰਾ। ਆ ਪੁਆਇੰਟ ਲੈ ਕੇ ਵਾਪਸ ਕੁਲਵੰਤ ਸਿੰਘ ਕੰਤੀ ਰਾਈਏ ਪਿੰਡ ਦਾ ਮਹਾਨ ਖਿਡਾਰੀਆਂ ਦੇ ਵਿੱਚੋਂ ਬੀਲੇ ਦੇ ਲਈ ਖੇਡਿਆ ਮਹਾਰਾਜ ਦੇ ਲਈ ਖੇਡਿਆ ਔਰ ਮੇਰੇ ਜੋ ਕਿਸਮਤ ਦਾ ਧਣੀ ਕਹਿ ਲਈਏ ਕੰਤੀ ਨੇ ਸਦਾ ਬਹਾਰ ਖੇਡ ਖੇਡੀ ਜਦੋਂ ਵੀ ਮੈਦਾਨਾਂ ਦੇ ਵਿੱਚ ਖੇਡੀ। ਇਧਰਲੇ ਪਾਸੇ ਗੱਗੀ ਨੂੰ ਟੱਚ ਅੰਕ ਧੂੜਕੋਟ ਵਾਲੇ ਬਿੰਦਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਕਿ ਬਲਿਹਾਰੇ ਜਾਵਾਂ ਨੌਜਵਾਨਾਂ ਅੱਜ ਬਾਬਾ ਬੀਲਾ ਜੀ ਸਪੋਰਟਸ ਸਟੇਡੀਅਮ, ਬਾਬਾ ਬੁੱਢਾ ਜੀ ਸਪੋਰਟਸ ਸਟੇਡੀਅਮ ਬੀਲਾ ਦੇ ਵਿੱਚ ਅੱਜ ਬਾਬਾ ਬੁੱਢਾ ਜੀ ਯਾਦਗਾਰੀ ਕਬੱਡੀ ਕੱਪ ਤੁਹਾਡੇ ਸਾਹਮਣੇ ਖੇਡਿਆ ਜਾ ਰਿਹਾ ਹੈ। ਬਲਵੀਰ ਸਿੰਘ ਜੀ ਫੌਜੀ ਉਹਨਾਂ ਵੱਲੋਂ 500 ਰੁਪਈਆ ਉਹ ਵੀ ਆਪਣਾ ਸਨਮਾਨ ਲੈਣ ਜੀ। ਬਲਵੀਰ ਸਿੰਘ ਜੀ ਫੌਜੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ। ਕਹਿੰਦੇ ਨੇ ਦੀਵਾਨੇ ਪਿੰਡ ਹੈ ਜੱਗੇ ਦਾ, ਕਬੱਡੀ ਦੇ ਮੈਦਾਨ ਦੇ ਵਿੱਚ ਕਹਿੰਦੇ ਨੇ ਦੀਵਾਨੇ ਪਿੰਡ ਹੈ ਜੱਗੇ ਦਾ। ਜੱਗਾ ਕਾਉਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ, ਪਰ ਆਹ ਦੇਖ ਲੈ ਭਵਾਨੀਗੜ੍ਹ ਦੇ ਏਰੀਏ ਨਾਭੇ ਦੇ ਏਰੀਏ ਦੇ ਨੌਜਵਾਨ ਨੇ ਨਹੀਂ ਫੜਿਆ ਜੱਗੇ ਨੂੰ, ਅੰਕ ਜੱਗੇ ਦੇ ਖਾਤੇ ਹੈ। ਉਧਰਲੇ ਪਾਸੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਜਿਹਦਾ ਨਾਉ ਕੰਤੀ ਜੀ ਦਾ ਰਈਆ ਪਿੰਡ ਜਿਹੜਾ ਬੀਲੇ ਦੇ ਲਈ ਖੇਡਿਆ ਜਿਹਨੂੰ ਮੋਟਰਸਾਈਕਲ ਦਿੱਤਾ ਗਿਆ ਵੀ ਬੁਲਟ, ਇੰਨਾ ਹੀ ਖੇਡ ਮੈਦਾਨਾਂ ਦੇ ਵਿੱਚ ਉਹੀ ਕੰਤੀ ਅੱਜ ਜਿਵੇਂ ਕਹਿੰਦੇ ਨੇ ਮੈਦਾਨ ਦੇ ਵਿੱਚ ਕੌਡੀ ਪਾਉਣ ਦੇ ਲਈ ਵਾਧਾ ਹੋਇਆ। ਦਰਵੇਸ਼ ਖੇਡ ਹੈ ਜਿਸ ਨੌਜਵਾਨ ਦੀ, ਇੱਕ ਪਾਸੇ ਜੱਗੀ ਅਤੇ ਦੂਜੇ ਪਾਸੇ ਜੱਫਾ, ਜੱਫਾ ਜਿਹੜਾ ਨੌਜਵਾਨ ਨੂੰ ਕਹਿੰਦੇ ਨੇ ਵੀ ਦੀਵਾਨਿਆਂ ਦੀ ਧਰਤੀ ਦੇ ਨੌਜਵਾਨ ਨੇ ਲਾ ਦਿੱਤਾ। ਬਾਈ ਵਾਹ ਜਸਵੰਤ ਸਿੰਘ ਦੀਵਾਨਾ, ਇੱਕ ਸਾਰੰਗੀ ਮਾਸਟਰ ਗੁਰਬਖਸ਼ ਸਿੰਘ ਅਲਵੇਲੇ ਦੇ ਨਾਲ ਆਪਣੀ ਢਾਡੀ ਜੱਸਾ ਜਦੋਂ ਸੰਨ 1984 ਦੇ ਵਿੱਚ ਬੜੇ ਵਧੀਆ ਬੋਲ ਬੋਲਦੇ ਸਨ ਢਾਡੀ ਜੱਸੇ ਵਾਲੇ, ਤਾਂ ਜਸਵੰਤ ਸਿੰਘ ਦੀਵਾਨਿਆਂ ਦੀ ਧਰਤੀ ਦਾ ਇੱਕ ਸਾਰੰਗੀ ਮਾਸਟਰ ਉਹਦਾ ਵੀ ਨਾਉਂ ਚੱਲਦਾ ਹੈ। ਇੱਧਰਲੇ ਪਾਸੇ ਕਬੱਡੀ ਪਾਉਣ ਦੇ ਲਈ ਬਿੰਦਰ ਧੂੜਕੋਟ ਦੀ ਧਰਤੀ ਦਾ, ਉਧਰਲੇ ਪਾਸੇ ਗੱਗੀ ਨੌਜਵਾਨੋ ਪੀਲੇ ਪਿੰਡ ਦੀ ਧਰਤੀ ਦਾ, ਪਰ ਬਿੰਦਰ ਪੁਆਇੰਟ ਲੈ ਕੇ ਭੱਜਦਾ ਹੋਇਆ। 19 ਫਰਵਰੀ ਨੂੰ ਸਿੰਘ ਜੀ ਲਾਣੇ ਵਾਲੇ ਉਹਨਾਂ ਵੱਲੋਂ 10000 ਰੁਪਈਆ ਉਹ ਵੀ ਆਪਣਾ ਸਨਮਾਨ ਲੈਣ ਜੀ। ਸੁਖਦੇਵ ਸਿੰਘ ਜੀ ਲਾਣੇ ਵਾਲੇ ਸਰਦਾਰ ਪਰਵਿੰਦਰ ਸਿੰਘ ਜੀ, ਪਟਵਾਰੀ ਸਾਹਿਬ ਧਾਲੀਵਾਲ ਸਾਹਿਬ ਉਹਨਾਂ ਦੇ ਸਪੁੱਤਰ ਜੱਗੀ ਕੈਨੇਡਾ ਵੱਲੋਂ ਅਤੇ ਸੀਰਾ ਆਸਟ੍ਰੇਲੀਆ ਵੱਲੋਂ 75000 ਰੁਪਈਆ ਜਿਹੜਾ ਦੂਸਰਾ ਇਨਾਮ ਆ ਅਕੈਡਮੀਆਂ ਨੂੰ ਦਿੱਤਾ ਜਾਣਾ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਬਹੁਤ ਬਹੁਤ ਧੰਨਵਾਦ ਜੀ ਵਿਸ਼ੇਸ਼ ਤੌਰ 'ਤੇ ਸਰਦਾਰ ਪਰਵਿੰਦਰ ਸਿੰਘ ਜੀ ਪਟਵਾਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ, ਉਹ ਵੀ ਸਪੈਸ਼ਲ ਪਹੁੰਚੇ ਨੇ ਸਾਡੇ ਦਰਮਿਆਨ। ਕਹਿੰਦੇ ਨੇ 19 ਤਰੀਕ ਨੂੰ ਢਿਲਵਾਂ ਦੇ ਅੰਦਰ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ। ਤਾਪੇ ਮੰਡੀ ਤੋਂ 9 ਕਿਲੋਮੀਟਰ ਦੀ ਦੂਰੀ 'ਤੇ ਪ੍ਰਗਟ ਦਾ ਪਿੰਡ ਹੈ ਔਰ ਉਧਰਲੇ ਪਾਸੇ ਤਲਵੰਡੀ ਭੰਗੇਰੀਆਂ ਅਤੇ ਬਾਦਰੇ ਦਾ ਜਿਹੜਾ ਅਗਲਾ ਮੁਕਾਬਲਾ ਹੈ, ਇਹ ਟੀਮਾਂ ਵੀ ਜਿਹੜੀਆਂ ਗਰਾਊਂਡਾਂ ਦੇ ਵੱਲ ਪੁੱਜੀਆਂ ਹਨ। ਨੰਗਲ ਪਹੁੰਚ ਗਿਆ, ਨੰਗਲ ਦਾ ਮੁਕਾਬਲਾ ਦੀਵਾਨਿਆਂ ਦੇ ਬੀਲੇ ਦੇ ਨਾਲ ਹੈ। ਬੀਲਾ ਅਤੇ ਨੰਗਲ ਦਾ ਜਿਹੜਾ ਅਗਲਾ ਮੁਕਾਬਲਾ, ਦੋਵੇਂ ਟੀਮਾਂ ਇਹ ਸਤਿਕਾਰ ਸਹਿਤ ਪੁੱਜੀਆਂ ਹਨ ਗਰਾਊਂਡ ਦੇ ਵਿੱਚ ਔਰ ਉਸ ਤੋਂ ਬਾਅਦ ਤਲਵੰਡੀ ਭੰਗੇਰੀਆਂ ਅਤੇ ਬਾਦਰਾ। ਰਈਏ ਵਾਲਾ ਕਹਿੰਦੇ ਨੇ ਕਮਾਲ ਦਾ ਪੁਆਇੰਟ ਲੈ ਕੇ ਭੱਜਦਾ ਹੋਇਆ, ਮੈਚ ਸਮਾਪਤ ਹੈ ਔਰ ਗਹਿਲਾ ਮਲਿਆ ਬਾਈ ਜਰਨੈਲ ਸਿੰਘ ਵੀ ਦੱਸ ਕਿਹੜੀ ਟੀਮ ਜੇਤੂ ਇਸ ਮੈਚ ਦੇ ਵਿੱਚੋਂ, ਰਈਆ ਜੇਤੂ ਹੈ। ਕਹਿੰਦੇ ਨੇ ਸਦਾ ਬਹਾਰ ਇਸ ਇਹਨਾਂ ਗਰਾਊਂਡਾਂ ਦੀ ਛਾਣ ਰਿਹਾ ਸਾਡਾ ਵੀਰ ਗਹਿਲ ਵਾਲਾ।
हेलो मुकाबला जिवें कहिंदे ने सैमीफाइनल पहला मैच शुरू हो चुके है नंगल की टीम स्कूल के बिल्डिंग वाले पासे और इधरले पासे तलवंडी साबो की गुरु की काशी कहा जाता है जिसनों सिख इतिहास के पन्नों के गुरु की काशी तलवंडी साबो के एरिए का खिडारी पैरो पिंड का हैप्पी कोशिश करता सी पर पैरों वाले ने कोशिश नूं कामयाबी दे विच नहीं बदलिया अंक जिहड़ा रेडर डिकलेयर कर गया अपने खाते दे विच उधरले पासे इहदा कोठा गुरु पिंड है सिख इतिहास दे विच बाबा कौल जी करके ये पिंड भी जिहड़ा बड़ा मशहूर है बाबा कौल जी करके कोठे गुरु की धरती का कुलदीप सिंह अज पुत बन के खेडदा गोबिंदपुरा डिस्ट्रिक्ट बठिंडा का बठिंडा तो साढ़े को जिवें कहिंदे ने मेरा ख्याल है भी 15 किलोमीटर की दूरी से नहीं ये 12 को किलोमीटर की दूरी से गोबिंदपुरा पिंड है पर उधरले पासे दा जसा नाओ ते सैदो के पिंड मखण होरां दा सो बलजीत सिंह कबड्डी के महान जाफी दा और मेरे वीरो नीले होरां दा चैने होरां दा पिंड है और जिवें कहिंदे ने इधरले पासे पैरों पिंड है सनाजुन दा तलवंडी साबो तो रामे मंडी वाली साइड बैनीमाल दे कोले तलवंडी साबो तो 10 को किलोमीटर की दूरी से पैरों की धरती का हैप्पी अज पुत बन जिवें कहिंदे ने गोबिंदपुरे का जफा लाउंदा होया उधरले पासे गोबिंदपुरी आ कबड्डी पाउण दे लई मैदान दे विच उधर नाल दी नाल मिंका यूएसए ते शमी पुरे वाला जिवें कहिंदे ने निशान भंबीपुरी आ सो बाई मिंटू होरां दे बाई रिंकू होरां दे जिहड़े जुंडी दे यार ने उहनां दा वड्डा संजोग है उहनां दा वी वड्डा धन्नवाद निशान भंबीपुरी आ ते मिंका यूएसए चल ना योना उधरले पासे फिर कबड्डी पाउण दे लई मंटी मंटी नहीं ए जस्सू सैदो के वाला कबड्डी पाउंदा होया उधर मलकीयत सिंह मलकीयत सिंह ने कहंदे ने कमाल दी कौडी ते कमाल दे जफे दी गल बलजीत सिंह मैं इक तेरे कोले है हां जी सरदार सुखदेव सिंह डॉक्टर राउके वालों 1100 रुपए दी सहायता आई है इस टूरनामेंट कमेटी नूं सो उहनां दा बहुत बहुत धन्नवाद जी और उधरले पासे सैदोकियां वाला बिट्टू भी माइक ते बोल बोलण दे लई तैयार हो जाए अगले मुकाबले दे लई रईए दा मुकाबला जिहड़ा बदरे दे नाल है दोवें टीमां ग्राउंड दे विच पुज्जियां रईआ ते बदरा और इधरले पासे चल नौजवाना पा कबड्डी सैदोके पिंड दा मंटी है मशहूर खेडदा कबड्डी नहीं वसदा है दूर खेड के कबड्डी इह मेले लुटदा विच है मैदान दे शेर पुत बुकदा उधरले पासे जतेंद्र सिंह जी फतेहगढ़ कोरोटाणा सो पिंडरां दे लागे पिंड है जतेंद्र सिंह जी फतेहगढ़ कोरोटाणा उहदे नाल जस गगड़े दी धरती दा साडा सतिकार दे युग ਵੱਡਾ ਵੀਰ ਔਰ ਸਾਧੂ ਵਾਲੇ ਦੀ ਧਰਤੀ ਦਾ ਜਿਵੇਂ ਕਹਿੰਦੇ ਨੇ ਬੈਲੀ ਔਰ ਸਾਧੂ ਵਾਲੀਆ ਸੁਖਬੀਰ ਸਿੰਘ ਸਰਾਵਾਂ ਦੀ ਧਰਤੀ ਚਾਰ ਵਾਰ ਜੀ ਨੇ ਕਹਿੰਦੇ ਨੇ ਵਰਲਡ ਕਬੱਡੀ ਕੱਪ ਦੇ ਵਿੱਚ ਕਪਤਾਨੀ ਕੀਤੀ ਔਰ ਮੇਰੇ ਵੀਰੋ ਭਾਰਤੀ ਟੀਮ ਦੀ ਸੁਖਬੀਰ ਸਰਾਵਾਂ ਵਾਲਾ ਸੇਵਕ ਸਰਾਵਾਂ ਵਾਲਾ ਲਾਡੀ ਰਾਮੇ ਵਾਲਾ ਇਹ ਵਿਸ਼ੇਸ਼ ਤੌਰ ਤੇ ਅੱਜ ਪੁੱਜ ਚੁੱਕੇ ਨੇ ਕਾਕਾ ਫਤਿਹਗੜੀਆ ਜਤਿੰਦਰ ਸਿੰਘ ਕਾਕਾ ਫਤਿਹਗੜ ਕੋਰੋਟਾਣੇ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ ਹੈ ਮਾਲਵਾ ਕਬੱਡੀ ਕਲੱਬ ਮੋਗਾ ਦਾ ਕੋਚ ਔਰ ਲੰਡੇ ਕਿਆਂ ਵਾਲੇ ਕਰਮਪਾਲ ਸਿੱਧੂ ਦਾ ਜੁੰਡੀ ਦਾ ਯਾਰ ਸਵਰਗਵਾਸੀ ਜਗਤਾਰ ਸਿੰਘ ਕਬੱਡੀ ਕੋਚ ਉਹਨਾਂ ਵੱਲੋਂ ਵੀ 500 ਰੁਪਇਆ ਸਹਾਇਤਾ ਆਈ ਆ ਹਰੀ ਸਿੰਘ ਮੈਂਬਰ ਆ ਉਹਨਾਂ ਵੱਲੋਂ ਵੀ 500 ਰੁਪਈਏ ਦੀ ਸਹਾਇਤਾ ਆਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋਨੀ ਸਾਡਾ ਵੱਡਾ ਵੀਰ ਕਹਿੰਦੇ ਨੇ ਅਕੈਡਮੀਆਂ ਦੀਆਂ ਲਿਸਟਾਂ ਮੇਰੇ ਕੋਲ ਸਪੁਰਦ ਕਰ ਗਿਆ ਹੈ ਉਹ ਆਪਣਾ ਸਨਮਾਨ ਚਿੰਨ ਲੈ ਲੈਣ ਜੀ ਹਰੀ ਸਿੰਘ ਮੈਂਬਰ ਤੇ ਜਗਤਾਰ ਸਿੰਘ ਤਾਰੀ ਉਹ ਆਪਣਾ ਉਹਨਾਂ ਕੋਈ ਮੈਂਬਰ ਹੋਊਗਾ ਉਹ ਸਨਮਾਨ ਚਿੰਨ ਲੈ ਲੈਣ ਜੀ ਪਹਿਲਾ ਮੈਚ ਮਾਲਵਾ ਕਬੱਡੀ ਕਲੱਬ ਮੋਗਾ ਤੇ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂ ਵਾਲਾ ਜਿਵੇਂ ਕਹਿੰਦੇ ਨੇ ਦੋਵੇਂ ਯਾਰ ਜੁੰਡੀ ਦੇ ਨੇ ਤੇ ਦੋਵਾਂ ਦਾ ਮੁਕਾਬਲਾ ਫਸ ਗਿਆ ਸਾਧੂ ਵਾਲੇ ਦੀ ਧਰਤੀ ਦਾ ਵੈਲੀ ਔਰ ਨਾਲ ਮੇਰੇ ਵੀਰੋ ਜਤਿੰਦਰ ਸਿੰਘ ਕਾਕਾ ਫਤਿਹਗੜੀਆ ਇਹ ਆਪਣੀਆਂ ਟੀਮਾਂ ਨੂੰ ਤਿਆਰ ਕਰਕੇ ਜਲਦੀ ਮੈਦਾਨ ਦੇ ਵਿੱਚ ਪਹਿਲੇ ਮੈਚ ਦੇ ਲਈ ਪੁੱਜਣ ਉਧਰਲੇ ਪਾਸੇ ਕਬੱਡੀ ਦਾ ਮਸੀਹਾ ਕਹਿ ਲਈਏ ਕਬੱਡੀ ਦਾ ਜਾਬਾਜ ਕਹਿ ਲਈਏ ਕਬੱਡੀ ਦਾ ਮੇਰੇ ਵੀਰੋ ਇਤਿਹਾਸਕਾਰ ਕਹਿ ਲਈਏ ਸਾਡਾ ਬਹੁਤ ਹੀ ਸਤਿਕਾਰਯੋਗ ਕਬੱਡੀ ਦਾ ਕੋਚ ਸਰਦਾਰ ਸਾਧੂ ਸਿੰਘ ਜੀ ਪਤੋ ਹੀਰਾ ਸਿੰਘ ਔਰ ਸਰਦਾਰ ਸੁਖਚੈਨ ਸਿੰਘ ਜੀ ਚੈਣਾ ਸਿੱਧਵਾਂ ਵਾਲੇ ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਓਂ ਵਾਲੇ ਔਰ ਨਾਲ ਗਗੜੇ ਵਾਲਾ ਜੈਸ ਮੇਰੇ ਵੀਰੋ ਅੰਤਰਰਾਸ਼ਟਰੀ ਪੱਧਰ ਦਾ ਪਲੇਅਰ ਵਿਸ਼ੇਸ਼ ਤੌਰ ਤੇ ਪੁੱਜ ਗਿਆ ਹੈ ਸਾਰੇ ਵੀਰਾਂ ਦਾ ਧੰਨਵਾਦ ਹੈ ਜੀ ਸਰਦਾਰ ਜਰਨੈਲ ਸਿੰਘ ਰਾਣਾ ਉਹਨਾਂ ਵੱਲੋਂ ਵੀ 500 ਰੁਪਇਆ ਸਹਾਇਤਾ ਆਈ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਜਰਨੈਲ ਸਿੰਘ ਭੁੱਲਰ ਆਪਣਾ ਸਨਮਾਨ ਚਿੰਨ ਲੈ ਲੈਣ ਜੀ ਰਾਣਾ ਧਾਲੀਵਾਲ ਕੈਨੇਡਾ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੇ ਨੇ ਉਹ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਜੀਵਿੰਦਰ ਸਿੰਘ ਜੀ ਕਾਕਾ ਜਿਹੜੇ ਕਲੱਬ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਆ ਜਾਣ ਰਾਣਾ ਧਾਲੀਵਾਲ ਜੀ ਸੋ ਉਧਰਲੇ ਪਾਸੇ ਬਿੱਟੂ ਸੈਦੋਕੇ ਉਹ ਵੀ ਜਿਹੜਾ ਮਾਈਕ ਦੇ ਉੱਤੇ ਬੋਲ ਬੋਲਣ ਦੇ ਲਈ ਪੁੱਜ ਜਾਵੇ ਇਹ ਲਾਡੀ ਹਰਿਆਣੇ ਤੋਂ ਪਹੁੰਚਿਆ 20 ਚੱਕਰ ਜਿਹੜਾ ਗਰਾਊਂਡ ਦੇ ਲਾਏ ਆ ਤੁਹਾਡੀ ਕਚਹਿਰੀ ਦੇ ਵਿੱਚ ਆਵੇਗਾ
ਇਹਦੀ ਵੀ ਜਿਹੜੀ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਕਰ ਦਿਓ। ਉਧਰਲੇ ਪਾਸੇ ਜਸੂ ਨੌਜਵਾਨੀ ਇਹਦਾ ਨੌ ਮੰਟੀ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਜਸੂ ਕੌਡੀ ਪਾਉਂਦਾ ਹੋਇਆ ਸੈਦੋ ਕਹਿੰਦੀ ਧਰਤੀ ਦਾ ਜਸੂ ਤੇ ਮੰਟੀ ਇੱਕੋ ਜਿਹੇ ਸਰੀਰਾਂ ਦੇ ਨੇ। ਕਈ ਵਾਰ ਮੈਨੂੰ ਭੁਲੇਖਾ ਪੈ ਜਾਂਦਾ ਪਰ ਇੱਧਰਲੇ ਪਾਸੇ ਮਲਕੀਅਤ ਸਿੰਘ ਬਠਿੰਡੇ ਵਾਲਾ ਅੰਕ ਨਹੀਂ ਲੈ ਸਕਿਆ। ਅੰਕ ਜਿਹੜਾ ਸੈਦੋ ਕਿਆਂ ਵਾਲੇ ਦੇ ਖਾਤੇ ਦੇ ਵਿੱਚ ਨੰਗਲ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਨੰਗਲ ਦਾ ਰਾਜੂ ਮੇਰੇ ਵੱਡਾ ਬੜਾ ਮਸ਼ਹੂਰ ਖਿਡਾਰੀ ਉਸੇ ਦੇ ਪਿੰਡ ਦਾ ਆ ਜਗਦੀਪ ਸਿੰਘ ਦੀਪਾ ਜਿਹਨੇ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਅੰਕ ਗੁਰਪ੍ਰੀਤ ਕੁਲਦੀਪ ਸਿੰਘ ਕੋਠੇ ਗੁਰੂ ਵਾਲੇ ਦੇ ਖਾਤੇ ਦੇ ਵਿੱਚ ਵਧੀਆ ਕਿ ਖੇਡਣੀ ਹੋਵੇ ਕਬੱਡੀ ਤਾਂ ਦੁੱਧ ਡੇਰੀਆਂ ਨਹੀਂ ਪਾਈ ਦੇ ਪੋਹ ਮਾਘ ਵਿੱਚ ਛੱਡਣੇ ਪੈਂਦੇ ਨੇ ਨਿੱਘਰ ਜਾਈ ਦੇ ਜੇ ਠਾੜ ਵਿੱਚ ਸਹਿਣੀ ਪੈਂਦੀ ਹੈ ਧੁੱਪ ਦੀ ਮਾਰ ਮਿੱਤਰੋ ਬਾਨਾ ਸੌਖਾ ਨਹੀਂ ਕਬੱਡੀ ਦੇ ਸਟਾਰ ਮਿੱਤਰੋ ਬਾਨਾ ਸੌਖਾ ਨਹੀਂ ਕਬੱਡੀ ਦੇ ਸਟਾਰ ਮਿੱਤਰੋ। ਸੋ ਸੰਧੂ ਬ੍ਰਦਰਸ ਸਾਡੇ ਵਧੀਆ ਬੁਲਾਰੇ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਉਹ ਵਿਸ਼ੇਸ਼ ਤੌਰ 'ਤੇ ਪੁੱਜੇ ਨੇ ਸਵਰਨ ਤਖਤਪੁਰਾ ਔਰ ਉਧਰਲੇ ਪਾਸੇ ਬਿੱਟੂ ਸੈਦੋ ਕੇ ਸੰਦੀਪ ਕੁਰੜ ਸਾਰਿਆਂ ਦਾ ਧੰਨਵਾਦ। ਤਾਰੀ ਹਿੰਮਤਪੁਰੇ ਦਾ ਧੰਨਵਾਦ। ਜੱਗਾ ਜੀ ਕਬੱਡੀ ਪਲੇਅਰ ਬੀਲਾ ਨਾਲ ਮੇਰੇ ਲੋਕ ਕਾਲਾ ਬੀਲੇ ਵਾਲਾ ਉਹਨਾਂ ਦਾ ਧੰਨਵਾਦ। ਮਿੰਟੂ ਸਰਪੰਚ ਉਹਨਾਂ ਦਾ ਧੰਨਵਾਦ। ਜਿਵੇਂ ਕਹਿੰਦੇ ਨੇ ਮਿੰਟੂ ਹੋਰਾਂ ਦੇ ਨਾਲ ਸਰਦਾਰ ਜਲੰਧਰ ਸਿੰਘ ਸਿੱਧੂ ਮੇਜਰ ਸਿੰਘ ਜੀ ਬਰਾੜ ਭਲੂਰ ਵਾਲੇ ਕਰਮਪਾਲ ਸਿੱਧੂ ਜੀ ਔਰ ਨਿਸ਼ਾਨ ਭੰਮੀਪੁਰਾ ਔਰ ਮਿੱਕਾ ਯੂ ਐਸ ਏ ਉਹਨਾਂ ਦਾ ਜਿਹੜਾ ਜਿਵੇਂ ਕਹਿੰਦੇ ਨੇ ਵੱਡੇ ਸੰਯੋਗ ਨੇ ਅੱਜ ਦੇ ਕਬੱਡੀ ਕੱਪ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਹੈ। ਪਰ ਇੱਧਰਲੇ ਪਾਸੇ ਅੰਕ ਜਿਹੜਾ ਜਸੂ ਦੇ ਖਾਤੇ ਹਾਂਜੀ ਬਲਵੀਰ ਸਿੰਘ ਜੀ ਬੋਪਾ ਰਾਏ ਕੈਨੇਡੀਅਨ ਸਾਹਿਬ ਉਹਨਾਂ ਵੱਲੋਂ 3100 ਰੁਪਈਆ ਨਾ ਬਲਬੀਰ ਸਿੰਘ ਜੀ ਲੋਪੋ ਸੋਰੀ ਬਲਬੀਰ ਸਿੰਘ ਜੀ ਲੋਪੋ ਧਾਲੀਵਾਲ ਉਹਨਾਂ ਵੱਲੋਂ 3100 ਰੁਪਈਆ ਆਇਆ ਕਮੇਟੀ ਨੂੰ ਸਹਾਇਤਾ ਉਹਨਾਂ ਦਾ ਧੰਨਵਾਦ ਤੇ ਉਹ ਆਪਣਾ ਸਨਮਾਨ ਵੀ ਲੈ ਲੈਣ ਜੀ ਰਾਜਕੁਮਾਰ ਗਰਗ ਆਪਣਾ ਸਨਮਾਨ ਵੀ ਲੈ ਲੈਣ ਜੀ ਦੰਦਾਂ ਦੇ ਨਾਲ ਇੱਕ ਕਲੀ ਵਾਲਾ ਗੱਟਾ ਚੁੱਕ ਕੇ ਦਿਖਾਵੇਗਾ ਜਿਵੇਂ ਕਹਿੰਦੇ ਨੇ ਇਹਦੇ ਨਾਂ ਦੀ ਵੀ ਤਾੜੀ ਮਾਰ ਦਿਓ ਸਾਡਾ ਸੇਵਾਦਾਰ ਹੈ ਰਾਜਕੁਮਾਰ ਜੀ ਤਾੜੀ ਮਾਰ ਦਿਓ ਜੀ ਦੰਦਾਂ ਦੇ ਨਾਲ ਜਿਵੇਂ ਕਹਿੰਦੇ ਨੇ ਦੰਦ ਗਏ ਤਾਂ ਸਵਾਦ ਗਏ ਅੱਖਾਂ ਗਈਆਂ ਜਹਾਨ ਗਿਆ ਕਰਨ ਗਏ ਤੇ ਰਾਜ ਗਿਆ ਨੇ ਦੰਦਾਂ ਦੇ ਨਾਲ ਖਿਲਵਾੜ ਕੀਤਾ ਪਰ ਇੱਧਰਲੇ ਪਾਸੇ ਪੈਰੋਂ ਪਿੰਡ ਵਾਲਾ ਕਹਿੰਦੇ ਨੇ ਵਹਿਣੀਵਾਲ ਦੇ ਲਾਗੇ ਤਲਵੰਡੀ ਸਾਬੋ ਤੋਂ 12.5 ਕਿਲੋਮੀਟਰ ਦੀ ਦੂਰੀ ਤੇ ਰਾਮੇ ਮੰਡੀ ਵਾਲੇ ਪਾਸੇ ਪਿੰਡ ਜਿਸ ਨਾਯੋਨ ਦਾ ਜਫਾ ਨਹੀਂ ਲਾ ਸਕਿਆ ਅੰਕ ਧਾਵੀ ਦੇ ਖਾਤੇ ਡਿਕਲੇਅਰ ਹੋ ਚੁੱਕਿਆ। ਉਧਰਲੇ ਪਾਸੇ ਮਾਸਟਰ ਸਾਊਂਡ ਪਦੌੜ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਹਰ ਇੱਕ ਦਰਸ਼ਕ ਦੇ ਕੰਨਾਂ ਦੇ ਵਿੱਚ ਪਹੁੰਚਾ ਦਿੱਤਾ ਹੈ। ਸੋ ਮਾਸਟਰ ਸਾਊਂਡ ਪਦੌੜ ਇਸ ਵੀਰ ਦਾ ਵੀ ਵੱਡਾ ਧੰਨਵਾਦ। ਬੜੇ ਵਧੀਆ ਸਾਊਂਡ ਨੇ ਜਿਨ੍ਹਾਂ ਨੇ ਹਜੇ ਤੱਕ ਕੋਈ ਵੀ ਜਿਵੇਂ ਕਹਿੰਦੇ ਨੇ ਕੰਪਲੇਂਟ ਨਹੀਂ ਆਈ ਔਰ ਵੱਡੇ ਵੀਰ ਮੇਰਾ ਧੰਨਵਾਦ ਹੈ ਇਹਨਾਂ ਦਾ ਸਾਊਂਡ ਦਾ। ਔਰ ਇੱਧਰਲੇ ਪਾਸੇ ਮੈਚ ਹੋ ਗਿਆ ਸਮਾਪਤ ਗੋਬਿੰਦਪੁਰਾ। ਵੱਡੇ ਵੀਰ ਦੱਸੀ ਕਿਰਾਂ ਗੱਡੀ ਲੀਆਂ ਤੇ ਗੋਬਿੰਦਪੁਰੇ ਦੀ ਚੜ ਗਈ ਹੈ ਕਹਿਣ ਦਾ ਭਾਵ ਫਾਈਨਲ ਦੇ ਵਿੱਚ ਗੋਬਿੰਦਪੁਰੇ ਦੀ ਟੀਮ ਮਾਈਕ ਤੇ ਬਿੱਟੂ ਸੈਦੋ ਕੇ ਹਰਦੇਵ ਸਿੰਘ ਜੀ ਸੀਬੀਆ ਉਹਨਾਂ ਵੱਲੋਂ 500 ਰੁਪਇਆ ਸਿੱਧੂ ਕਿਹਦੀ ਬੁਲੰਦ ਆਵਾਜ਼ ਰੱਖੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਯੋਧਿਆਂ ਸੂਰਵੀਰਾਂ ਦੀ ਧਰਤੀ ਕੀ ਇਹ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਇੱਥੇ ਮੇਲਿਆਂ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਇੱਥੇ ਮੇਲਿਆਂ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਬਾਬਾ ਬੁੱਢਾ ਜੀ ਸਟੇਡੀਅਮ ਅੱਜ ਖਚਾ ਖਚ ਭਰਿਆ ਪਿਆ ਬਾਬਾ ਬੁੱਢਾ ਜੀ ਕਬੱਡੀ ਕੱਪ ਪੰਜਾਬ ਦਾ ਇਤਿਹਾਸਿਕ ਕੱਪ ਹੈ ਪੂਰੀ ਦੁਨੀਆ ਦੇ ਵਿੱਚ ਇਸ ਕਬੱਡੀ ਕੱਪ ਦੀ ਚਰਚਾ ਅੱਜ ਦੁਨੀਆ ਦੇ ਸਟਾਰਾਂ ਨੇ ਇਸ ਪਵਿੱਤਰ ਗਰਾਊਂਡ ਦੇ ਵਿੱਚ ਆਪਣੀ ਖੇਡ ਦੇ ਜਲਵੇ ਦਿਖਾਉਣੇ ਆ ਕੋਈ ਮੋਟਰਸਾਈਕਲ 'ਤੇ ਕੋਈ ਗੱਡੀ 'ਤੇ ਕੋਈ ਟਰੈਕਟਰ 'ਤੇ ਕੋਈ ਬੱਸ 'ਤੇ ਚੜ੍ਹ ਕੇ ਇਸ ਕਬੱਡੀ ਗਰਾਊਂਡ ਦੇ ਨਾਲ ਆਣ ਕੇ ਜੁੜ ਗਿਆ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਪੁੱਜੇ ਹੋਏ ਖਿਡਾਰੀਆਂ ਦਾ ਪੁੱਜੇ ਹੋਏ ਕਬੱਡੀ ਦੇ ਕੋਚਾਂ ਦਾ ਪੁੱਜੇ ਹੋਏ ਕਬੱਡੀ ਦੇ ਪ੍ਰਮੋਟਰਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਅੱਜ ਕਹਿੰਦੇ ਕਿਰਨਜੀਤ ਸਿੰਘ ਜੀ ਮੈਂਟੂ ਸਰਪੰਚ ਹੋਰਾਂ ਦਾ ਇਹ ਕਬੱਡੀ ਦਾ ਕੱਪ ਮੇਰੇ ਵੀਰੋ ਮਿੱਕਾ ਯੂ ਐਸ ਏ ਨਿਸ਼ਾਨ ਭੰਮੀਪੁਰਾ ਰਾਣਾ ਧਾਲੀਵਾਲ ਕਨੇਡਾ ਮਿਹਰਵਾਨ ਕਨੇਡਾ ਅਤੇ ਸ਼ਮਸ਼ੇਰ ਕਨੇਡਾ ਕਮਲਪ੍ਰੀਤ ਕਨੇਡਾ ਅਤੇ ਤਰਸ਼ੀਮ ਕਨੇਡਾ ਸੀਰ ਆਸਟ੍ਰੇਲੀਆ ਅਤੇ ਜੱਗੀ ਕਨੇਡਾ ਦਾ ਉਚੇਚੇ ਤੌਰ 'ਤੇ ਧੰਨਵਾਦ ਜਿਨ੍ਹਾਂ ਨੇ ਆਪਣੇ ਦਸਾਂ ਨਹੁੰ ਦੀ ਕਿਰਤ ਕਮਾਈ ਦੇ ਵਿੱਚੋਂ ਵੱਡੇ ਮਾਇਆ ਦੇ ਯੋਗਦਾਨ ਦਿੱਤੇ ਆ ਆਹ ਕਹਿੰਦੇ ਕਬੱਡੀ 75 ਕਿਲੋ ਵਰਗ ਦਾ ਦੂਜਾ ਸੈਮੀਫਾਈਨਲ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕੇ ਮੇਰੇ ਵੀਰੋ ਰਾਈਆ ਵਰਸੀ ਬਦਰਾ ਦੋਨੇ ਟੀਮਾਂ ਦੇ ਦਰਮਿਆਨ ਕੀ ਖਾ ਕੇ ਖੁਰਾਕਾਂ ਚੰਗੀ ਸਿਹਤ ਵੀ ਬਣਾਈ ਹੋਵੇ ਜੱਫਾ ਕੋਈ ਲੱਗੇ ਨਾ ਤੇ ਫੇਰ ਦੁੱਖ ਹੁੰਦਾ ਏ ਚੰਡਿਆ ਰੇਡਰ ਕਿਸੇ ਚੰਗੇ ਜਿਹੇ ਕੋਚ ਦਾ ਜੇ ਹੱਥ ਲੱਗੀ ਭੱਜੇ ਨਾ ਤੇ ਫੇਰ ਦੁੱਖ ਹੁੰਦਾ ਏ ਸਾਊਂਡ ਦੀ ਮਸ਼ਹੂਰੀ ਪੂਰੇ ਇਲਾਕੇ ਵਿੱਚ ਹੋਈ ਹੋਵੇ ਸਾਊਂਡ ਬੱਦਲ ਵਾਂਗੂ ਗੱਜੇ ਨਾ ਤੇ ਫੇਰ ਦੁੱਖ ਹੁੰਦਾ ਏ ਸੋਹਣਾ ਪ੍ਰਬੰਧ ਵੱਡੇ ਰੱਖੇ ਜੇ ਪ੍ਰਾਈਜ਼ ਹੋਣ ਗਰਾਊਂਡ ਖਿਡਾਰੀਆਂ ਨਾਲ ਸੱਜੇ ਨਾ ਤੇ ਫੇਰ ਦੁੱਖ ਹੁੰਦਾ ਏ ਸੈਮੀਫਾਈਨਲ ਜਾਂ ਫਾਈਨਲ ਮੈਚ ਹੋਣ ਮਾਣ ਭਦੌੜ ਵਾਲਿਆ ਮੈਚ ਖੜਕ ਕੇ ਲੱਗੇ ਨਾ ਤੇ ਫੇਰ ਦੁੱਖ ਹੁੰਦਾ ਏ ਮੈਚ ਖੜਕ ਕੇ ਲੱਗੇ ਨਾ ਤੇ ਫੇਰ ਦੁੱਖ ਹੁੰਦਾ ਏ ਸਾਰੇ ਦਰਸ਼ਕ ਵੀਰਾਂ ਦੀ ਜਾਣਕਾਰੀ ਲਈ ਦੱਸ ਦਈਏ ਇੱਧਰ ਮੇਨ ਗੇਟ ਵਾਲੀ ਸਾਈਡ ਬਦਰੀ ਦੀ ਟੀਮ ਆ ਰਾਈਏ ਦੀ ਟੀਮ ਸਕੂਲ ਦੀ ਬਿਲਡਿੰਗ ਵਾਲੀ ਸਾਈਡ ਟੀਮ ਆ ਆਹ ਖਿਡਾਰੀ ਦਾ ਕਹਿੰਦੇ ਜਿੱਥੋਂ ਦਾ ਹਮੀਦੀ ਦਾ ਕਾਲਾ ਬੜਾ ਮਸ਼ਹੂਰ ਸੇਵਕ ਨਾਮ ਅਤੇ ਅਗਲੀ ਕਾਰਵਾਈ ਸਟੇਜ 'ਤੇ ਸਾਡੇ ਬਹੁਤ ਸਤਿਕਾਰਯੋਗ ਵੀਰ ਹਾਂਜੀ
ਪਹਿਲਾ ਮੈਚ ਬੋਲਿਓ ਜੀ ਅਕੈਡਮੀਆਂ ਦਾ ਪਹਿਲਾ ਮੈਚ ਹੈ ਇਸ ਤੋਂ ਬਾਅਦ ਮਾਲਵਾ ਮੋਗੇ ਦਾ ਮੈਚ ਸੰਕਰਾਪੁਰੀ ਅਕੈਡਮੀ ਸਾਧੂਵਾਲ ਦੋਨੇ ਟੀਮਾਂ ਖੇਡ ਮੈਦਾਨ ਦੇ ਨਾਲ ਆਣ ਕੇ ਜੁੜ ਜਾਣ ਦੋਨੇ ਟੀਮਾਂ ਨੂੰ ਸਾਡੀ ਬੇਨਤੀ ਆ ਆ ਖਿਡਾਰੀ ਟੀਮਾਂ ਨੂੰ ਬੇਨਤੀ ਆ ਜੀ ਅਕੈਡਮੀਆਂ ਦੇ ਨੂੰ ਪਹਿਲਾ ਮੈਚ ਹੋਣਾ ਵੀ ਉਹ ਗਰਾਊਂਡ 'ਚ ਪਹੁੰਚਣ ਜੀ ਕਬੱਡੀ ਅਕੈਡਮੀਆਂ ਦਾ ਜਿਹੜਾ ਪਹਿਲਾ ਮੈਚ ਮਾਲਵਾ ਮੋਗਾ ਵਰਸੀ ਸ਼ੰਕਰਾਪੁਰੀ ਅਕੈਡਮੀ ਸਾਧੂਵਾਲ ਟੀਮਾਂ ਖੇਡ ਮੈਦਾਨ ਦੇ ਨਾਲ ਆਣ ਕੇ ਜੁੜ ਜਾਣ ਪਿੰਦਰਾ ਨਾਮ ਇਸ ਖਿਡਾਰੀ ਦਾ 22 ਸਾਲ ਦੀ ਉਮਰ ਹੈ ਭਰੀ ਹੋਈ ਖੇਡ ਮੈਦਾਨ ਦੇ ਵਿੱਚ ਉਡਾਣ ਮੇਰੇ ਵੀਰੋ ਉੱਧਰ ਮਿਰਗ ਦੇ ਨਾਲ ਮੁਕਾਬਲਾ ਅਤੇ ਪ੍ਰਗਟ ਢਿਲਮਾਂ ਵਾਲਾ ਫੈਸਲਾ ਕਰਦਾ ਇਹ ਪੁਆਇੰਟ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਇੱਕ ਅਖਾੜੇ ਦਾ ਕਬੱਡੀ ਜਗ ਦੇ ਵਿੱਚ ਨਿੱਕਾ ਨਾਮ ਬੜਾ ਮਸ਼ਹੂਰ ਹੈ ਮੇਰੇ ਵੀਰੋ ਆਇਆ ਨਿੱਕਾ ਕੀਤਾ ਹੋਇਆ ਧਰਤੀ ਮਾਂ ਨੂੰ ਸਲਾਮ ਚਾਰ ਜਾਫੀਆਂ ਦੇ ਉੱਤੇ ਬੋਲਿਆ ਹੋਇਆ ਧਾਵਾ ਉੱਧਰ ਕੈਮਰੇ ਫੋਕਸ ਹੈ ਪੂਰੀ ਦੁਨੀਆ 'ਚ ਮੇਰੇ ਵੀਰੋ ਬਿਹਲੇ ਦਾ ਕਬੱਡੀ ਕੱਪ ਨਜ਼ਾਰੇ ਦੇ ਨਾਲ ਤੱਕ ਰਹੀ ਹੈ ਅਤੇ ਦੇਖੋ ਥੂਹੀ ਵਾਲੇ ਦੇ ਨਾਲ ਮੁਕਾਬਲਾ ਅਤੇ ਪੁਆਇੰਟ ਨਿੱਕੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਆਹ ਖਿਡਾਰੀ ਨੂੰ ਮੈਂ 2 ਸਾਲ ਪਹਿਲਾਂ ਇਸ ਗਰਾਊਂਡ ਦੇ ਵਿੱਚ ਬੁਲਟ ਦੇ ਗੇੜਾ ਦਿੰਦਿਆਂ ਦੇਖਿਆ ਮੇਰੇ ਵੀਰੋ ਇਹ ਨੌਜਵਾਨ ਕਹਿੰਦੇ ਹਰਭਜਨ ਸਿੰਘ ਦਾ ਸਪੁੱਤਰ ਹੈ ਕੁਲਵੰਤ ਸਿੰਘ ਨਾਮ ਹੈ ਪਰ ਕਬੱਡੀ ਦੀ ਦੁਨੀਆ ਦੇ ਵਿੱਚ ਕੰਤੀ ਨਾਮ ਦੇ ਨਾਲ ਮਸ਼ਹੂਰ ਹੈ ਮੇਰੇ ਵੀਰੋ ਇਸ ਵੇਲੇ ਰਾਈਏ ਵਾਲਾ ਉੱਧਰ ਮਿਰਗ ਦਾ ਕਹਿੰਦੇ ਵੱਡਾ ਤਜਰਬਾ ਖੇਡ ਮੈਦਾਨਾਂ ਦੇ ਵਿੱਚ ਇਸ ਵੇਲੇ ਲੱਗਿਆ ਪਿਆ ਜ਼ੋਰ ਹੈ ਨਹੀਂ ਉਹ ਰੀਸਾ ਨੌਜਵਾਨਾਂ ਹੱਟ ਪਿੱਛੇ ਗੱਲ ਵੱਖਰੀ ਹੈ ਸਮਾਂ ਬਲਵਾਨ ਹੈ ਵਾਹ 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 ਕਿ ਗੱਭਰੂ ਨੇ ਰੇਲ ਰੋਕੜੀ ਮੂਹਰੇ ਸੈੱਟ ਕੇ ਕਿੱਕਰ ਦਾ ਝਾਫਾ ਸਮਾਂ ਬਲਵਾਨ ਅਤੇ ਪੁਆਇੰਟ ਇਸ ਨੌਜਵਾਨ ਕੰਤੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਜੇ ਤਾਂ ਮੈਚ ਦਾ ਸਵਾਦ ਆ ਰਿਹਾ ਇੱਕ ਤਾੜੀ ਮਾਰ ਕੇ ਦੱਸਿਓ ਦਰਸ਼ਕ ਵੀਰਿਓ ਜਿਸ ਮੈਚ ਦਾ ਸਵਾਦ ਆ ਰਿਹਾ ਇੱਧਰ ਸੇਵਕ ਉਮੀਦੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਧਰ ਸਤਿਕਾਰਯੋਗ ਫੁੱਫੜ ਜੀ ਦੀਵਾਨਿਆਂ ਵਾਲੇ ਵੀ ਕਹਿੰਦੇ ਲੰਮੇ ਸਮੇਂ ਦੇ ਤਜਰਬੇ ਵਾਲੇ ਅੱਜ ਸਮੇਂ ਦੇ ਨਾਲ ਨਾਲ ਮੇਰੇ ਵੀਰੋ ਕਬੱਡੀ ਦੀਆਂ ਸੇਵਾਵਾਂ ਆਹ ਦੇਖੋ ਇੱਧਰ ਨੌਜਵਾਨ ਇਸ ਵੇਲੇ ਸੇਵਕ ਉਮੀਦੀ ਵਾਲਾ ਅਤੇ ਦੂਜੇ ਪਾਸੇ ਰਾਈਏ ਵਾਲਾ ਪੁਆਇੰਟ ਇਸ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਪਿੰਦਰੇ ਨੇ ਕਹਿੰਦੇ ਥੋੜ੍ਹੇ ਸਮੇਂ ਦੇ ਵਿੱਚ ਵੱਡਾ ਨਾਮ ਕਮਾਇਆ ਕਬੱਡੀ ਦੀ ਦੁਨੀਆ ਦੇ ਵਿੱਚ ਮੇਰੇ ਵੀਰੋ ਮਾਲਵਾ ਮੋਗਾ ਵਰਸੀ ਸ਼ੰਕਰਾਪੁਰੀ ਅਕੈਡਮੀ ਸਾਧੂ ਵਾਲਾ ਅੰਬੀ ਐਂਡ ਅਮਨ ਕਬੱਡੀ ਕਲੱਬ ਮੋਗੇ ਦਾ ਮੈਚ ਮੀਰੀ ਪੀਰੀ ਕਪੂਰਥਲੇ ਦੀਆਂ ਟੀਮਾਂ ਦੇ ਦਰਮਿਆਨ ਇਹ ਮੈਚ ਖੇਡਿਆ ਜਾਣਾ ਲਓ ਪੁਆਇੰਟ ਇਸ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਇੱਧਰ ਪਲਾਟੀਨੇ ਮੋਟਰਸਾਈਕਲ ਅੱਜ ਫਵਰੇ ਮੇਰੇ ਵੀਰੋ ਇਸ ਗਰਾਊਂਡ ਦੇ ਵਿੱਚ ਅੱਜ ਸਮਾਂ ਬਲਵਾਨ ਕਿਹੜਾ ਨੌਜਵਾਨ ਮੋਟਰਸਾਈਕਲ ਦਾ ਹੱਕਦਾਰ ਹੋਵੇਗਾ ਅਤੇ ਨਿੱਕਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਪੱਟਾਂ ਵਿੱਚ ਜਾਣ ਹੋਵੇ ਡੌਲਿਆਂ 'ਤੇ ਮਾਣ ਹੋਵੇ ਫਿਰ ਹੀ ਬਗਾਨੇ ਪੁੱਤਾਂ ਵਿੱਚ ਰੇਡ ਪੈਂਦੀ ਆ ਇੱਜ਼ਤ ਦਾ ਸਾਂਝਾ ਹੋਵੇ ਨਸ਼ਿਆਂ ਤੋਂ ਵਾਂਝਾ ਹੋਵੇ ਰੱਬ ਦੀ ਨਿਗਾਹ ਸਿੱਧੀ ਉਹਦੇ ਉੱਤੇ ਰਹਿੰਦੀ ਆ ਭਲਵਾਨਾਂ ਵਾਲੀ ਤੋਰ ਹੋਵੇ ਛਾਤੀ ਵਿੱਚ ਜ਼ੋਰ ਹੋਵੇ ਚੜ੍ਹਦੀ ਜਵਾਨੀ ਫਿਰ ਹੱਟ ਪਿੱਛੇ ਕਹਿੰਦੀ ਆ ਗਰੀਬੀ ਜਦੋਂ ਦੂਰ ਹੋਵੇ ਨਾਮ ਮਸ਼ਹੂਰ ਹੋਵੇ ਵਧਾਉਣ ਵਾਲਿਆ ਫਿਰ ਨਾ ਹੀ ਉਹ ਘਾਟ ਕੋਈ ਰਹਿੰਦੀ ਆ ਗਰੀਬੀ ਜਦੋਂ ਦੂਰ ਹੋਵੇ ਨਾਮ ਮਸ਼ਹੂਰ ਹੋਵੇ ਜਿਨ੍ਹਾਂ ਨੇ ਕਬੱਡੀ ਦੇ ਵਿੱਚ ਤਪੱਸਿਆ ਕੀਤੀ ਹੈ ਨਾਮ ਮਸ਼ਹੂਰ ਹੈ ਮੇਰੇ ਵੀਰੋ ਦੁਨੀਆ ਨਾਮ ਪੂਜਦੀ ਉਹਨਾਂ ਖਿਡਾਰੀਆਂ ਦੇ ਆਹ ਆਇਆ ਪਿੰਦਰਾ ਰਾਈਏ ਵਾਲਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮਾਲਵਾ ਮੋਗਾ ਅਤੇ ਸ਼ੰਕਰਾਪੁਰੀ ਅਕੈਡਮੀ ਸਾਧੂ ਵਾਲਾ ਦੋਨੇ ਟੀਮਾਂ ਨੂੰ ਸਾਡੀ ਬੇਨਤੀ ਦੋਵੇਂ ਅਕੈਡਮੀਆਂ ਨੂੰ ਸਾਡੀ ਬੇਨਤੀ ਖੇਡ ਮੈਦਾਨ ਦੇ ਵੱਲ ਆ ਜਾਣ ਅੰਬੀ ਐਂਡ ਅਮਨ ਕਲੱਬ ਮੋਗੇ ਦਾ ਮੈਚ ਮੀਰੀ ਪੀਰੀ ਕਪੂਰਥਲੇ ਦੀ ਟੀਮ ਦੇ ਨਾਲ ਇਹ ਮੈਚ ਖੇਡਿਆ ਜਾਣਾ ਹਰਜੀਤ ਕਲੱਬ ਜਗਰਾਓਂ ਅਤੇ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਮੈਚਾਂ ਦਾ ਜਿਹੜਾ ਵੇਰਵਾ ਅਸੀਂ ਸਾਂਝਾ ਕਰ ਰਹੇ ਹਾਂ ਹੈਲੋ ਹਾਂਜੀ ਅਸੀਂ ਦੱਸ ਦਈਏ ਜਰਨੈਲ ਸਿੰਘ ਜੀ ਪਾਇਲਟ ਜੋ ਰੈਫਰੀ ਦੀ ਸੇਵਾ ਨਿਭਾ ਰਹੇ ਨੇ ਗਰਾਊਂਡ ਦੇ ਵਿੱਚ ਅਤੇ ਕਿੰਦਰ ਸਿੰਘ ਜੀ ਗਹਿਲ ਜਰਨੈਲ ਸਿੰਘ ਜੀ ਪਾਇਲਟ ਗਹਿਲ ਅਤੇ ਕਿੰਦਰ ਸਿੰਘ ਜੀ ਗਹਿਲ ਦੋਨੇ ਹੀ ਵੀਰ ਜੰਮੇ ਬੜਾ ਗਹਿਲਾਂ ਦੇ ਵਿੱਚ ਨੇ ਪਰ ਪਹਿਲਾਂ ਤੋਂ ਖੇਡੇ ਅਤੇ ਪੜ੍ਹੇ ਇਸ ਨਗਰ ਦੇ ਵਿੱਚ ਹੀ ਆ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਇਹਨਾਂ ਦਾ ਚੰਗੀਆਂ ਸੇਵਾਵਾਂ ਨਿਭਾ ਰਹੇ ਨੇ ਇਹ ਇਸ ਖੇਡ ਮੇਲੇ ਦੇ ਲਈ ਅਤੇ ਇਸ ਨਗਰ ਦੇ ਲਈ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਾਂਦਾ ਕਮੇਟੀ ਵੱਲੋਂ ਕਿਉਂਕਿ ਇਹ ਕਮੇਟੀ ਦੇ ਮੈਂਬਰ ਨੇ ਸਾਡੇ ਜਰਨੈਲ ਸਿੰਘ ਜੀ ਪਾਇਲਟ ਅਤੇ ਕਿੰਦਰ ਸਿੰਘ ਜੀ ਗਹਿਲ ਉੱਧਰ ਮਿੱਕਾ USA ਔਰ ਜੱਗੀ ਕਨੇਡਾ ਸਾਡੇ ਵੀਰ 200 ਦਾ ਮਾਣ ਸਨਮਾਨ 100 ਦਾ ਮਾਣ ਸਨਮਾਨ ਇੱਧਰ ਕਮਲਪ੍ਰੀਤ ਰੰਧਾਵਾ ਜੀ ਰਾਈਏ ਦੀ ਟੀਮ ਦੇ ਲਈ ਮਾਇਆ ਦੇ ਜਿਹੜੇ ਯੋਗਦਾਨ ਭੇਜ ਰਹੇ ਆ ਬਹੁਤ ਬਹੁਤ ਧੰਨਵਾਦ ਸਾਰੇ NRI ਭਰਾਵਾਂ ਦਾ ਕਿ ਪ੍ਰਦੇਸੀ ਵਸਨੇ ਵਾਲੇ ਹੋਏ ਕਦੇ ਵਤਨੀ ਫੇਰਾ ਪਾ ਲਿਓ ਜੀ ਜਿਹੜਾ ਲੜਕੀਆਂ ਦਾ ਮੈਚ ਹੋਣਾ ਨਾ ਪਹਿਲਾਂ ਸਿੱਧਵਾਂ ਬੇਟ ਅਤੇ ਮਾਲਵਾ ਦੋਨੇ ਟੀਮਾਂ ਗਰਾਊਂਡ 'ਚ ਪਹੁੰਚਣ ਜੀ ਸਿੱਧਵਾਂ ਬੇਟ ਵਰਸੀ 'ਚ ਮਾਲਵਾ ਦੋਨੇ ਟੀਮਾਂ ਖੇਡ ਮੈਦਾਨ ਦੇ ਨਾਲ ਆਣ ਕੇ ਜੁੜ ਜਾਣ ਲੜਕੀਆਂ ਦੀਆਂ ਜੀ ਲੜਕੀਆਂ ਦੀਆਂ ਟੀਮਾਂ ਦੋਨੇ ਟੀਮਾਂ ਨੂੰ ਸਾਡੀ ਬੇਨਤੀ ਹੈ ਆਓ ਦੇਖੋ ਸਾਹਮਣੇ ਨੌਜਵਾਨ ਗੱਭਰੂ ਨਿੱਕੇ ਦੀ ਪਈ ਹੋਈ ਕਬੱਡੀ ਦੇ ਪੁਆਇੰਟ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਉੱਧਰ ਮਿੱਕਾ USA ਨਿਸ਼ਾਨ ਭੰਮੀਪੁਰਾ ਰਾਣਾ ਧਾਲੀਵਾਲ ਕਨੇਡਾ ਮਿਹਰਵਾਨ ਕਨੇਡਾ
ਸ਼ਮਸ਼ੇਰ ਕੈਨੇਡਾ, ਕਮਲਪ੍ਰੀਤ ਕੈਨੇਡਾ, ਤਰਸੇਮ ਕੈਨੇਡਾ, ਸੀਰਾ ਸੇਲੀਆ, ਜੱਗੀ ਕੈਨੇਡਾ, ਹੈਰੀ ਨੰਗਲੂਰੀ ਕਹਿੰਦੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਬੈਠੇ ਮੈਚਾਂ ਦਾ ਆਨੰਦ ਮਾਣ ਰਹੇ ਆ। ਉੱਧਰ ਜੀ ਵਰਿੰਦਰ ਸਿੰਘ ਜੀ ਸਾਡੇ ਕਲੱਬ ਦੇ ਕਾਕਾ ਪ੍ਰਧਾਨ ਜੀ, ਉਹ ਚੇਚੇ ਤੌਰ 'ਤੇ ਧੰਨਵਾਦ, ਲੱਖ ਵਾਰ ਮੁਬਾਰਕਬਾਦ ਹੈ। ਖੇਡ ਮੈਦਾਨ ਦੇ ਵਿੱਚ ਦੇਖੋ ਮੇਰੇ ਵੀਰੋ, ਪਿੰਦਰੇ ਦੀ ਪਈ ਹੋਈ ਕਬੱਡੀ, ਗੱਲ ਕਿਹੋ ਜਿਹੀ ਆ, ਪੈ ਗਿਆ ਪੇਚਾ ਕਿ ਓਲੇ ਵੇਖ, ਪੈ ਗਿਆ ਪੇਚਾ, ਉੱਡਦਾ ਵਿੱਚ ਮੈਦਾਨ ਦੇ ਰੇਤਾ, ਚੜ੍ਹ ਗਿਆ ਵਿੱਚ ਸਮਾਨਾਂ ਦੇ ਵਾਂਗ ਚਰਖਣੇ ਘੁੰਮਦੇ ਪਰਖੋ ਜ਼ੋਰ ਜਵਾਨਾਂ ਦੇ, ਵਾਂਗ ਚਰਖਣੇ ਘੁੰਮਦੇ ਪਰਖੋ ਜ਼ੋਰ ਜਵਾਨਾਂ ਦੇ। ਇਹਨਾਂ ਜਵਾਨਾਂ ਦੇ ਜ਼ੋਰਾਂ ਦੀ ਪਰਖਾ ਕਿ ਪਰਦੇਸੀ ਵਸਨੇ ਵਾਲੇ ਹੋਏ, ਕਦੇ ਵਤਨੀ ਫੇਰਾ ਪਾਲੇ ਹੋਏ, ਹੋਰ ਭਾਵੇਂ ਕੁਝ ਚੇਤੇ ਨਾ ਰੱਖਣਾ, ਇੱਕ ਮਿੱਟੀ ਆਪਣੀ ਭੁੱਲੇ ਹੋਣਾ, ਇੱਕ ਚੇਤੇ ਆਪਣੀ ਮਾਂ ਰੱਖਣਾ। ਅੱਜ ਕਹਿੰਦੇ ਜਨਮ ਭੂਮੀ ਦੇ ਮੇਰੇ ਵੀਰੋ NRI ਭਰਾਵਾਂ ਦੇ ਵੱਡੇ ਯੋਗਦਾਨ ਹੈ। ਇੱਧਰ ਲੜਕੀਆਂ ਦੀ ਟੀਮ, ਕਿਹੜੀ ਟੀਮ ਆਈ ਸਾਨੂੰ ਜਾਣਕਾਰੀ ਦਿਓ। ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਇਸ ਵੇਲੇ ਨੌਜਵਾਨ ਕੰਤੀ ਰਾਈਏ ਵਾਲਾ ਪਾਉਣ ਦੇ ਲਈ ਵਾਧਾ ਹੋਇਆ। ਸਿੱਧਮਾ ਦੀ ਟੀਮ ਖੇਡ ਮੈਦਾਨ ਦੇ ਵਿੱਚ ਆ ਗਈ ਹੈ। ਮਾਲਵੇ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚੇ, ਸਾਡੀ ਬੇਨਤੀ, ਸਿੱਧਮਾ ਦੀ ਟੀਮ ਖੇਡ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਆ। ਉੱਧਰ ਦਰਸ਼ਕ ਵੀਰ ਇਸ ਵੇਲੇ ਸਕੂਲ ਦੀ ਬਿਲਡਿੰਗ 'ਤੇ ਬੈਠੇ ਮੈਚਾਂ ਦਾ ਆਨੰਦ ਮਾਣ ਰਹੇ ਆ। ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਕੋਈ ਇੰਗਲੈਂਡ ਦੇ ਵਿੱਚ, ਕੋਈ ਕੈਨੇਡਾ ਦੇ ਵਿੱਚ, ਕੋਈ ਨਿਊਜ਼ੀਲੈਂਡ ਦੇ ਵਿੱਚ, ਕੋਈ ਮੇਰੇ ਵੀਰ USA ਦੇ ਵਿੱਚ ਬੈਠਾ, ਕੋਈ ਆਸਟ੍ਰੇਲੀਆ ਦੇ ਵਿੱਚ ਬੈਠਾ, ਅੱਜ ਦੀ ਬੀਹਲੇ ਦੇ ਕਬੱਡੀ ਕੱਪ ਦਾ ਆਨੰਦ ਮਾਣੀ ਜਾ ਰਿਹਾ। ਆਹ ਦੇਖੋ ਨੌਜਵਾਨ ਥੂਹੀ ਵਾਲਾ ਧਿਆਨਾਂ 'ਤੇ ਪੁਆਇੰਟ, ਨਿੱਕਾ ਆਪਣੀ ਟੀਮ ਦੇ ਹਿੱਸੇ ਬਦਰੇ ਵਾਲਾ ਲੱਖ ਜੇ ਪੁਆਇੰਟ ਦਾ ਵਾਧਾ ਕਰਦਾ ਹੋਇਆ। ਮਾਲਵੇ ਦੀ ਟੀਮ, ਲੜਕੀਆਂ ਦੀ ਟੀਮ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਵੇ, ਅਗਲਾ ਮੈਚ ਲੜਕੀਆਂ ਦਾ ਖੇਡਿਆ ਜਾਣਾ। ਆਓ ਦੇਖੋ ਸਾਹਮਣੇ ਪਿੰਦਰਾ ਰਾਈਏ ਵਾਲਾ, ਕਿ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ। ਇਹ ਲਾਈਨਾਂ ਕਹਿੰਦੇ ਨੀਲੇ ਖਾਣ ਸਵਰਗੀ ਆ, ਰਾਈਏ ਵਾਲੇ ਦੀਆਂ ਲਿਖੀਆਂ ਦੁਨੀਆਂ ਦੇ ਵਿੱਚ ਪਾਪੂਲਰ ਹੈ। ਆਓ ਦੇਖੋ ਨੌਜਵਾਨ ਰਾਈਏ ਵਾਲਾ ਪਿੰਦਰਾ, ਵਾਹ, ਜੇ 21 ਪਾਉਣ ਸ਼ਰੀਕ ਤਾਂ 31 ਪਾਉਣੀ ਪੈਂਦੀ ਆ, ਜੇ ਕੋਈ ਖੰਘ ਬਨੌਟੀ ਖੰਘੇ ਫਿਰ ਹਟਾਉਣੀ ਪੈਂਦੀ ਆ, ਫਿਰ ਹਟਾਉਣੀ ਪੈਂਦੀ ਆ। ਲੈ ਵੀ 22 ਪੁਆਇੰਟਾਂ ਵਾਲਿਆ, ਕਿਹੜੀ ਟੀਮ ਇਸ ਮੈਚ ਦੀ ਜੇਤੂ ਹੈ? ਬਦਰੇ ਦੀ ਟੀਮ ਫਾਈਨਲ ਨੂੰ ਪ੍ਰਵੇਸ਼ ਕਰ ਗਈ, ਅਤੇ ਰਾਈਏ ਵਾਲੇ ਆ ਕੇ ਆਪਣਾ ਮੇਰੇ ਤੋਂ ਮਾਣ ਸਨਮਾਨ ਹਾਸਲ ਕਰ ਲੈਣਾ। ਕਾਕਾ ਪ੍ਰਧਾਨ ਜੀ, ਟਾਈਮ ਕੀ ਦੇਣਾ ਆਪਾਂ? ਟਾਈਮ ਰੇਡ ਰੇਡਾਂ ਜੀ, ਰੇਡਾਂ 12-12 12-12 ਮਾਲਵਾ ਕਬੱਡੀ ਕਲੱਬ ਔਲਖ ਦੀ ਟੀਮ, ਕੁਲਵੰਤ ਸਿੰਘ ਜੀ ਮਾਨ ਜਾਣਕਾਰੀ ਦੇ ਰਹੇ ਨੇ, ਮੇਨ ਗੇਟ ਵਾਲੀ ਸਾਈਡ ਆ। ਸਿੱਧਮਾਂ ਦੀ ਟੀਮ ਸਕੂਲ ਦੀ ਬਿਲਡਿੰਗ ਵਾਲੀ ਸਾਈਡ ਟੀਮ ਹੈ। ਦੋਨੇ ਟੀਮਾਂ ਦੇ ਦਰਮਿਆਨ ਬਹੁਤ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਅਕੈਡਮੀਆਂ ਦਾ ਮੈਚ ਵੀ ਬੋਲ ਦਿਓ ਜੀ ਨਾਲ ਦੀ ਨਾਲ, ਪਹਿਲਾ ਮੈਚ ਜਿਹੜਾ ਹੋਣਾ ਉਹਨਾਂ ਨੂੰ ਵੀ ਸੱਦੋ। ਮਾਲਵਾ ਕਲੱਬ ਮੋਗੇ ਦਾ ਮੈਚ, ਸ਼ੰਕਰਪੁਰੀ ਕਬੱਡੀ ਅਕੈਡਮੀ ਸਾਧੂਵਾਲ, ਦੋਨੇ ਟੀਮਾਂ ਕਬੱਡੀ ਅਕੈਡਮੀ ਦੀਆਂ ਖੇਡ ਮੈਦਾਨ ਦੇ ਵਿੱਚ ਆ ਜਾਣ। ਦੋਨੇ ਟੀਮਾਂ ਦੇ ਕੋਚ ਸਾਹਿਬਾਨਾਂ ਨੂੰ ਸਾਡੀ ਬੇਨਤੀ ਹੈ। ਬਲਜੀਤ ਜੀ, ਆਪਾਂ ਲੜਕੀਆਂ ਦਾ ਇੱਕ ਮੈਚ ਹੋਰ ਆ, ਕਿਹੀ ਮੈਚ ਆ? ਲੜਕੀਆਂ ਦਾ ਇੱਕ ਮੈਚ ਹੋਰ ਕਰਵਾ ਦਿਓ ਜੀ, ਦੂਸਰਾ ਵੀ। ਹਾਂਜੀ, ਓਕੇ ਜੀ। ਪ੍ਰਧਾਨ ਜੀ ਕਹਿੰਦੇ ਵੀ ਬਾਅਦ 'ਚ ਕਰਾਉਣਾ, ਪਹਿਲਾਂ ਇਹ, ਉਦੋਂ ਬਾਅਦ ਲੜਕੀਆਂ ਦਾ ਇੱਕ ਮੈਚ ਹੋਊਗਾ, ਉਸ ਤੋਂ ਬਾਅਦ ਅਕੈਡਮੀਆਂ ਦਾ ਪਹਿਲਾ ਮੈਚ ਹੋਊਗਾ। ਲਓ ਇਸ ਵੇਲੇ ਦੋਨੇ ਟੀਮਾਂ ਦੇ ਦਰਮਿਆਨ ਬਹੁਤ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਮੇਰੀ ਬੇਨਤੀ ਕੁਲਵੰਤ ਮਾਨ ਜੀ ਨੂੰ ਵੀ ਆ ਕੇ ਸਾਨੂੰ ਨਾਮ ਦੱਸਣ, ਕੁਲਵੰਤ ਸਿੰਘ ਜੀ ਮਾਨ ਕਬੱਡੀ ਕੋਚ ਆ ਕੇ ਸਾਨੂੰ ਨਾਮ ਦੱਸਣ। ਪਹਿਲੀ ਕਬੱਡੀ 14 ਨੰਬਰ ਦੀ ਕਿੱਟ ਭਰੀ ਹੋਈ ਉਡਾਣ ਇਸ ਲੜਕੀ ਦੀ, ਔਰ ਦੂਜੇ ਪਾਸੇ ਆਪਾਂ ਦੇਖ ਰਹੇ ਹਾਂ ਮੇਰੇ ਵੀਰੋ ਸਿੱਧਮਾ ਦੀ ਟੀਮ ਦੀ ਇਹ ਖਿਡਾਰਨ ਕਰਦੀ ਹੋਈ ਟਰਾਈ ਦੇ ਪੁਆਇੰਟ ਇਸ ਲੜਕੀ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ। ਵੀਰਪਾਲ ਨੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਇੱਧਰ ਓਕੇ, ਹਾਂਜੀ, ਲੜਕੀਆਂ ਦੀ ਟੀਮਾਂ ਨੂੰ ਪਹਿਲਾ ਨਾਮ ਆ ਜਿਹੜਾ ਨਾਮ ਦਿੱਤਾ ਜਾਣਾ ਉਹ ਪਰਮਜੀਤ ਸਿੰਘ ਜੀ ਕੈਨੇਡੀਅਨ, ਉਹਨਾਂ ਵੱਲੋਂ ਦਿੱਤਾ ਜਾਣਾ। ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ। ਪਹਿਲਾ ਨਾਮ ਲੜਕੀਆਂ ਦੀਆਂ ਟੀਮਾਂ ਨੂੰ ਜਿਹੜਾ ਦਿੱਤਾ ਜਾਣਾ ਪਰਮਜੀਤ ਸਿੰਘ ਜੀ ਕੈਨੇਡੀਅਨ, ਉਹਨਾਂ ਵੱਲੋਂ ਦਿੱਤਾ ਜਾਣਾ। ਧੰਨਵਾਦ ਜੀ ਬਹੁਤ ਬਹੁਤ ਉਹਨਾਂ ਦਾ। ਇੱਧਰ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਮੇਰੇ ਵੀਰੋ ਮਾਲਵਾ ਦੀ ਟੀਮ ਦੀ ਤਰਫੋਂ, ਔਲਖ ਦੀ ਟੀਮ ਤਰਫੋਂ ਇਹ ਲੜਕੀ ਨੇ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ। ਕੁਲਵੰਤ ਮਾਨ ਜੀ, ਇੱਕ ਇੱਕ ਲੜਕੀ ਦਾ ਨਾਮ ਜ਼ਰੂਰ ਦੱਸੋ, ਕਿਉਂਕਿ ਦਰਸ਼ਕਾਂ ਨੂੰ ਆਪਾਂ ਜਾਣਕਾਰੀ। ਹੈਪੀ ਨੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ। ਸਿੱਧਮਾ ਦੀ ਟੀਮ ਤਰਫੋਂ ਖੇਡ ਮੈਦਾਨ ਦੇ ਵਿੱਚ ਅਗਲੀ ਪਈ ਹੋਈ ਕਬੱਡੀ, ਅਤੇ ਚਾਰ ਲੜਕੀਆਂ ਇੱਕ ਲੜਕੀ ਕਹਿੰਦੇ ਵਰਲਡ ਕਬੱਡੀ ਕੱਪ ਖੇਡਣ ਵਾਲੀ ਬਾਜਵਾ, ਉਹ ਵੀ ਖੇਡ ਮੈਦਾਨ ਦੇ ਵਿੱਚ 8 ਨੰਬਰ ਦੀ ਕਿੱਟ ਪਹਿਨੀ ਹੋਈ, ਕਿ ਜੋਧੇ ਸੂਰਮੇ ਫਕੀਰਾਂ ਨੂੰ ਜਨਮ ਦਿੱਤਾ, ਮਾਵਾਂ ਬਣ ਕੇ ਕਹਾਣੀਆਂ ਰਚੀਆਂ ਨੇ, ਮਾਈ ਭਾਗੋ ਅਤੇ ਝਾਂਸੀ ਦੀ ਰਾਣੀ ਵੇਖੋ, ਖਾਤਰ ਅਣਖ ਲਈ ਤੇਗਾਂ 'ਤੇ ਨੱਚੀਆਂ ਨੇ, ਹਰ ਕਾਮਯਾਬ ਮਰਦ ਪਿੱਛੇ ਔਰਤ ਦਾ ਹੱਥ ਹੁੰਦਾ,
ਜਿਨ੍ਹਾਂ ਜਿਨ੍ਹਾਂ ਨੇ ਕਰੀਆਂ ਤਰੱਕੀਆਂ ਨੇ ਵਧਾਉਣ ਵਾਲਿਆ ਦੇਸ਼ ਦਾ ਮਾਣ ਧੀਆਂ ਸਿਰ ਦਾ ਤਾਜ ਬਣਾ ਕੇ ਰੱਖੀਆਂ ਨੇ ਸਿਰ ਦਾ ਤਾਜ ਬਣਾ ਕੇ ਰੱਖੀਆਂ ਨੇ ਇੱਧਰ ਅਗਲੀ ਕਬੱਡੀ ਮਾਲਵਾ ਕਬੱਡੀ ਅਕੈਡਮੀ ਔਲਖ ਵੱਲੋਂ ਖੇਡ ਮੈਦਾਨ ਵਿੱਚ ਇਸ ਲੜਕੀ ਦੀ ਪਈ ਹੋਈ ਕਬੱਡੀ ਰੀਨਾ ਕਬੱਡੀ ਪਾਉਣ ਦੇ ਲਈ ਵਾਧੀ ਹੋਈ ਖੇਡ ਮੈਦਾਨ ਦੇ ਵਿੱਚ ਹੈ ਉੱਧਰ ਬਾਜਵਾ ਦੇ ਨਾਲ ਮੁਕਾਬਲਾ ਇੱਧਰ ਕਹਿੰਦੇ ਲੜਕੀ ਮੇਰੇ ਵੀਰੋ ਪੀ ਟੀ ਸੀ ਚੈਨਲ 'ਤੇ ਤੁਸੀਂ ਜ਼ਰੂਰ ਤੱਕਿਆ ਹੋਣਾ ਇਸ ਲੜਕੀ ਨੂੰ ਖੇਡ ਮੈਦਾਨ ਦੇ ਵਿੱਚ ਬਾਜਵਾ ਬਾਜਵਾ ਦਾ ਕਹਿੰਦੇ ਰੀਨਾ ਨਾਲ ਮੁਕਾਬਲਾ ਇੱਕ ਜ਼ੋਰ ਦੀਆਂ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜੇ ਸਵਾਦ ਆਇਆ ਕਿ ਲੱਗ ਗਿਆ ਜੱਫਾ ਯਾਰੋ ਇਸ ਵੇਲੇ ਬਹੁਤ ਤਕੜਾ ਪੁਆਇੰਟ ਬਾਜਵਾ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਔਲਖ ਦੀ ਟੀਮ ਤਰਫੋਂ ਇੱਕ ਨੰਬਰ ਦੀ ਕਿੱਟ ਪਹਿਨੀ ਇਸ ਲੜਕੀ ਨੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧੀ ਹੋਈ ਔਰ ਤਿੰਨ ਮੁਟਿਆਰਾਂ ਦੇ ਵਿੱਚੋਂ ਕਿਹੜੀ ਲੜਕੀ ਵੱਧ ਕੇ ਕੋਸ਼ਿਸ਼ ਕਰੇਗੀ ਸਮਾਂ ਬਲਵਾਨ ਹੈ ਅੱਜ ਬੀਹਲਾ ਦੀ ਖੇਡ ਸਟੇਡੀਅਮ ਧੰਨ ਧੰਨ ਬਾਬਾ ਬੁੱਢਾ ਸਿੰਘ ਜੀ ਬੀਹਲਾ ਖੇਡ ਸਟੇਡੀਅਮ ਅੱਜ ਖਚਾ ਖਚ ਭਰਿਆ ਪਿਆ ਪੈਂਦੀ ਹੋਈ ਕਬੱਡੀ ਇੱਕ ਕਬੱਡੀ ਦਾ ਪੂਰਾ ਸਵਾਦ ਹੈ ਇੱਕ ਇੱਕ ਮੈਚ ਦਾ ਇੱਕ ਇੱਕ ਰੇਡ ਦਾ ਇੱਕ ਇੱਕ ਜੱਫੇ ਦਾ ਨਜ਼ਾਰਾ ਆ ਰਿਹਾ ਉੱਧਰ ਸਾਡੇ ਬਹੁਤ ਸਤਿਕਾਰਯੋਗ ਮੇਕਾ ਯੂ ਐੱਸ ਏ ਨਿਸ਼ਾਨ ਭੰਮੀਪੁਰਾ ਰਾਣਾ ਧਾਲੀਵਾਲ ਕਨੇਡਾ ਮਿਹਰਵਾਨ ਕਨੇਡਾ ਅਤੇ ਸ਼ਮਸ਼ੇਰ ਕਨੇਡਾ ਕਮਲਪ੍ਰੀਤ ਕਨੇਡਾ ਤਰਸ਼ੇਮ ਕਨੇਡਾ ਅਤੇ ਸੀਰਾ ਆਸਟ੍ਰੇਲੀਆ ਜੱਗੀ ਕਨੇਡਾ ਸਾਰੇ ਹੈਰੀ ਨੰਗਲ ਜੀ ਹੋਰਾਂ ਦਾ ਕਾਕੇ ਪ੍ਰਧਾਨ ਹੋਰਾਂ ਦਾ ਮਿੰਟੂ ਸਰਪੰਚ ਹੋਰਾਂ ਦਾ ਬਿੱਟੂ ਹਠੂਰ ਹੋਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਕਾਲਾ ਨਵੋੜ ਜਿਹਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਣਾ ਐੱਲ ਸੀ ਡੀ ਦੇ ਨਾਲ ਉਹ ਵੀ ਸਟੇਜ ਦੇ ਲਾਗੇ ਪਹੁੰਚ ਜਾਵੇ ਅਤੇ ਮੈਂ ਬੇਨਤੀ ਕਰੂੰਗਾ ਕਾਕਾ ਪ੍ਰਧਾਨ ਕਿਰਨਜੀਤ ਸਿੰਘ ਜੀ ਮਿੰਟੂ ਸਰਪੰਚ ਅਤੇ ਰਾਣਾ ਧਾਲੀਵਾਲ ਜੀ ਕਮਲਪ੍ਰੀਤ ਸਿੰਘ ਜੀ ਵੀ ਉਹਦਾ ਸਨਮਾਨ ਕਰਨ ਲਈ ਉਹ ਵੀ ਗਰਾਊਂਡ ਦੇ ਲਾਗੇ ਰਹਿਣ ਕਾਲਾ ਨਵੋਲ ਜਿਨ੍ਹਾਂ ਦਾ ਸਨਮਾਨ ਕੀਤਾ ਜਾਣਾ ਕਬੱਡੀ ਪਲੇਅਰ ਦਾ ਐੱਲ ਸੀ ਡੀ ਦੇ ਨਾਲ ਉਹ ਗਰਾਊਂਡ ਦੇ ਲਾਗੇ ਪਹੁੰਚੇ ਜੀ ਸਨਮਾਨ ਦੇ ਲਈ ਪਰਮਿੰਦਰ ਸਿੰਘ ਜੀ ਪਟਵਾਰੀ ਕਮਲਪ੍ਰੀਤ ਸਿੰਘ ਜੀ ਰਾਣਾ ਧਾਲੀਵਾਲ ਜੀ ਜੀਵਿੰਦਰ ਸਿੰਘ ਜੀ ਕਾਕਾ ਅਤੇ ਕਿਰਨਜੀਤ ਸਿੰਘ ਜੀ ਮਿੰਟੂ ਸਰਪੰਚ ਉਹ ਸਨਮਾਨ ਦੇ ਲਈ ਪਹੁੰਚ ਜਾਣ ਨਾਲ ਪਲੇਅਰ ਸਾਥੀ ਉਹਨਾਂ ਦੇ ਕਿ ਮੈਨੂੰ ਕੁੱਖ 'ਚ ਨਾ ਕਤਲ ਕਰਾ ਨੀ ਮਾਏ ਮੇਰੀਏ ਨੀ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾਹ ਇੱਧਰ ਬਾਜਵਾ ਨੇ ਕਹਿੰਦੇ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੇ ਮੈਚ ਦੇ ਲਈ ਕਬੱਡੀ ਅਕੈਡਮੀਆਂ ਦੀਆਂ ਦੋਨੇ ਟੀਮਾਂ ਖੇਡ ਮੈਦਾਨ ਦੇ ਵੱਲ ਆ ਜਾਣ ਮਾਲਵਾ ਮੋਗਾ ਅਤੇ ਸ਼ੰਕਰਾਪੁਰੀ ਅਕੈਡਮੀ ਸਾਧੂਵਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਕਿਸੇ ਵੀ ਖਿਡਾਰੀ ਦਾ ਜਾਂ ਖਿਡਾਰਨ ਦਾ ਵਾਲ ਵੀ ਵਿੰਗਾ ਨਾ ਹੋਵੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਇੱਧਰ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਸਿੱਧਵਾਂ ਦੀ ਟੀਮ ਤਰਫੋਂ ਪਈ ਹੋਈ ਕਾਕਾ ਪ੍ਰਧਾਨ ਜੀ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਬੀਹਲੇ ਵਾਲੇ ਉਹਨਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਬਾਜਵਾ ਕਮਲਪ੍ਰੀਤ ਰੰਧਾਵਾ ਜੀ ਅਤੇ ਰਾਣਾ ਧਾਲੀਵਾਲ ਜੀ 200 ਰੁਪਈਆ ਇੱਧਰ ਬਾਜਵਾ ਦੇ ਲਈ ਜਿਹੜੀ ਲੜਕੀ ਇਸ ਵੇਲੇ ਔਲਖ ਦੀ ਟੀਮ ਵੱਲੋਂ ਬਹੁਤ ਤਕੜਾ ਪ੍ਰਦਰਸ਼ਨ ਕੀਤਾ ਹਾਂਜੀ ਕਾਲਾ ਨਵੋਲ ਇਹਨਾਂ ਦਾ ਸਨਮਾਨ ਕਰਨਾ ਜੀ ਐੱਲ ਸੀ ਡੀ ਦੇ ਨਾਲ ਪ੍ਰਧਾਨ ਜੀ ਰਾਣਾ ਧਾਲੀਵਾਲ ਜੀ ਕਮਲਪ੍ਰੀਤ ਜੀ ਪਰਮਿੰਦਰ ਸਿੰਘ ਜੀ ਪਟਵਾਰੀ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਜਾਓ ਸਨਮਾਨ ਕਰੋ ਜੀ ਕਾਲਾ ਨਵੋਲ ਐੱਲ ਸੀ ਡੀ ਦੇ ਨਾਲ ਸਨਮਾਨਿਤ ਕਰਨ ਦਾ ਹਾਂਜੀ ਮਿਹਰਬਾਨ ਜੀ ਜਾਓ ਜੀ ਨਾਲ ਮਿਹਰਬਾਨ ਜੀ ਮਿਹਰਬਾਨ ਸਿੰਘ ਜੀ ਕੈਨੇਡੀਅਨ ਜਾਓ ਜੀ ਨਾਲ ਸਨਮਾਨ ਦੇ ਲਈ ਇਸ ਮੈਚ ਦੇ ਵਿੱਚੋਂ ਕਿਹੜੀ ਟੀਮ ਜੇਤੂ ਬਿੱਟੂ ਭੁੱਲਰ ਜੀ ਮਿਹਰਬਾਨ ਜੀ ਪਰਮਿੰਦਰ ਸਿੰਘ ਜੀ ਪਟਵਾਰੀ ਸਾਹਿਬ ਰਾਣਾ ਧਾਲੀਵਾਲ ਅਤੇ ਕਮਲਪ੍ਰੀਤ ਸਿੰਘ ਜੀ ਰੰਧਾਵਾ ਜੀਵਿੰਦਰ ਸਿੰਘ ਜੀ ਕਾਕਾ ਪ੍ਰਧਾਨ ਕਰਨਜੀਤ ਸਿੰਘ ਜੀ ਮਿੰਟੂ ਸਰਪੰਚ ਕਾਲਾ ਨਮੋਲ ਵਾਲਾ ਆਉਣ ਵਾਲੇ ਸਮੇਂ ਦਾ ਕਬੱਡੀ ਦਾ ਸਟਾਰ ਕਿਉਂਕਿ ਪ੍ਰਾਪਤੀਆਂ ਜਿਹੜੀਆਂ ਹਰ ਇਨਸਾਨ ਸਮੇਂ ਦੇ ਨਾਲ ਨਾਲ ਕਰਦਾ ਪਰ ਜਦੋਂ ਛੋਟੀ ਪ੍ਰਾਪਤੀ ਥੋੜ੍ਹੇ ਸਮੇਂ ਦੇ ਵਿੱਚ ਹੁੰਦੀ ਆ ਇਹਦਾ ਦਿਲ ਜਾਣਦਾ ਜਿੰਨੀ ਖੁਸ਼ੀ ਹੋਵੇਗੀ ਕਾਲੇ ਨਮੋਲ ਵਾਲੇ ਮਿੰਟੂ ਸਰਪੰਚ ਆਓ ਜੀ ਕਿਰਨਜੀਤ ਸਿੰਘ ਜੀ ਮਿੰਟੂ ਸਰਪੰਚ ਜੀ
ਔਰ ਉਧਰ ਪੰਜਾਬ ਦੀ ਇਸ ਵਾਲੇ ਉਧਰ ਬਲਜੀਤ ਸਿੰਘ ਜੀ ਹੋਰਾਂ ਦਾ ਵੀ ਧੰਨਵਾਦ ਜਿਹੜੇ ਬੜੇ ਵਧੀਆ ਢੰਗ ਤਰੀਕੇ ਦੇ ਨਾਲ ਸਟੇਜ ਦੀ ਕਾਰਵਾਈ ਨਿਭਾ ਰਹੇ ਨੇ ਮਾਲਵਾ ਕਬੱਡੀ ਅਕੈਡਮੀ ਮੋਗਾ ਵਰਸੀ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲਾ ਹਰਜੀਤ ਕਲੱਬ ਜਗਰਾਉਂ ਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦਾ ਦੂਜਾ ਮੈਚ ਖੇਡਿਆ ਜਾਣਾ ਅੰਬੀ ਕਲੱਬ ਮੋਗਾ ਤੇ ਮੀਰੀ ਪੀਰੀ ਕਬੱਡੀ ਅਕੈਡਮੀ ਕਪੂਰਥਲਾ ਹਰਜੀਤ ਫਰੈਂਡ ਜੀ ਕਬੱਡੀ ਅਕੈਡਮੀ ਪਤੋ ਤੇ ਹਰਜੀਤ ਐਂਡ ਭਗਤ ਸਿੰਘ ਕਬੱਡੀ ਕਲੱਬ ਬਦਨੀ ਇਹ ਕਬੱਡੀ ਅਕੈਡਮੀਆਂ ਨੂੰ ਸਾਡੀ ਬੇਨਤੀ ਹੈ ਜੀ ਮਾਲਵਾ ਕਬੱਡੀ ਕਲੱਬ ਮੋਗੇ ਦਾ ਮੈਚ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲ ਦੀ ਟੀਮ ਦੇ ਨਾਲ ਖੇਡਿਆ ਜਾਣਾ ਇਹ ਦੋਨੇ ਕਬੱਡੀ ਅਕੈਡਮੀ ਦੀਆਂ ਟੀਮਾਂ ਗਰਾਊਂਡ ਖਾਲੀ ਨਾ ਹੋਣ ਦਿੱਤਾ ਜਾਵੇ ਤਾਂ ਕਿ ਆਪਾਂ ਟਾਈਮ ਨਾਲ ਮੈਚ ਕਰਵਾ ਸਕੀਏ ਹਾਂਜੀ ਇੱਕ ਵੀਰਾਂ ਨੂੰ ਬੇਨਤੀ ਹੈ ਜਿਹੜੇ ਕੁਰਸੀਆਂ ਲੈ ਕੇ ਇੱਧਰ ਉੱਪਰ ਛੱਤ ਦੇ ਉੱਤੇ ਬੈਠੇ ਨੇ ਕੁਰਸੀਆਂ ਛੱਡ ਦੇਣ ਕੁਰਸੀਆਂ ਥੱਲਿਓਂ ਨਾ ਲਿਜਾਣ ਕਿਰਪਾ ਕਰਕੇ ਫਿਰ ਸਾਡੇ ਵਲੰਟੀਅਰ ਹੋਣਗੇ ਸੋਤੋਂ ਕੁਰਸੀਆਂ ਲੈ ਕੇ ਜਾਣਗੇ ਆਪਣੇ ਆਪ ਹੀ ਕੁਰਸੀਆਂ ਸਟੇਜ 'ਤੇ ਰੱਖ ਦਿਓ ਕਿਉਂਕਿ ਸਟੇਜ ਦੇ ਉੱਪਰ ਸਾਡੇ ਪਤਵੰਤ ਸੱਜਣ ਸਾਡੇ ਅੱਜ ਦੇ ਮੁੱਖ ਮਹਿਮਾਨਾਂ ਨੇ ਪਹੁੰਚਣਾ ਗਾ ਉਹਨਾਂ ਵਾਸਤੇ ਕੁਰਸੀਆਂ ਲਾਈਆਂ ਗਈਆਂ ਨੇ ਕੁਰਸੀਆਂ ਕਮਰਿਆਂ ਦੇ ਉੱਪਰ ਨਾ ਚੜਾਓ ਕਿਰਪਾ ਕਰਕੇ ਕੁਰਸੀਆਂ ਥੱਲੇ ਸਟੇਜ 'ਤੇ ਲਾ ਦਿਓ ਧੰਨਵਾਦ ਹੋਵੇਗਾ ਤੁਹਾਡਾ ਬਹੁਤ ਬਹੁਤ ਮਾਲਵਾ ਕਬੱਡੀ ਅਕੈਡਮੀ ਮੋਗਾ ਅਤੇ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲਾ ਇਹ ਦੋਵੇਂ ਅਕੈਡਮੀਆਂ ਨੂੰ ਮੇਰੇ ਖਿਆਲ ਦੇ ਵਿੱਚ ਅਸੀਂ 20 ਮਿੰਟਾਂ ਤੋਂ ਰੈਗੂਲਰੀ ਆਵਾਜ਼ ਦੇ ਰਹੇ ਹਾਂ ਦੋਨੇ ਟੀਮਾਂ ਦੇ ਕੋਚ ਸਾਹਿਬਾਨਾਂ ਨੂੰ ਸਾਡੀ ਬੇਨਤੀ ਹੈ ਕਿਰਪਾ ਕਰਕੇ ਦੋਨੇ ਟੀਮਾਂ ਦੇ ਪਲੇਅਰ ਗਰਾਊਂਡ ਦੇ ਵਿੱਚ ਆਉਣ ਮੇਜਰ ਸਿੰਘ ਜੀ ਭਲੂਰ ਕਬੱਡੀ ਦੇ ਮਾਲਵੇ ਦੇ ਰੌਂਤੇ ਦੀ ਟੀਮ ਆ ਦਰਸ਼ਕ ਵੀਰ ਨੋਟ ਕਰੋ ਨਹਿਰ ਵਾਲੀ ਸਾਈਡ ਜਿਹੜੀ ਟੀਮ ਰੌਂਤੇ ਦੀ ਆ ਔਰ ਸਕੂਲ ਦੀ ਬਿਲਡਿੰਗ ਵਾਲੀ ਸਾਈਡ ਉਹ ਟੀਮ ਭਿੱਖੀ ਦੀ ਚਲੀ ਗਈ ਮੈਚ ਸ਼ੁਰੂ ਕਰਵਾਓ ਜੀ ਕਿ ਹੋਵੇ ਉਸ ਨਾ ਕਰਦਾ ਉੱਚਾ ਲੋਕਾਂ ਵਿੱਚ ਨਾ ਜਿਹਦੀਆਂ ਸਿਫਤਾਂ ਹੋਣ ਹਰ ਇੱਕ ਥਾਂ ਚੰਗੇ ਕੰਮਾਂ ਨਾਲ ਹੁੰਦੀਆਂ ਚੜ੍ਹਾਈਆਂ ਨੇ ਫਿਰ ਮਿਲਦਾ ਲੋਕਾਂ ਦਾ ਪਿਆਰ ਮਿੱਤਰੋ ਏਕਤਾ ਦੇ ਨਾਲ ਹੁੰਦੇ ਮੇਲੇ ਲੱਗਦੇ ਤਖਤ ਉਪਰੀ ਆਖੇ ਭਾਗਾਂ ਵਾਲੇ ਹੀ ਕਰਨ ਦਦਾਰ ਮਿੱਤਰੋ ਅੱਜ ਵੱਡੇ ਏਕੇ ਦੇ ਨਾਲ ਮੇਰੇ ਵੀਰੋ ਪਿੰਡ ਬੀਹਲੇ ਦੇ ਵਿੱਚ ਮਹਾਨ ਕਬੱਡੀ ਦਾ ਕੱਪ ਹੋ ਰਿਹਾ ਟੌਪ ਦੇ ਦੁਨੀਆਂ ਦੇ ਸਟਾਰ ਪੁੱਜੇ ਹੋਏ ਨੇ ਚੋਟੀ ਦੀਆਂ ਅਕੈਡਮੀਆਂ ਬੁਲਾ ਕੇ ਕਰਨਦੀਪ ਮਿੰਟੂ ਹੋਣਾ ਨੇ ਵੱਡਾ ਇਤਿਹਾਸ ਰਚਣ ਵਾਲੀ ਗੱਲ ਹੋਣੀ ਹੈ ਲਓ ਸਾਹਮਣੇ ਰੌਂਤੇ ਦੀ ਟੀਮ ਵੱਲੋਂ ਮੇਰੇ ਵੀਰੋ ਪੰਜਾਬ ਦੀ ਮੁਟਿਆਰ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਚੁੱਕੀ ਹੈ ਛੇ ਨੰਬਰ ਕਿੱਟ ਦੇ ਵਿੱਚ ਪਾਈ ਹੋਈ ਕਬੱਡੀ ਪੁਆਇੰਟ ਜਿਹੜਾ ਰੌਂਤੇ ਦੀ ਟੀਮ ਦਾ ਪੁਆਇੰਟ ਜਿਹੜਾ ਰੌਂਤੇ ਦੀ ਟੀਮ ਦਾ ਲਓ ਅਗਲੀ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਜ਼ਿਲ੍ਹੇ ਮਾਨਸਾ ਦੀ ਭੀਖੀ ਪਿੰਡ ਦੀ ਮੁਟਿਆਰ ਮੇਰੇ ਵੀਰੋ ਵੱਧ ਕੇ ਕਬੱਡੀ ਪਾਉਂਦੀ ਹੈ ਕਿ ਨਾ ਕੋਈ ਸਮਝੇ ਬੜਾ ਸਮਝਾਇਆ ਕਿਉਂ ਅਤਿਆਚਾਰ ਦਾ ਖੇਡ ਰਚਾਇਆ ਧੀ ਆਪਣੀ ਨੂੰ ਹੱਥੀ ਮਾਰ ਮੁਕਾਉਂਦੇ ਆ ਕਿ ਜ਼ਿੰਦਗੀ ਭਰ ਜੀ ਨੂੰ ਪੁੱਤ ਨਹੀਂ ਮਿਲਦਾ ਧੀਆਂ ਨੂੰ ਪਛਤਾਉਂਦੇ ਆ ਲਗਲੇ ਪਾਸੇ ਇੱਕ ਪਾਸੇ ਮੁਟਿਆਰ ਮੇਰੇ ਵੀਰੋ ਵੱਧ ਕੇ ਲਾਉਂਦੀ ਹੋਈ ਜਫਾ ਔਰ ਪੁਆਇੰਟ ਮੇਰੇ ਵੀਰੋ ਭੀਖੇ ਦੀ ਟੀਮ ਦੇ ਹਿੱਸੇ ਜੁੜਦਾ ਲਓ ਅਗਲੀ ਕਬੱਡੀ ਗੀਤਾ ਰੌਂਤੇ ਦਾ ਆਪਣੇ ਸਮੇਂ ਦਾ ਸਟਾਰ ਮੇਰੇ ਵੀਰੋ ਇਸ ਟੀਮ ਦੀ ਕੋਚਿੰਗ ਦੀ ਵੱਡੀ ਸੇਵਾਵਾਂ ਨੇ ਉਹ ਵੇਖਦੇ ਆ ਮੇਰੇ ਵੀਰੋ ਰੌਂਤੇ ਵਾਲੀ ਮੁਟਿਆਰ ਦੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਲਓ ਪਈ ਹੋਈ ਕਬੱਡੀ 'ਤੇ ਗਿੱਟਾ ਕੈਚ ਕੀਤਾ ਮੇਰੇ ਵੀਰੋ ਭੀਖੀ ਦੀ ਮੁਟਿਆਰ ਨੇ ਹੁਣ ਵੇਖਦੇ ਗੱਲ ਕਹੋ ਜੀ ਆਉਂਦੀ ਹੈ ਲੱਗਿਆ ਹੋਇਆ ਜ਼ੋਰ ਦੋਨੋਂ ਖਿਡਾਰੀਆਂ ਦੇ ਦਰਮਿਆਨ ਟੱਕਰ ਕਾਂਟੇ ਦੀ ਡੀ ਦਰਮਿਆਨ ਮੇਰੇ ਵੀਰੋ ਬੱਲੇ 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 ਮਾਖੇੜ ਕਬੱਡੀ ਦੀ ਮਾਖੇੜ ਕਬੱਡੀ ਦੀ ਜਰਨੈਲ ਸਾਡਾ ਵੀਰ ਪਾਇਲਟ ਗਹਿਣਾ ਵਾਲਾ ਕਰਦਾ ਫੈਸਲਾ ਪੁਆਇੰਟ ਜਿਹੜਾ ਮੇਰੇ ਵੀਰੋ ਧਾਵੀ ਦੇ ਹਿੱਸੇ ਹਾਂਜੀ ਰਹਿਣਾ ਰੰਧਾਵਾ ਅਤੇ ਸੀਰਾ ਭੁੱਲਰ ਇਟਲੀ ਵਾਲੇ ਇਹਨਾਂ ਵੱਲੋਂ 5000 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਹੀ ਆ ਇਹ ਵੀ ਆਪਣੇ ਸਨਮਾਨ ਪ੍ਰਾਪਤ ਕਰਨ ਜੀ ਧੰਨਵਾਦ ਜੀ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਲਓ ਅਗਲੀ ਰੇਡ ਭਿੱਖੀ ਦੀ ਟੀਮ ਵੱਲੋਂ ਮੁਟਿਆਰ ਪਾਉਣ ਦੇ ਲਈ ਵੱਧ ਚੁੱਕੀ ਹੈ ਨਿਸ਼ਲੀਏ ਧੀਆਂ ਹੁੰਦੀਆਂ ਧੀਆਂ ਧੀਆਂ ਆਵਾਜ਼ ਨਾ ਲੱਗਣ ਧੀਆਂ ਧੀਆਂ ਨੂੰ ਸਤਿਕਾਰ ਦਿਓ ਰੱਬ ਦੇ ਕੰਮ ਵਿੱਚ ਵਿਘਣ ਪਊਗਾ ਧੀਣਾ ਮਾਰ ਦਿਓ ਵੇ ਲੋਕੋ ਰੱਬ ਦੇ ਕੰਮ ਵਿੱਚ ਵਿਘਣ ਪਊਗਾ ਧੀਣਾ ਮਾਰ ਦਿਓ ਪੁਆਇੰਟ ਜਿਹੜਾ ਭਿੱਖੀ ਦੀ ਮੁਟਿਆਰ ਆਪਣੀ ਟੀਮ ਦੇ ਹਿੱਸੇ ਜੋੜ ਚੁੱਕੀ ਆ ਅਗਲੀ ਰੇਡ ਰੌਂਤੇ ਦੀ ਟੀਮ ਦੀ ਦੇਖਦੇ ਹਾਂ ਵੀ ਕਿਹੜੀ ਮੁਟਿਆਰ ਪਾਵੇਗੀ ਛੇ ਨੰਬਰ ਕਿੱਟ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਟੇਕ ਧਰਤੀ ਮਾਂ ਨੂੰ ਮੱਥਾ ਕਰ ਡਾਢੇ ਰੱਬ ਨੂੰ ਯਾਦ ਮੇਰੇ ਵੀਰੋ 20-25 ਕੁ ਕਦਮ ਵਿਰੋਧੀਆਂ ਦੇ ਵਿਹੜੇ ਵੱਲ ਨੂੰ ਪੁੱਟੇ ਔਰ ਹਲਕਾ ਜਿਹਾ ਚੌਕੇ ਦੇਖਦੇ ਹਾਂ ਵੀ ਸੱਜੀ ਕੰਨੀ ਵੱਲ ਨੂੰ ਮੇਰੇ ਵੀਰੋ ਵਧੀਆ ਸਤਵਿੰਦਰ ਭੁੱਲਰ
ਤੇ ਗੁਰਪ੍ਰੀਤ ਸਿੰਘ ਜੀ ਭੁੱਲਰ ਇਟਲੀ ਉਹਨਾਂ ਵੱਲੋਂ 5000 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਆਈ ਆ ਉਹ ਵੀ ਆਪਣਾ ਸਨਮਾਨ ਲੈਣ ਜੀ ਧੰਨਵਾਦ ਜੀ ਇਹਨਾਂ ਦਾ ਬਹੁਤ ਬਹੁਤ ਮਾਲਵਾ ਕਬੱਡੀ ਕਲੱਬ ਮੋਗਾ ਅੰਬੀਅਨ ਅਮਣਾ ਕਬੱਡੀ ਕਲੱਬ ਠੂਰ ਦੀ ਟੀਮ ਮੇਰੇ ਵੀਰੋ ਅੰਬੀਅਨ ਅਮਣਾ ਕਬੱਡੀ ਕਲੱਬ ਮੋਗੇ ਦੀ ਟੀਮ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੇ ਇਧਰਲੇ ਪਾਸੇ ਭੀਖੀ ਵਾਲੀ ਮੁਟਿਆਰ ਦੀ ਪਈ ਹੋਈ ਕਬੱਡੀ ਕਿ ਬਾਪੂ ਵੀ ਕਹਿੰਦਾ ਧੀਆਂ ਤਾਂ ਹੀ ਮਰ ਜਾਣੀਆਂ ਕਿ ਮਾਂ ਵੀ ਕਹਿੰਦੀ ਧੀਆਂ ਤਾਂ ਹੀ ਮਰ ਜਾਣੀਆਂ ਪੁੱਤਾਂ ਤਾਂ ਹੀ ਜਾਣ ਜੋਗੇ ਕਹਿਣ ਵਾਲਿਓ ਕਦੇ ਧੀਆਂ ਨੂੰ ਵੀ ਕਿਹਾ ਕਰੋ ਜਾਣ ਜੋਗੀਆਂ ਕਦੇ ਧੀਆਂ ਨੂੰ ਵੀ ਕਿਹਾ ਕਰੋ ਜਾਣ ਜੋਗੀਆਂ ਮਾਲਵਾ ਕਬੱਡੀ ਕਲੱਬ ਮੋਗਾ ਅੰਬੀਅਨ ਅਮਣਾ ਕਬੱਡੀ ਕਲੱਬ ਮੋਗੇ ਦੀ ਟੀਮ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਪੁੱਜੇਗੀ ਅੰਬੀਅਨ ਅਮਣਾ ਕਬੱਡੀ ਕਲੱਬ ਮੋਗਾ ਤੇ ਮਾਲਵਾ ਕਬੱਡੀ ਕਲੱਬ ਮੋਗਾ ਲਓ ਇਧਰਲੇ ਪਾਸੇ ਭੀਖੀ ਵਾਲੀ ਮੁਟਿਆਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵੱਧ ਕੇ ਪਾਉਂਦੀ ਹੋਈ ਚਾਰ ਜਾਫੀ ਮੇਰੇ ਵੀਰੋ ਭੀਖੀ ਦੇ ਕਿਹੜਾ ਖਿਡਾਰੀ ਹੁਣ ਲਾ ਕੇ ਜਫਾ ਕਰਦਾ ਕਮਾਲ ਮਿੱਤਰੋ ਬਿਹਲੇ ਦਾ ਕਬੱਡੀ ਕੱਪ ਅੱਜ ਦੁਨੀਆ ਭਰ ਦੇ ਵਿੱਚ ਸਾਡੇ ਵੀਰ ਮੇਰੇ ਵੀਰੋ ਜਿਹੜੀ ਬਿਹਲਾ ਵੈਬਸਾਈਟ ਬਣੀ ਹੈ ਪੂਰੀ ਦੁਨੀਆ ਦੇ ਵਿੱਚ ਅੱਜ ਮੇਰੇ ਵੀਰੋ ਲਾਈਵ ਟੈਲੀਕਾਸਟ ਕਰ ਰਹੇ ਨੇ ਲਓ 6 ਨੰਬਰ ਕਿੱਟ ਦੇ ਵਿੱਚ ਰੌਂਟੇ ਦੀ ਮੁਟਿਆਰ ਆਪਣੀ ਟੀਮ ਲਈ ਇੱਕ ਹੋਰ ਪੁਆਇੰਟ ਦਾ ਵਾਧਾ ਕਰ ਗਈ ਆ ਬਾਵੀ ਭਿੱਖੀ ਦੀ ਮੁਟਿਆਰੇ ਅਗਲੀ ਰੇਡ ਚਾਰ ਸਟਾਪਰਾਂ ਤੇਰੀ ਉਡੀਕ ਕਰ ਰਹੀਆਂ ਨੇ ਕਿ ਜ਼ਿੰਦਗੀ ਨਹੀਂ ਹੁੰਦੀ ਇਕੱਲੀ ਪਹਿਨਣਾ ਹੰਡਾਉਣ ਲਈ ਜ਼ਿੰਦਗੀ ਤਾਂ ਹੁੰਦੀ ਕੁਝ ਕਰਕੇ ਦਿਖਾਉਣ ਲਈ ਕੰਮ ਉਹੀ ਕਰੀਏ ਜੋ ਯਾਦ ਰੱਖੇ ਦੁਨੀਆ ਤਖਤੂਪੁਰੀ ਆਖੇ ਮਾੜੇ ਬੰਦੇ ਦੀਆਂ ਕਦੇ ਕਿਸੇ ਨੇ ਨਾ ਸੁਣੀਆਂ ਹਾਂਜੀ ਪ੍ਰਧਾਨ ਜੀ ਅਗਲੀਆਂ ਟੀਮਾਂ ਵਾਸਤੇ ਅਨਾਊਂਸ ਕਰਵਾਓ ਜੀ ਮਾਲਵਾ ਕਬੱਡੀ ਕਲੱਬ ਮੋਗਾ ਤੇ ਇੰਟਰਨੈਸ਼ਨਲ ਅੰਬੀ ਕਲੱਬ ਹਠੂਰ ਮੋਗਾ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਆ ਅਗਲੇ ਮੈਚ ਲਈ ਜਲਦੀ ਤੋਂ ਜਲਦੀ ਖੇਡ ਦੇ ਮੈਦਾਨਾਂ ਵੱਲ ਵਧਣ ਉਧਰ ਸਾਡਾ ਵੀਰ ਰਾਣਾ ਕੈਨੇਡਾ ਜੀ ਮੇਰੇ ਵੀਰੋ ਰੌਂਤੇ ਦੀ ਟੀਮ ਦੇ ਕਜਾਫੀ ਦੇ ਲਈ ਬਹੁਤ ਵੱਡਾ ਮਾਣ ਕਰਕੇ ਗਏ ਨੇ ਪਈ ਹੋਈ ਕਬੱਡੀ ਅਗਲੀਆਂ ਟੀਮਾਂ ਵੀ ਤਿਆਰੀ ਫੜ ਕੇ ਰੱਖਣ ਜੀ ਹਰਜੀਤ ਫਰਿੰਡਜ ਕਲੱਬ ਪੱਤੋ ਹੀਰਾ ਸਿੰਘ ਤੇ ਮੇਰੇ ਵੀਰੋ ਆਜ਼ਾਦ ਕਲੱਬ ਘੱਲਾਂ ਦੀ ਟੀਮ ਵੀ ਮੇਰੇ ਵੀਰੋ ਅਗਲੇ ਮੈਚਾਂ ਦੀਆਂ ਟੀਮਾਂ ਨੇ ਇਹ ਵੀ ਟੀਮਾਂ ਤਿਆਰੀ ਫੜ ਕੇ ਰੱਖਣਗੀਆਂ ਲਓ ਮੈਚ ਬੜਾ ਸੋਹਣਾ ਲੱਗਿਆ ਹੋਇਆ ਮਾਂ ਖੇਡ ਕਬੱਡੀ ਦਾ ਕਿ ਪੜ੍ਹ ਲਿਖ ਕੇ ਵੀ ਦੁਨੀਆ ਲੋਕੋ ਹੋਈ ਨਹੀਂ ਸਿਆਣੀ ਕੁੱਖਾਂ ਦੇ ਵਿੱਚ ਮਾਰਨੋ ਲੋਕੀ ਆਪਣੀ ਤੀ ਧਿਆਣੀ ਕੁੱਖਾਂ ਤੇ ਰੁੱਖਾਂ ਦੇ ਵੈਰੀ ਗੰਧਲਾ ਕਰਦੇ ਪਾਣੀ ਇਹੋ ਕੰਮ ਜੇ ਰਿਹਾ ਦੋਸਤੋ ਤਾਂ ਹੋ ਜੂ ਖਤਮ ਕਹਾਣੀ ਕੀ ਤੱਤੀ ਕੀ ਠੰਡੀ ਮਿੱਤਰੋ ਰੋਟੀ ਹੁੰਦੀ ਖਾਣੀ ਕਿ ਆਪੋ ਆਪਣੇ ਭਾਗ ਹੁੰਦੇ ਨੇ ਇੱਕ ਗੋਲੀ ਤੇ ਇੱਕ ਰਾਣੀ ਸੁੱਖਾਂ ਦੇ ਵਿੱਚ ਰਹਿੰਦਾ ਉਹ ਸੋਈ ਜਿਹਨੇ ਇਹ ਗੱਲ ਜਾਣੀ ਕਿ ਹੱਸਣਾ ਖੇਡਣਾ ਮਣਕਾ ਚਾਓ ਲਿਖਿਆ ਵਿੱਚ ਕਰਵਾਣੀ ਇੱਕ ਪਾਸੇ ਰੌਂਤੇ ਵਾਲੀ ਮੁਟਿਆਰ ਮੇਰੇ ਵੀਰੋ ਤੇ ਦੂਸਰੇ ਪਾਸੇ ਭੀਖੀ ਵਾਲੀ ਜ਼ਿਲ੍ਹੇ ਮਾਨਸਾ ਦੀ ਮੇਰੇ ਵੀਰੋ ਮੁਟਿਆਰ ਆਪਣੀ ਟੀਮ ਦੇ ਸੇ ਲੱਖਾਂ ਜਿਹਾ ਪੁਆਇੰਟ ਜੋੜਦੀ ਹੈ ਉੱਧਰ ਬਹੁਤ ਹੀ ਸਤਿਕਾਰਯੋਗ ਰਿੱਕੀ ਸਿੱਧੂ ਜੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਨੇ ਹਾਂਜੀ ਸਵਰਨ ਸਿੰਘ ਜੀ ਫੌਜੀ ਉਹ ਵੀ ਆਪਣਾ ਸਨਮਾਨ ਲੈ ਜਾਣ ਜੀ 500 ਰੁਪਇਆ ਆਇਆ ਉਹਨਾਂ ਦੇ ਵੱਲੋਂ ਧੰਨਵਾਦ ਜੀ ਉਹਨਾਂ ਦਾ ਬਹੁਤ ਬਹੁਤ ਸਵਰਨ ਸਿੰਘ ਜੀ ਹੈਲੋ ਲਓ ਅਗਲੀ ਰੇਡ ਭਿੱਖੀ ਦੀ ਟੀਮ ਦੀ ਮੁਟਿਆਰ ਪਾਉਣ ਦੇ ਲਈ ਵਧ ਚੁੱਕੀ ਆ ਨਾਲ ਹੀ ਅੱਜ ਦੇ ਇਸ ਕਬੱਡੀ ਕੱਪ 'ਤੇ ਲੱਖ ਲੱਖ ਮੁਬਾਰਕਾਂ ਨੇ ਸਾਡੇ ਵੀਰ ਕਾਕੇ ਪ੍ਰਧਾਨ ਵਰਗੇ ਪਿਆਰੇ ਵਰਗੇ ਮਿੰਟੂ ਸਰਪੰਚ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਲਓ ਸਾਹਮਣੇ ਪਾਈ ਹੋਈ ਰੇਡ ਭਿੱਖੀ ਦੀ ਟੀਮ ਦੀ ਮੁਟਿਆਰ ਚੌਂ ਸਟਾਪਰਾਂ 'ਤੇ ਬੋਲਿਆ ਹੋਇਆ ਧਾਵਾ ਲਓ ਦੇਖਦੇ ਹਾਂ ਵੀ ਹੋਇਆ ਮੁਕਾਬਲਾ ਕੰਨੀ ਵਾਲੀ ਸਟਾਪਰ ਦੇ ਨਾਲ ਪੁਆਇੰਟ ਜਿਹੜਾ ਭਿੱਖੀ ਦੀ ਟੀਮ ਦਾ ਪੁਆਇੰਟ ਜਿਹੜਾ ਭਿੱਖੀ ਦੀ ਟੀਮ ਦਾ ਅਗਲਾ ਮੈਚ ਮਾਲਵਾ ਕਬੱਡੀ ਕਲੱਬ ਮੋਗਾ ਅਤੇ ਇੰਟਰਨੈਸ਼ਨਲ ਅੰਬੀ ਕਲੱਬ ਹਠੂਰ ਮੋਗਾ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਆ ਜਲਦੀ ਤੋਂ ਜਲਦੀ ਖੇਡ ਦੇ ਮੈਦਾਨਾਂ ਵੱਲ ਵਧਣ ਮਾਲਵਾ ਕਬੱਡੀ ਕਲੱਬ ਮੋਗਾ ਅੰਬੀ ਇੰਟਰਨੈਸ਼ਨਲ ਕਬੱਡੀ ਕਲੱਬ ਹਠੂਰ ਮੋਗਾ ਲਓ ਸਾਹਮਣੇ ਦੇਖਦੇ ਹਾਂ ਵੀ ਰੌਂਦੇ ਵਾਲੀ ਮੁਟਿਆਰ ਕਹਿੰਦੀ ਅਰਜਨ ਦੇ ਤੀਰ ਵਾਂਗੂ ਉਂਗਲ ਖੜੀ ਕਰਕੇ ਦੱਸਦੀ ਆ ਵੀ ਪੁਆਇੰਟ ਜਿਹੜਾ ਹਾਂਜੀ ਤਰਨਜੀਤ ਸਿੰਘ ਜੀ ਦੁੱਗਲ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਹੋ ਰਿਹਾ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਤਰਨਜੀਤ ਸਿੰਘ ਜੀ ਦੁੱਗਲ ਉਹਨਾਂ ਦਾ ਸਨਮਾਨ ਕਰ ਰਹੇ ਨੇ ਕਿਰਨਜੀਤ ਸਿੰਘ ਜੀ ਮਿੰਟੂ ਸਰਪੰਚ ਨਾਲ ਮਾਸਟਰ ਹਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਰੰਧਾਵਾ ਵਿਸ਼ੇਸ਼ ਤੌਰ 'ਤੇ ਸਨਮਾਨ ਤਰਨਜੀਤ ਸਿੰਘ ਜੀ ਦੁੱਗਲ ਲਓ ਸਾਹਮਣੇ ਪਾਈ ਹੋਈ ਰੇਡ ਭਿੱਖੀ ਦੀ ਮੁਟਿਆਰ ਹਲਕਾ ਜਿਹਾ ਝੁੱਕ ਕੇ ਕਬੱਡੀ 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 ਕਰਦੀ ਆ ਦੂਜੇ ਪਾਸੇ ਰੌਂਦੇ ਵਾਲੀ ਮੁਟਿਆਰ ਨਾਲ ਮੁਕਾਬਲਾ ਪੁਆਇੰਟ ਜਿਹੜਾ
ਉਹ ਭਿੱਖੀ ਦੀ ਟੀਮ ਦਾ ਪੁਆਇੰਟ ਜਿਹੜਾ ਭਿੱਖੀ ਦੀ ਟੀਮ ਦਾ ਨਾਲ ਹੀ ਕਬੱਡੀ ਦੇ ਜਿੰਨੇ ਵੀ ਬੁਲਾਰੇ ਪੁੱਜੇ ਆ ਸੰਦੀਪ ਕੋਲਡ ਵਾਲਾ ਕਿ ਕੈਸਤਾਂ 'ਤੇ ਲੈ ਕੇ ਪਲਟੀਨਾ ਮੁੰਡਿਆ ਵੇ ਪੱਟੇ ਜਾਣੇ ਨਹੀਂ ਪਟੋਲੇ ਹੋਰ ਵੀ ਅਨੇਕਾਂ ਗੀਤ ਸਬਾਈ ਨੇ ਬਹੁਤ ਹੀ ਵਧੀਆ ਜਿਹੜੀ ਕਲਮ ਦਿੱਤੀ ਆ ਪੰਜਾਬੀ ਮਾਂ ਬੋਲੀ ਨੂੰ ਲਓ ਸਾਹਮਣੇ ਪਾਈ ਹੋਈ ਰੇਡ ਜਸਵਿੰਦਰ ਆਸਾ ਬੁੱਟਰ ਜੀ ਬਿੱਟੋ ਸੈਦੋ ਵਾਲਾ ਤਾਰੀ ਹਿੰਮਤਪੁਰਾ ਹਰਮਨ ਮਹਿਲਕਲਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਲਓ ਪੁਆਇੰਟ ਜਿਹੜਾ ਰੌਂਤੇ ਦੀ ਟੀਮ ਦਾ ਮੀਤਾ ਰੌਂਤੇ ਦਾ ਆਪਣੇ ਸਮੇਂ ਦਾ ਸਟਾਰ ਹੋਇਆ ਮੇਰੇ ਵੀਰਿਓ ਇੰਗਲੈਂਡ ਖੇਡਣ ਦਾ ਮਾਣ ਹਾਸਲ ਹੈ ਇਸ ਨੌਜਵਾਨ ਨੂੰ ਡਾਕਟਰ ਵਰਿੰਦਰ ਕੁਮਾਰ ਜੀ ਉਹਨਾਂ ਵੱਲੋਂ 1100 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਦਿੱਤੀ ਆ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਜੀ ਉਹਨਾਂ ਦਾ ਵੀ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵੱਧ ਕੇ ਕਬੱਡੀ ਪਾਉਂਦੇ ਹੋਏ ਭੀਖੀ ਦੀ ਮਟਿਆਰ ਤੇ ਚਾਰ ਜਾਫੀ ਮੇਰੇ ਵੀਰਿਓ ਰੌਂਤੇ ਦੇ ਆਓ ਜੀ ਸਨਮਾਨ ਲਓ ਜੀ ਵਰਿੰਦਰ ਕੁਮਾਰ ਜੀ ਲਓ ਸਾਹਮਣੇ ਦੇਖਦੇ ਹਾਂ ਮੁਕਾਬਲਾ ਸਖ਼ਤ ਹੈ ਪੁਆਇੰਟ ਜਿਹੜਾ ਉਹ ਰੇਡਰ ਦਾ ਪੁਆਇੰਟ ਜਿਹੜਾ ਰੇਡਰ ਦਾ ਮਾਲਵਾ ਕਬੱਡੀ ਕਲੱਬ ਮੋਗਾ ਮਾਲਵਾ ਕਬੱਡੀ ਕਲੱਬ ਮੋਗਾ ਤੇ ਅੰਬੀ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਆ ਅਗਲੇ ਮੈਚ ਲਈ ਆਪਣੀ ਤਿਆਰੀ ਰੱਖਣ ਦੂਜਾ ਮੈਚ ਹਰਜੀਤ ਫਰੈਂਡਸ ਕਬੱਡੀ ਕਲੱਬ ਪੱਤੋ ਹੀਰਾ ਸਿੰਘ ਤੇ ਯਾਦ ਕਬੱਡੀ ਕਲੱਬ ਘੱਲ ਕਲਾਂ ਲਓ ਸਾਹਮਣੇ ਪਾਈ ਹੋਈ ਰੇਡ ਭਿੱਖੀ ਦੀ ਟੀਮ ਦੀ ਮੁਟਿਆਰ ਅੱਗੇ ਨੂੰ ਵੱਧ ਚੁੱਕੀ ਹੈ ਚੌਂ ਸਟਾਪਰਾਂ ਦੇ ਵਿੱਚੋਂ ਦੇਖਦੇ ਹਾਂ ਵੀ ਵੱਧ ਕੇ ਕਿਹੜੀ ਸਟਾਪਰ ਦੇ ਨਾਲ ਮੁਕਾਬਲਾ ਹੋਵੇਗਾ ਇਹ ਸਮੇਂ ਦੀਆਂ ਬਾਤਾਂ ਨੇ ਕਿ ਹੱਟ ਕਬੱਡੀ ਬੰਨੇ ਆ ਵੀ ਹੱਟ ਕਬੱਡੀ ਬੰਨੇ ਖਾ ਖਾ ਦੁੱਧ ਮੱਖਣਾ ਦੇ ਪੇੜੇ ਪੀਤੇ ਦੁੱਧ ਦੇ ਛੰਨੇ ਆ ਹੱਟ ਕਬੱਡੀ ਬੰਨੇ ਆ ਵੀ ਹੱਟ ਕਬੱਡੀ ਬੰਨੇ ਗੁੱਟ ਨੂੰ ਫੜ ਕੇ ਮਾਰੀ ਹੋਈ ਕੈਂਚੀ ਦੇਖਦੇ ਵੀ ਮੁਕਾਬਲਾ ਜਿਹੜਾ ਸਖ਼ਤ ਹੈ ਪ੍ਰਗਟ ਢਿਲਮਾਂ ਦਾ ਫੈਸਲਾ ਦਿੰਦਾ ਵੀ ਪੁਆਇੰਟ ਜਿਹੜਾ ਜਾਫੀ ਦਾ ਭਾਨ ਸਿੰਘ ਜੀ ਜੱਸੀ ਪੇਦਨੀ ਉਹ ਵੀ ਸਪੈਸ਼ਲ ਤੌਰ 'ਤੇ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਜੱਸੀ ਪੇਦਨੀ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦਾ ਸਪੈਸ਼ਲ ਤੌਰ 'ਤੇ ਧੰਨਵਾਦ ਕੀਤਾ ਜਾਂਦਾ ਜੀ ਲਓ ਸਾਹਮਣੇ ਰੌਂਤੇ ਦੀ ਮੁਟਿਆਰ 6 ਨੰਬਰ ਕਿੱਟ ਦੇ ਵਿੱਚ ਪਾ ਕੇ ਰੇਡ ਆਪਣੀ ਟੀਮ ਲਈ ਇੱਕ ਹੋਰ ਅੰਕ ਦਾ ਵਾਧਾ ਕਰਦੀ ਆ ਪਾ ਵੀ ਭਿੱਖੀ ਵਾਲੀ ਇਹ ਮੁਟਿਆਰੇ ਚਾਰ ਮੁਟਿਆਰਾਂ ਤੇਰੀ ਉਡੀਕ ਕਰ ਰਹੀਆਂ ਮੈਚ ਸਮਾਪਤ ਆ ਜੀ ਮੈਚ ਸਮਾਪਤ ਆ ਜੀ ਹਾਂਜੀ ਅਗਲੀਆਂ ਟੀਮਾਂ ਨੂੰ ਬੋਲੋ ਜੀ ਮਾਲਵਾ ਕਬੱਡੀ ਕਲੱਬ ਮੋਗਾ ਤੇ ਅੰਬੀ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਮੈਦਾਨ 'ਚ ਆਉਣ ਦੋਨੋਂ ਟੀਮਾਂ ਆਪਣਾ ਦੋ 200 ਦਾ ਪ੍ਰਾਈਜ਼ ਸਾਡੇ ਤੋਂ ਆ ਕੇ ਲੈ ਜਾਣ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ ਸਵਰਨ ਸਿੰਘ ਜੀ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਔਰ ਅੱਜ ਦੇ ਇਸ ਕਬੱਡੀ ਕੱਪ ਦੇ ਉੱਤੇ ਜਿੱਥੇ ਵੱਖ ਵੱਖ ਟੀਮਾਂ ਨੇ ਆਪਣੇ ਜ਼ਹਿਰ ਦਿਖਾ ਦਿੱਤੇ ਉੱਥੇ ਮਾਣ ਸਨਮਾਨ ਜਿਹੜਾ ਕੀਤਾ ਗਿਆ ਸਿੰਘ ਸਭਾ ਭਲਾਈ ਬਾਬਾ ਸ਼ਾਹ ਉਹਨਾਂ ਨੂੰ ਬੇਨਤੀ ਆ ਸਮੁੱਚੀ ਟੀਮ ਨੂੰ ਜੱਗਾ ਰੇਡਰ ਦੀ ਸਮੁੱਚੀ ਟੀਮ ਨੂੰ ਬੇਨਤੀ ਆ ਵੀ ਬੈਸਟ ਰੇਡਰ ਜਾਫੀ ਕੱਢਣ ਲਈ ਆਪਣਾ ਪ੍ਰਬੰਧ ਕਰਨ ਜੀ ਜਸਵਿੰਦਰ ਆ 5 ਮਿੰਟ ਵਾਸਤੇ ਨਹੀਂ ਦੇ ਮੁੜ ਕੇ 5 ਮਿੰਟ ਬਾਅਦ ਅਸੀਂ ਚਲੇ ਜਾਣਾ ਛੁੱਟੀ ਕਰ ਦੇਣੀ ਆ ਹਾਂਜੀ ਪ੍ਰਧਾਨ ਜੀ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ 500 ਰੁਪਇਆ ਮੇਜਰ ਹਿੰਦੁਸਤਾਨੀ ਨੂੰ ਦਿੱਤਾ ਗਿਆ ਧੰਨਵਾਦ ਜੀ ਆਏ ਹੋਏ ਸਾਰੇ ਦਰਸ਼ਕ ਵੀਰਾਂ ਨੂੰ ਔਰ NRI ਵੀਰਾਂ ਨੂੰ ਫਤਿਹ ਅਰਜ਼ ਕਰਦੇ ਹਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਸਤਨਾਮ ਖਾਰਾ ਲਓ ਮੇਰੇ ਦਰਸ਼ਕ ਵੀਰੋ ਔਲਖਾ ਜ਼ਿਲ੍ਹਾ ਫਰੀਦਕੋਟ ਦੀ ਟੀਮ ਇੱਧਰ ਸਕੂਲ ਬੰਨੇ ਪਾਸੇ ਹੈ ਤੇ ਦੂਸਰੇ ਬੰਨੇ ਰੌਂਤੇ ਦੀ ਟੀਮ ਹੈ ਲਓ ਪਹਿਲੀ ਕਬੱਡੀ ਆ ਜਿਹੜੀ ਮੁਟਿਆਰ ਪਾਉਂਦੀ ਹੈ ਲਓ ਵੀਰਪਾਲ ਇਹ ਬੱਲੇ ਲਓ ਹੋਇਆ ਮੁਕਾਬਲਾ ਪਰ ਪੁਆਇੰਟ ਜਿਹੜਾ ਇਸਲੇ ਵੀਰਪਾਲ ਦੇ ਹਿੱਸੇ ਜੁੜਦਾ ਹੋਇਆ ਆ ਵੀ ਅਗਲੀ ਕਬੱਡੀ ਨੋਨਾ ਇਸ ਕੁੜੀ ਨੂੰ ਨੋਨਾ ਕਹਿੰਦੇ ਹੈ ਰੌਂਤੇ ਪਿੰਡ ਦੀ ਇਹ ਮੁਟਿਆਰ ਸਾਡਾ ਵੀਰ ਮੀਤਾ ਰੌਂਤੇ ਵਾਲਾ ਪ੍ਰਸਿੱਧ ਕਬੱਡੀ ਖਿਡਾਰੀ ਉਹਨਾਂ ਦੀ ਸ਼ਿਕਾਰੀ ਹੋਈ ਪੱਠੀ ਉਹਦੇ ਸਾਡੇ ਬਹੁਤ ਹੀ ਸਤਿਕਾਰਯੋਗ ਦਰਸ਼ਨ ਸਿੰਘ ਜੀ ਧਾਲੀਵਾਲ ਟੋਰਾਂਟੋ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਹੈ ਜਿਹੜੇ ਕਬੱਡੀ ਨੂੰ ਬੜਾ ਪਿਆਰ ਕਰਦੇ ਹੈ ਕੈਨੇਡਾ ਦੇ ਵਿੱਚ ਕਬੱਡੀ ਖਿਡਾਰੀਆਂ ਨੂੰ ਡਾਲਰਾਂ ਦੇ ਨਾਲ ਨਵਾਜਦੇ ਹੈ ਸਰਦਾਰ ਦਰਸ਼ਨ ਸਿੰਘ ਜੀ ਧਾਲੀਵਾਲ ਪਿੰਡ ਅਠੂਰ ਉਹਨਾਂ ਦਾ ਇੱਥੇ ਪੁੱਜਣ 'ਤੇ ਜੀਓ ਹੈ ਧੰਨਵਾਦ ਹਾਂਜੀ ਪ੍ਰਧਾਨ ਜੀ ਆਪਾਂ ਸਨਮਾਨ ਕਰਨਾ ਜਿਨ੍ਹਾਂ ਨੇ 1 ਲੱਖ ਰੁਪਏ ਦਾ ਪਹਿਲਾ ਨਾਮ ਦੇਣਾ ਅਤੇ ਦੂਸਰਾ ਨਾਮ 75,000 ਦਾ ਨਾਮ ਦੇਣਾ ਜਿਨ੍ਹਾਂ ਨੇ ਜੱਗੀ ਕੈਨੇਡਾ ਅਤੇ ਸੀਰਾ ਆਸਟ੍ਰੇਲੀਆ ਰਾਣਾ ਧਾਲੀਵਾਲ ਜੀ ਇਹ ਪਹਿਲੇ ਦੂਜੇ ਨਾਮ ਦੇਣੇ ਆ ਇਹਨਾਂ ਦਾ ਵੀ ਸਨਮਾਨ ਕਰਨਾ ਵਿਸ਼ੇਸ਼ ਤੌਰ 'ਤੇ ਹਾਂਜੀ ਸੈਕਟਰੀ ਸਾਹਿਬ ਜੀ ਮੱਖਣ ਬਰਾੜੀ ਦਾ ਸ਼ੇਅਰ ਸੁਣ ਚਾਹੁੰਦੇ ਹਾਂ
ਮੱਖਣ ਬਰਾੜ ਸਾਹਿਬ ਜੀ ਉਹ ਸ਼ੇਰ ਸੁਣਾਓ ਜੀ ਅਨਪੜ੍ਹ ਕੁੜੀ ਵਾਲਾ ਜੀ ਆਉਣ ਦੇ ਪਹਿਲਾਂ ਮੈਚ ਦੇਖਣ ਦੇ ਕਹਿੰਦਾ ਬਾਅਦ 'ਚ ਸੁਣਾਉਣੇ ਆਪਾਂ ਸਾਰੇ ਦੋ ਪੰਜ ਕੁ ਮਿੰਟ ਲਾਵਾਂਗੇ ਪੂਰਾ ਟਿਕਾ ਕੇ ਉਹਨਾਂ ਚਿਰ ਮੈਚ ਦਿਖਾਓ ਸ਼ਾਬਾਸ਼ ਆ ਵੀ ਜਗ੍ਹਾ ਰੇਡਰ ਕਰ ਲਓ ਤਿਆਰ ਬੰਦੇ ਬੈਸਟ ਰੇਡਰ ਜਾਫੀ ਕੱਢਣ ਲਈ 75 ਦੇ ਹਾਂ ਆਪੋ ਆਪਣੇ ਤਿਆਰੀ ਬੰਨੋ ਤੁਸੀਂ 75 ਵਾਲੀਆਂ ਟੀਮਾਂ ਗਰਾਊਂਡ 'ਚ ਪਹੁੰਚੋ ਜੀ ਆ ਹੁਣੇ ਹੁਣੇ ਰੌਲਾ ਪਿਆ ਸੀ ਖਿਡਾਰੀਆਂ ਦਾ ਉਹਨਾਂ 'ਤੇ ਮੈਂ ਦੋ ਕੁ ਲਾਈਨਾਂ ਲਿਖੀਆਂ ਬਾਕੀ ਪੂਰਾ ਕਰੂੰਗਾ ਮੈਂ ਸ਼ੇਰ ਉਹਦੀਆਂ ਮੈਂ ਲਾਈਨਾਂ ਲਿਖੀਆਂ ਸੀਗੀਆਂ ਕਹਿੰਦਾ ਵੀ ਸਹੁੰ ਖਾ ਗਿਆ ਧਰਤੀ ਦੀ ਵੇਖ ਰੇਡਰ ਕਹਿੰਦਾ ਮੇਰਾ ਉਸ ਜਾਫੀ ਨੂੰ ਟੱਚ ਹੋ ਗਿਆ ਅਤੇ ਜਾਫੀ ਖਾ ਗਿਆ ਧਰਤੀ ਸਮਾਨ ਦੀ ਸਹੁੰ ਕਹਿੰਦਾ ਮੇਰੇ ਵੀਰ ਨੂੰ ਐਵੇਂ ਹੀ ਸ਼ੱਕ ਹੋ ਗਿਆ ਸੋ ਇਹਨਾਂ ਦਾ ਆਪਦੀ ਰੌਲਾ ਪਤੰਦਰਾਂ ਦਾ ਐਂ ਪੈਂਦਾ ਰਹਿੰਦਾ ਉਹ ਕਹਿੰਦਾ ਮੇਰਾ ਟੱਚ ਹੋ ਗਿਆ ਕਹਿੰਦਾ ਨਹੀਂ ਹੋਇਆ ਉਹ ਵੀ ਸਹੁੰ ਖਾ ਜਾਂਦਾ ਉਹ ਵੀ ਖਾ ਜਾਂਦਾ ਹਾਂਜੀ ਬਰਾੜ ਸਾਹਿਬ ਜੀ ਸਰਦਾਰ ਤਰਸੇਮ ਸਿੰਘ ਜੀ ਵੱਲੋਂ 200 ਰੁਪਇਆ ਦੋਨੋਂ ਟੀਮਾਂ ਲਈ ਪਹੁੰਚਿਆ ਧੰਨਵਾਦ ਕਰਦੇ ਹਾਂ ਬਾਈ ਤਰਸੇਮ ਜੀ ਦਾ ਸਾਡੇ ਕਮਲਪ੍ਰੀਤ ਜੀ ਵੈਨਕੁਵਰ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਆ ਧੰਨਵਾਦ ਕਰਦੇ ਹਾਂ ਸਾਡੇ ਵੀਰਾਂ ਦਾ ਮਿੰਟੂ ਸਰਪੰਚ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਹੀ ਕਾਕਾ ਪ੍ਰਧਾਨ ਜੀ ਜਿਨ੍ਹਾਂ ਨੇ ਅੱਜ ਮੱਖਣ ਬਰਾੜ ਜੀ ਨੂੰ ਬੁਲਾ ਕੇ ਤੁਹਾਡੇ ਦਰਸ਼ਨ ਕਰਾਏ ਆ ਮੇਰੇ ਦਰਸ਼ਕੀਰੋ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਮਿੰਟੂ ਸਰਪੰਚ ਜੀ ਕਾਕਾ ਪ੍ਰਧਾਨ ਜੀ 75 ਕਿਲੋ ਦੀਆਂ ਟੀਮਾਂ ਜਲਦੀ ਪਹੁੰਚੋ ਜੀ ਗਰਾਊਂਡ 'ਚ ਮੈਚ ਖਤਮ ਹੋਣ ਵਾਲਾ ਅਸੀਂ ਵੇਟ ਨਹੀਂ ਕਰਨਾ 75 ਕਿਲੋ ਦੀਆਂ ਟੀਮਾਂ ਪਹੁੰਚੋ ਜੀ ਹਾਂਜੀ ਮੱਖਣ ਬਰਾੜ ਜੀ ਚੱਲ ਵੀ ਕੁੜੀਏ ਹੇ ਲੱਗਦਾ ਕਿ ਹਜੇ ਵਾਹ ਬਈ ਵਾਹ ਕਿੱਥੋਂ ਭੱਜ ਕੇ ਉਹਨੇ ਕੁੜੀ ਨੇ ਨਹੀਂ ਬਈ ਨਹੀਂ ਨਹੀਂ ਫਾਊਲ ਹੋ ਗਿਆ ਕਹਿੰਦੇ ਅਨਪੜ੍ਹ ਕੁੜੀ ਨੂੰ ਕਹਿਣਗੇ ਝਾਟਾ ਸਾਂਭ ਕੁੜੇ ਪੜ੍ਹੀ ਲਿਖੀ ਦੀ ਜ਼ੁਲਫ ਸਵਾਰੀ ਚੰਗੀ ਲੱਗਦੀ ਹੈ ਮਤਲਬ ਵੇਲੇ ਹੱਥ ਤਿਰੰਗਾ ਫੜ ਲੈਂਦੇ ਅਤੇ ਜਥੇਦਾਰ ਨੂੰ ਕਹਿੰਦੇ ਤੇਰੀ ਦਾੜੀ ਚੰਗੀ ਲੱਗਦੀ ਹੈ ਸਹੁੰ ਰੱਬ ਦੀ ਤੇਰੀ ਧੁੰਨੀ ਵਾਲੀ ਤਾਂ ਅਸੀਂ ਝਾਕੇ ਹੀ ਨਹੀਂ ਤੇਰੇ ਲੱਕ ਦੁਆਲੇ ਸਾੜੀ ਚੰਗੀ ਲੱਗਦੀ ਹੈ ਅਤੇ ਮੱਖਣ ਬਰਾੜ ਦੇ ਸ਼ੇਰਾਂ ਨੂੰ ਜਦ ਸੁਣ ਸੁਣ ਕੇ ਦਰਸ਼ਕ ਮਾਰਨ ਤਾੜੀ ਚੰਗੀ ਲੱਗਦੀ ਹੈ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਲੈਣ ਤੋਂ ਪਿੱਛੇ ਆਹ ਸਾਡੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਕਬੱਡੀ ਕੱਪ ਨੂੰ ਦਿਖਾ ਰਹੇ ਆ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਲਓ ਇੱਧਰ ਵੀਰਪਾਲ ਮੱਖਣ ਬਰਾੜ ਜੀ ਨੇ ਇੱਕ ਮੈਨੂੰ ਸ਼ੇਅਰ ਟਰਾਂਟੋ ਲਿਖ ਕੇ ਦਿੱਤਾ ਸੀ ਕਿ ਸਿਖਰ ਦੁਪਹਿਰੇ ਕੱਪੜੇ ਧੋਂਦੀ ਨਹੀਂ ਮੈਂ ਖਾਲੇ ਤੇ ਸਿਖਰ ਦੁਪਹਿਰੇ ਕੱਪੜੇ ਧੋਂਦੀ ਨਹੀਂ ਮੈਂ ਖਾਲੇ ਤੇ ਕਿ ਗੋਰੇ ਲੰਘੇ ਕਿੰਨੇ ਨਹੀਂ ਮੈਂ ਤਾਂ ਮਰ ਗਈ ਕਾਲੇ ਤੇ ਲਓ ਦੇਖੋ ਵਾਹ ਬਈ ਵਾਹ ਫੜਿਆ ਹੋਇਆ ਲਓ ਪੁਆਇੰਟ ਇਸ ਵੇਲੇ ਇਹ ਰੌਂਤੇ ਪਿੰਡ ਦੇ ਮੁਟਿਆਰਾਂ ਨੇ ਜੁੜਿਆ ਹੋਇਆ ਆਪਣੇ ਸਿਰ 'ਚ ਕਿ ਮੈਂ ਵੀ ਕਿਰਨ ਬੇਦੀ ਅਤੇ ਮਦਰ ਟਰੇਸਾ ਬਣ ਸਕਦੀ ਹਾਂ ਮੈਂ ਵੀ ਕਿਰਨ ਬੇਦੀ ਤੇ ਮਦਰ ਟਰੇਸਾ ਬਣ ਸਕਦੀ ਹਾਂ ਇਹ ਫੜਿਆ ਗੁੱਟ ਬਰਾੜ ਸਾਹਿਬ ਆ ਫੜਿਆ ਸੀ ਗੁੱਟ ਕਹਿੰਦੀ ਭੂਆ ਹੁਣ ਛੁੱਟ ਲਓ ਪੁਆਇੰਟ ਕਿਹੜਾ ਇਹ ਆ ਕੁੜੀ ਵੀਰਪਾਲ ਤੇ ਕਹਿੰਦੀ ਪੁੱਛਦੀ ਮੈਂ ਤੁਹਾਡਾ ਹਾਲ ਚਾਲ ਕਿੱਥੇ ਗਿਆ ਜ਼ਮਾਨਾ ਦੇਖ ਲਓ ਦੋਸਤੋ ਕਦੇ ਕੁੜੀਆਂ ਅੱਜ ਕੱਲ੍ਹ ਕਬੱਡੀ ਖੇਡਦੀਆਂ ਨੇ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਹੁਣ ਮੁੰਡਿਓ ਛੱਡ ਦਿਓ ਨਸ਼ੇ ਨੁਸ਼ੇ ਚੰਗੇ ਰਹੋਗੇ ਵਾਹ ਬਈ ਵਾਹ ਆਹ ਤਾਂ ਐਂ ਬਾਹਰ ਮਾਰੀ ਚਲਾ ਕੇ ਜਿਵੇਂ ਖੰਡ ਪਾਠ ਵਾਲੇ ਘਰੋਂ ਸ਼ਰਾਬੀ ਨੂੰ ਮਾਰਦੇ ਹੁੰਦੇ ਆ ਬੱਲੇ 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 ਮੇਰੇ ਵੀਰੋ ਮੱਖਣ ਬਰਾੜ ਇੱਕ ਉਹ ਹਸਤੀ ਹੈ ਟਰਾਂਟੋ ਦੇ ਬ੍ਰੈਂਪਟਨ ਸ਼ਹਿਰ ਵਿੱਚ ਵਸਦੇ ਹੈ ਬੱਲੇ 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 ਦਰਸ਼ਨ ਸਿੰਘ ਜੀ ਧਾਲੀਵਾਲ ਸਾਹਿਬ ਹਠੂਰ ਵਾਲੇ ਲਓ ਜੀ ਦੱਸੋ ਜੀ ਬਰਾੜ ਸਾਹਿਬ ਕੀ ਕਹਿ ਗਏ ਨੇ ਹਾਂਜੀ ਉਹ ਕਹਿੰਦੇ 500 ਰੁਪਇਆ ਦੇ ਗਿਆ ਮੈਨੂੰ ਕਹਿੰਦੇ ਵੀ ਤੁਸੀਂ ਆਪਦੇ ਹਿਸਾਬ ਨਾਲ ਵੰਡੀ ਜਾਇਓ ਕਿਹਨੂੰ ਕਿਹਨੂੰ ਦੇਣੇ ਆ ਆਹ ਲੈ ਕੁੜੀ ਨੂੰ 200 ਰੁਪਇਆ ਤਾਂ ਪਹਿਲਾਂ ਇਹਨੂੰ ਦੇ ਦਿੰਦੇ ਆਪਾਂ ਦਰਸ਼ਕ ਵੀਰੋ ਮੈਂ ਦੱਸਣਾ ਚਾਹੁੰਦਾ ਜੀ ਤੁਹਾਨੂੰ ਕਿ ਹਰੇਕ ਆ ਰੌਂਤੇ ਵਾਲੀਆਂ ਬੱਚੀਆਂ ਦੇ 200 ਰੁਪਇਆ ਕੌਣ ਆ ਵੀ ਤੁਹਾਡੇ ਕੋਚ ਸਾਹਿਬ ਸ਼ੌਦਰ ਨੇ ਠੀਕ ਹੈ ਹਾਂਜੀ 75 ਕਿਲੋ ਵਰਗ ਦੀਆਂ ਟੀਮਾਂ ਆਓ ਜੀ ਗਰਾਊਂਡ 'ਚ ਬੱਲੇ ਆਹਾ ਗੰਢੇ ਵਾਲੀਆਂ ਕਿਉਂ ਧਰੀਆਂ ਕਹਿੰਦੇ ਭੂਆ ਭਤੀਜੀ ਕਿਉਂ ਲੜੀਆਂ ਹੋ ਗਿਆ ਉਧਰ ਹਾਂਜੀ ਬਰਾੜ ਸਾਹਿਬ ਜੀ ਆਹ 201 ਜਾਫੀ ਨੂੰ ਵੀ ਦੇ ਦਿੰਦੇ ਹਾਂ ਜੀ ਆਹ ਜਿਹੜੀ ਕੁੜੀ ਨੇ ਜਾਫਾ ਲਾਇਆ ਸਰਦਾਰ ਕਮਲਜੀਤ ਸਿੰਘ ਜੀ SHO ਸਾਹਿਬ ਸਾਡੇ ਇਸ ਟੂਰਨਾਮੈਂਟ ਪਹੁੰਚੇ ਆ ਅਸੀਂ ਸਮੁੱਚੇ NRI ਵੀਰਾਂ ਵੱਲੋਂ ਸਮੁੱਚੀ ਗ੍ਰਾਮ ਪੰਚਾਇਤ ਔਰ ਸਾਡੇ ਪ੍ਰਧਾਨ ਬਾਈ ਕਾਕਾ ਜੀ ਔਰ ਮੈਂਟੂ ਵੀਰ ਜੀ ਵੱਲੋਂ ਜਿਉਂ ਆ ਆਖਦੇ ਹਾਂ ਸਰਦਾਰ ਕਮਲਜੀਤ ਸਿੰਘ ਜੀ SHO ਸਾਹਿਬ ਜਿਨ੍ਹਾਂ ਨੇ ਆ ਕੇ ਇੱਥੇ ਟੂਰਨਾਮੈਂਟ ਦੀ ਰੌਣਕ ਵਧਾਇਆ ਲਓ ਜੀ ਬਰਾੜ ਸਾਹਿਬ ਕਰੋ ਜੀ ਗੱਲ ਹਾਂ ਜੀ 75 ਕਿਲੋ ਦੀਆਂ ਟੀਮਾਂ ਵੀ ਆ ਗਈਆਂ ਨੇ ਐਂਟਰ ਹੋ ਗਈਆਂ ਇੱਕ ਟੀਮ ਤਾਂ ਆ ਗਈ ਸਾਡੇ ਕੋਲ ਰਾਣਾ ਕੈਨੇਡੀਅਨ ਤੇ ਮਨੀ ਟੱਲੇਵਾਲ ਵਾਲੀਆਂ ਜਿਹੜੀ ਕੁੜੀ ਨੇ ਜੱਫਾ ਲਾਇਆ ਸੀ ਉਹਦੇ ਵਾਸਤੇ 200 ਰੁਪਇਆ ਹੋਰ ਆ ਗਿਆ ਸਾਡੇ ਕੋਲ ਜੀ ਉਹ ਵੀ ਇੱਥੇ ਰੌਣਕ ਨੂੰ ਵਧਾ ਕੇ ਗਏ ਨੇ
ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਡਾਕਟਰ ਹਰਜੋਤ ਕਮਲ ਜੀ ਬਹੁਤ ਅੱਛਾ ਬਹੁਤ ਅੱਛੇ ਪੁਆਇੰਟ ਰੇਡਰ ਦਾ ਹਾਂਜੀ ਜੱਗੇ ਬੈਸਟ ਰੇਡਰ ਜਾਫੀ ਕੱਢਣੇ ਆ ਬਸ ਤੁਹਾਡੀ ਜ਼ਿੰਮੇਵਾਰੀ ਆ ਗੱਗੀ ਕੀ ਹਾਲ ਆ ਬਈ ਗੱਗੀ ਨੂੰ ਵੀ ਬੇਨਤੀ ਆ ਪਾਣੀ ਚਾਹੀਦਾ ਵੀ ਗਰਾਊਂਡ ਕਹਿੰਦੇ ਪਾਣੀ ਗੱਗੀ ਜਾਵੇ ਬੈਸਟ ਰੇਡਰ ਜਾਫੀ ਕੱਢਣੇ ਇਹਨਾਂ ਨੇ ਨੋਨਾ ਇਹ ਕੁੜੀ ਨੋਨਾ ਇਹ ਆ ਮਾਰਦੀ ਥਾਪੀਆਂ ਕਹਿੰਦੀ ਏ ਬੱਲੇ 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 ਲਓ ਜੀ ਮੇਰੇ ਖਿਆਲ 10 ਪੁਆਇੰਟ ਹੋ ਗਏ ਜੀ ਕਹਿੰਦੇ ਕਿ ਪਤਾ 50 ਪੈ ਤੋਂ ਲੱਗਦਾ ਕਿਹੜਾ ਰੇਡ ਬਰਾਬਰ ਕੱਢਦਾ ਲੱਗ ਜਾਂਦਾ ਪਤਾ ਫਰਦੇਸੀ ਘਿਓ ਵਿੱਚ ਖਾਧੀਆਂ ਚੂਰੀਆਂ ਦਾ ਯਾਰ ਉਹ ਕਿਹਨੇ ਪੀਤੀ ਤਿਉੜ ਕਿਹਨੇ ਦੁੱਧ ਚੁੰਘਿਆ ਬੂਰੀਆਂ ਦਾ ਯਾਰ ਉਹ ਕਿਹਨੇ ਪੀਤੀ ਤਿਉੜ ਕਿਹਨੇ ਦੁੱਧ ਚੁੰਘਿਆ ਬੂਰੀਆਂ ਦਾ ਆ ਸਾਡੇ ਐਡਮਿੰਟਨ ਤੋਂ ਵੀ ਪੁੱਜਿਆ ਕਈ ਦੇਖ ਕੇ ਆਪਾਂ ਆਪਣਾ ਟਾਈਮ ਦੇਖ ਲਿਓ ਜੀ ਔਰ USA ਤੋਂ ਸਾਡੇ NRI ਵੀਰ ਪੁੱਜਿਆ ਧੰਨਵਾਦ ਕਰਦੇ ਹਾਂ ਲਓ ਵੀਰਪਾਲ ਆਓ ਜਾਂਦੀ ਛੂਕ ਦੀ ਵੀਰਪਾਲ ਤੇ ਪੁਆਇੰਟ ਇਸ ਵੇਲੇ ਵੀਰਪਾਲ ਦੇ ਹਿੱਸੇ ਜੁੜਦਾ ਹੋਇਆ ਮੈਂ ਗੱਲ ਕਰ ਰਿਹਾ ਸੀ ਮੇਰੇ ਦਰਸ਼ਕ ਵੀਰੋ ਕਿ ਕਲੀਆਂ ਗਾਉਂਦੇ ਤਾਂ ਗਾਇਕ ਮੈਂ ਬਹੁਤ ਵੇਖੇ ਸੁੱਖਾ ਤਖਤੂਪੁਰਾ ਐਡਮਿੰਟਨ ਕਲੱਬ ਦੇ ਪ੍ਰਧਾਨ ਉਹ ਵੀ ਇੱਥੇ ਪਹੁੰਚ ਚੁੱਕੇ ਆ ਸੁੱਖਾ ਵੀਰ ਜੀ ਨੂੰ ਧੰਨਵਾਦ ਕਰਦੇ ਹਾਂ ਕਿ ਕਲੀਆਂ ਗਾਉਂਦੇ ਤਾਂ ਗਾਇਕ ਮੈਂ ਬਹੁਤ ਵੇਖੇ ਤੇ ਕਲੀ ਗਾਈ ਨਹੀਂ ਕਿਸੇ ਨੇ ਕਿਲਦੀ ਮਾਨ ਜਲਾਲ ਵਰਗੀ ਗੀਤਕਾਰ ਨੇ ਸੱਭਿਆ ਦੀ ਬੜੀ ਕਰਨ ਸੇਵਾ ਤੇ ਕਲਮ ਹੈ ਨਹੀਂ ਕਿਸੇ ਦੀ ਮੱਖਣ ਬਰਾੜ ਵਰਗੀ ਕਲਮ ਹੈ ਨਹੀਂ ਕਿਸੇ ਦੀ ਅਸੀਂ ਰਾਣਾ ਢਾਲੀਵਾਲ ਜਿਨ੍ਹਾਂ ਨੇ 1,00,000 ਰੁਪਏ ਦਾ ਫਸਟ ਇਨਾਮ ਦੇਣਾ ਉਹ ਐਡਮਿੰਟਨ ਅਲਵਾਡਾ ਸਪੋਰਟਸ ਕਲੱਬ ਵਾਲਿਆਂ ਦਾ ਸਨਮਾਨ ਕਰਨਾ ਤੇ ਨਾਲ ਹੀ ਜੱਗੀ ਕੈਨੇਡਾ ਤੇ ਜ਼ੀਰਾ ਆਸਟ੍ਰੇਲੀਆ ਉਹਨਾਂ ਦਾ ਵੀ ਸਨਮਾਨ ਕਰਨਾ ਜੀ ਆਹ ਮੈਚ ਤੋਂ ਬਾਅਦ 75 ਕਿਲੋ ਵਰਗ ਦੀਆਂ ਟੀਮਾਂ ਤਿਆਰ ਨੇ ਜੀ ਸਾਡੇ ਸੰਧੂ ਬ੍ਰਦਰ ਜਿਨ੍ਹਾਂ ਨੇ ਬਹੁਤ ਵਧੀਆ ਤੁਹਾਡੇ ਨਾਲ ਬੋਲ ਸਾਂਝੇ ਕੀਤੇ ਸਾਡੇ ਇਹਨਾਂ ਭਰਾਵਾਂ ਨੇ ਸਾਡੇ ਮੈਂਟੂ ਸਰਪੰਚ ਜੀ ਸਾਡੇ ਕਾਕਾ ਜੀ ਆਓ ਜੀ ਕਾਕਾ ਪ੍ਰਧਾਨ ਜੀ ਇਹ ਮਾਣ ਸਨਮਾਨ ਕੀਤਾ ਜਾ ਰਿਹਾ ਸਾਡੇ ਇਹਨਾਂ ਦੋਨੋਂ ਭਰਾਵਾਂ ਨੂੰ ਦੋਨੋਂ ਬ੍ਰਦਰਾਂ ਨੂੰ ਔਰ ਸਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੂਵ ਸਰੇ ਪਲੀਜ਼ ਗਰਾਊਂਡ 'ਚ ਲੈ ਕੇ ਆਉਣ ਜੀ ਸੰਨ 1998 ਦੇ ਵਿੱਚ ਮੇਰੇ ਦਰਸ਼ਕੀਰੋ ਪਹਿਲੀ ਵਾਰ ਬਾਬੇ ਗੁਰਦਾਸ ਮਾਨ ਨੇ ਮੱਖਣ ਬਰਾੜ ਜੀ ਦਾ ਗੀਤ ਗਾਇਆ ਆਪਣਾ ਪੰਜਾਬ ਹੋਵੇ ਤੇ ਘਰ ਦੀ ਸ਼ਰਾਬ ਹੋਵੇ ਪੂਰੀ ਦੁਨੀਆਂ ਦੇ ਵਿੱਚ ਧੁੰਮ ਪੈ ਗਈ ਫਿਰ ਮੇਰੇ ਵੀਰੋ ਲਾਭ ਹੀ ਰਹੇ ਨੇ ਮੁੰਡੇ ਕਬੱਡੀ ਖੇਡਣ ਵੀ ਖੇਡਣ ਵਿੱਚ ਖਾੜੇ ਆ ਕੇ ਚਿਹਰੇ ਦਗਦੇ ਸ਼ੇਰਾਂ ਦੇ ਰੱਖ ਦੇ ਡੋਲਾਂ ਨੂੰ ਲਿਸ਼ਕਾ ਕੇ ਲੜਕੀਆਂ ਦਾ ਮੈਚ ਸਮਾਪਤ ਆ ਇਸ ਤੋਂ ਬਾਅਦ 75 ਕਿਲੋ ਦਾ ਮੈਚ ਹੋਵੇਗਾ ਹੁਣ ਰਾਣਾ ਢਾਲੀਵਾਲ ਅਲਵਾਟਾ ਪੰਜਾਬੀ ਸਪੋਰਟਸ ਕਲੱਬ ਐਡਮਿੰਟਨ ਜਿਨ੍ਹਾਂ ਵੱਲੋਂ 1,00,000 ਰੁਪਏ ਦਾ ਇਨਾਮ ਦਿੱਤਾ ਜਾਣਾ ਪਹਿਲਾਂ ਉਹਨਾਂ ਦਾ ਸਨਮਾਨ ਹੋ ਰਿਹਾ ਤੇ ਨਾਲ ਹੀ ਪਰਮਿੰਦਰ ਸਿੰਘ ਜੀ ਪਟਵਾਰੀ ਸਾਹਿਬ ਜੋ ਲੜਕੀਆਂ ਜਗਰਾਜ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦਾ ਸਨਮਾਨ ਹੋਣਾ ਪਰਮਿੰਦਰ ਸਿੰਘ ਜੀ ਪਟਵਾਰੀ ਸਾਹਿਬ ਜੱਗੀ ਕੈਨੇਡਾ ਦੇ ਫਾਦਰ ਸਾਹਿਬ ਤੇ ਉੱਧਰ ਸੀਰਾ ਆਸਟ੍ਰੇਲੀਆ ਅਤੇ ਜੱਗੀ ਕੈਨੇਡਾ ਵੱਲੋਂ ਦੂਸਰਾ ਇਨਾਮ ਆ ਜਿਹੜਾ 75,000 ਦਾ ਉਹ ਦਿੱਤਾ ਜਾਣਾ ਉਹਨਾਂ ਦਾ ਸਨਮਾਨ ਹੋ ਰਿਹਾ ਜਗਰਾਜ ਸਿੰਘ ਜੀ ਨੰਬਰਦਾਰ ਸਾਹਿਬ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਨੇ ਪਰਮਿੰਦਰ ਸਿੰਘ ਜੀ ਪਟਵਾਰੀ ਸਾਹਿਬ ਪਹੁੰਚ ਚੁੱਕੇ ਨੇ ਸਨਮਾਨ ਕਰ ਰਹੀ ਆ ਸਮੁੱਚੀ ਟੂਰਨਾਮੈਂਟ ਕਮੇਟੀ ਤੇ NRI ਵੀਰ ਜੋ ਲੜਕੀਆਂ ਦਾ ਮੈਚ ਸੀਗਾ ਜੀ ਇੱਕ ਮਿੰਟ ਵੀਰ ਜੀ ਜੋ ਲੜਕੀਆਂ ਦਾ ਮੈਚ ਸੀਗਾ ਇਹਦੇ ਵਿੱਚ ਉਹ ਰੌਤਾ ਫਸਟ ਰਿਹਾ ਜੀ ਔਰ ਦੂਜੇ ਨੰਬਰ 'ਤੇ ਟੀਮ ਰਹੀ ਆ ਔਲਖ ਜਿਹੜਾ ਫਰੀ ਕੋਟ ਔਰ ਸਾਡੀ ਵੈਨਕੋਵਰ ਫੈਡਰੇਸ਼ਨ ਦੇ ਪ੍ਰਧਾਨ ਸੁੱਖ ਪਧੇਰ ਹੋਣਾ ਦੀ ਬਹੁਤ ਵੱਡੀ ਦੇਣ ਸੁੱਖ ਪਧੇਰ ਮੱਖਣ DP ਸਾਹਿਬ ਜੀ ਦਾ ਧੰਨਵਾਦ ਉਹੀ ਗੱਲ ਜੋ ਦੂਜੇ 'ਤੇ ਹੁੰਦੀ ਆ ਹੋਰ ਹੋ ਜਾਂਦੀ ਹੈ ਸਭ ਐਪ ਪਛਾਣਨ ਲੋਕਾਂ ਦੇ ਤੇ ਆਪਣੇ ਐਪ ਲੁਕਾਉਂਦੇ ਆ ਕੋਈ ਰੋਂਦਾ ਨਹੀਂ ਬਗਾਨਿਆਂ ਨੂੰ ਸਭ ਆਪਣਿਆਂ ਨੂੰ ਰੋਂਦੇ ਆ ਧੀ ਨਿਕਲੇ ਜਦੋਂ ਗਵਾਂਢੀ ਦੀ ਆਖਣਗੇ ਪੰਡ ਸੀ ਪਾਪਾਂ ਦੀ ਧੀ ਨਿਕਲੇ ਜਦੋਂ ਗਵਾਂਢੀ ਦੀ ਆਖਣਗੇ ਪੰਡ ਸੀ ਪਾਪਾਂ ਦੇ ਆ ਬੈਲਟ ਲਾ ਲਈ ਮੱਖਣ ਬਰਾੜਾ ਫਿਰ ਲੋੜ ਪਈ ਤੋਂ ਗਧੇ ਨੂੰ ਬਾਪ ਬਣਾਉਂਦੇ ਆ ਕੋਈ ਰੋਂਦਾ ਨਹੀਂ ਬਗਾਨਿਆਂ ਨੂੰ ਸਭ ਆਪਣਿਆਂ ਨੂੰ ਰੋਂਦੇ ਆ ਲਓ ਬਾਈ ਜੇ ਮੇਰੇ ਸ਼ੇਰ ਚੰਗੇ ਲੱਗੇ ਤਾਂ ਇੱਕ ਵਾਰੀ ਤਾੜੀ ਮਾਰ ਦਿਓ ਫਿਰ ਮੈਂ ਪੈਸੇ ਲੈਣੇ ਨੇ ਤਾਂ ਨਹੀਂ ਲੈਣੇਗੇ ਤਾੜੀ ਮਾਰ ਕੇ ਦੱਸ ਦਿਓ ਸ਼ਾਬਾਸ਼ ਸਾਹਿਬ ਬਹੁਤ ਧੰਨਵਾਦ ਜੀ ਪਟਵਾਰੀ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਸਾਡੇ SHO ਸਾਹਿਬ ਔਰ ਨਾਲ ਉਹਨਾਂ ਦੇ ਸਾਡੇ ਕਮਲਪ੍ਰੀਤ ਸਿੰਘ ਜੀ ਬਹੁਤ ਹੀ ਸਤਿਕਾਰ ਦੇ ਯੋਗ ਜੱਗੀ ਧਾਲੀਵਾਲ ਜੀ ਕੈਨੇਡਾ ਅੱਜ ਦੇ ਇਸ ਮੈਦਾਨ ਦੇ ਵਿੱਚੋਂ ਜਿੱਥੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਮਨਜਿੰਦਰ ਸਿੰਘ ਆਸਟ੍ਰੇਲੀਆ ਜਿਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਹੋਵੇਗਾ ਆਸਟ੍ਰੇਲੀਆ ਦੀ ਧਰਤੀ ਤੇ ਰਹਿਣ ਬਸੇਰੇ ਨੇ ਸਰਦਾਰ ਮਨਜਿੰਦਰ ਸਿੰਘ ਜੀ ਹੋਰੀ ਔਰ ਉਧਰਲੇ ਪਾਸੇ ਮਾਨ ਤੇ ਸਤਿਕਾਰ ਦੇ ਯੋਗ ਸੀਰਾ ਆਸਟ੍ਰੇਲੀਆ ਜੀ ਉਹਨਾਂ ਦੇ ਜਿਵੇਂ ਕਹਿੰਦੇ ਨੇ ਜੀਜਾ ਜੀ ਨੇ ਸੀਰਾ ਆਸਟ੍ਰੇਲੀਆ ਦੇ ਜੀਜਾ ਜੀ ਉਹਨਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਅੱਜ ਇਹਨਾਂ ਮੈਦਾਨਾਂ ਦੇ ਵਿੱਚੋਂ ਬਾਬਾ ਬੁੱਢਾ ਜੀ
ਖੇਡ ਮੇਲਾ ਅਤੇ ਕਬੱਡੀ ਕੱਪ ਸੋ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਕਿਰਨ ਦੀ ਮਿੰਟੂ ਸਰਪੰਚ ਹੋਰਾਂ ਦੇ ਜਿਵੇਂ ਕਹਿੰਦੇ ਨੇ ਪਿਆਰ ਸਤਿਕਾਰ ਅੱਜ ਇਸ ਮੈਦਾਨ ਦੇ ਵਿੱਚੋਂ ਦਿਖਾਉਂਦੇ ਹੋਏ ਲੜਕੀਆਂ ਨੂੰ ਵੀ ਇਨਾਮ ਦੇਣਾ ਗਾ ਪਰਮਜੀਤ ਸਿੰਘ ਜੀ ਕੈਨੇਡੀਅਨ ਉਹਨਾਂ ਵੱਲੋਂ ਇਨਾਮ ਦਿੱਤੇ ਜਾਣੇ ਨੇ ਉਹ ਵੀ ਪਹੁੰਚ ਚੁੱਕੇ ਨੇ ਲੜਕੀਆਂ ਵੀ ਇੱਥੇ ਰਹਿਣ ਫਸਟ ਸੈਕਿੰਡ ਦੇ ਨਾਮ ਲੜਕੀਆਂ ਨੂੰ ਦਿੱਤੇ ਜਾਣੇ ਨੇ ਮੈਂ ਬੇਨਤੀ ਕਰਦਾ ਵੀ ਸਾਰੇ ਦਰਸ਼ਕ ਵੀਰ ਮੱਖਣ ਬਰਾੜ ਜੀ ਦੇ ਸ਼ੇਰਾਂ ਦੇ ਬੜੇ ਫੈਨ ਹੋਏ ਆ ਇੱਕ ਮਿੰਟ ਜੀ ਮੱਖਣ ਬਰਾੜ ਦੇ ਔਲਖ ਦੀ ਟੀਮ ਜਿਹੜੀ ਸੈਕਿੰਡ ਅੱਜ ਦੇ ਇਸ ਬਾਬਾ ਬੁੱਢਾ ਜੀ ਕਬੱਡੀ ਕੱਪ ਸੋ ਜਵਿੰਦਰ ਸਿੰਘ ਕਾਕਾ ਮਿੰਟੂ ਹੋਰਾਂ ਤੋਂ ਪੁੱਛਿਆ ਵੀ ਬਾਈ ਜੀ ਇਹ ਕਿੰਨਵਾਂ ਖੇਡ ਮੇਲਾ ਹੈ ਸੋ ਉਹਨਾਂ ਨੇ ਕਿਹਾ ਵੀ ਸਾਡੀ ਸੁਰ ਤੋਂ ਤਾਂ ਪਹਿਲਾਂ ਦਾ ਕੰਮ ਚੱਲਿਆ ਆ ਰਿਹਾ ਹੈ ਅਣਗਿਣਤਮਾ ਇਹ ਖੇਡ ਮੇਲਾ ਔਰ ਮੇਰੇ ਵੀਰੋ ਬਾਬਾ ਬੁੱਢਾ ਜੀ ਯਾਦਗਾਰੀ ਕਬੱਡੀ ਕੱਪ ਦੇ ਉੱਤੇ ਰੌਂਤੇ ਦੀ ਟੀਮ ਨੇ ਬਹੁਤ ਹੀ ਤਕੜਾ ਕਾਰਗੁਜ਼ਾਰੀ ਬੜੀ ਤਕੜੀ ਭੂਮਿਕਾ ਦਾ ਕੀਤੀ ਹਾਂਜੀ ਅਸੀਂ ਇਸ ਵਾਰ ਖੋਜ ਕੀਤੀ ਆ ਇਹ ਟੂਰਨਾਮੈਂਟ ਦੀ 1952 ਤੋਂ ਲਗਾਤਾਰ ਟੂਰਨਾਮੈਂਟ ਕੀ ਬਾਤ ਆ ਨੇ ਤਾੜੀਆਂ ਮਾਰ ਦੋ ਜੀ ਕਹਿੰਦੇ ਨੇ ਆਜ਼ਾਦੀ ਤੋਂ ਸਿਰਫ 5 ਸਾਲ ਬਾਅਦ ਦਾ ਜਿਹੜਾ ਸਟਾਰਟ ਹੈ ਖੇਡ ਮੇਲਾ ਔਰ 1947 ਦੇ ਵਿੱਚ ਹਿੰਦੁਸਤਾਨ ਆਜ਼ਾਦ ਹੋਇਆ 1947 ਤੋਂ ਬਾਅਦ 5 ਸਾਲ ਇਹਨਾਂ ਨੇ ਚੁੱਪ ਵੱਟੀ ਰੱਖੀ ਔਰ 5 ਸਾਲਾਂ ਬਾਅਦ ਜਿਹੜਾ ਆਗਾਜ਼ ਕਰ ਦਿੱਤਾ ਖੇਡ ਮੇਲੇ ਦਾ ਔਰ ਲਗਾਤਾਰ ਉਹ ਜਿਹੜਾ ਖੇਡ ਮੇਲਾ ਚੱਲਦਾ ਆ ਰਿਹਾ ਉਧਰਲੇ ਪਾਸੇ ਸੈਕੰਡਰੀ ਟੀਮ ਜਿਹੜੀ ਔਲਖ ਪਿੰਡ ਦੀ ਉਹਦਾ ਮਾਣ ਸਨਮਾਨ ਕਰ ਰਹੇ ਨੇ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਪਤਵੰਤੇ ਸੱਜਣ ਮਾਣਯੋਗ ਸਰਦਾਰ ਕਮਲਜੀਤ ਸਿੰਘ ਜੀ ਧਾਲੀਵਾਲ ਸਾਹਿਬ ਐਸ ਮਾਣਯੋਗ ਸਰਦਾਰ ਕਮਲਜੀਤ ਸਿੰਘ ਜੀ ਗਿੱਲ SHO ਸਾਹਿਬ ਜਿਹੜੇ ਸ਼ੁਭ ਹਾਤਾਂ ਦੇ ਨਾਲ ਸੋ ਜਿਵੇਂ ਕਹਿੰਦੇ ਨੇ ਮਾਈਕ ਦੇ ਉੱਤੋਂ ਬੋਲ ਬੋਲਦੇ ਸਨ ਉਧਰ ਮੰਚ ਸੰਚਾਲਕ ਨੇ ਦੱਸਿਆ ਸੀ ਕਿ SHO ਸਾਹਿਬ ਨੇ ਜਦੋਂ ਦਾ ਇੱਧਰਲੇ ਇਲਾਕੇ ਦੇ ਵਿੱਚ ਚਾਰਜ ਸੰਭਾਲਿਆ ਨਸ਼ਾ ਬਿਲਕੁਲ ਘਟ ਗਿਆ ਸੋ ਸਤਿਕਾਰ ਸਹਿਤ ਸਾਡਾ ਸਿਰ ਝੁੱਕ ਜਾਂਦਾ ਅਲਬਲਟਾ ਪੰਜਾਬੀ ਸਪੋਰਟਸ ਕਲੱਬ ਐਡਮਿੰਟਨ ਦਾ ਜਿਹੜਾ ਵਿਸ਼ੇਸ਼ ਤੌਰ ਤੇ ਰਾਣਾ ਜੀ ਧਾਲੀਵਾਲ ਹੋਰੀ ਸਨਮਾਨ ਪ੍ਰਾਪਤ ਕਰ ਰਹੇ ਨੇ ਮੰਨਾ ਇਲੈਕਟ੍ਰੀਸ਼ੀਅਨ ਮੰਨਾ ਉਹ ਲਾਈਟਾਂ ਥੋੜਾ ਜਿਹਾ ਮੇਰੇ ਖਿਆਲ ਹੋ ਜਾਣਾ ਇਲੈਕਟ੍ਰੀਸ਼ੀਅਨ ਮੰਨਾ ਮਾਨਯੋਗ ਧਿਆਨ ਮਾਰੇ ਬਈ ਦਰਸ਼ਨ ਸਿੰਘ ਜੀ ਧਾਲੀਵਾਲ ਸਾਹਿਬ ਉਹ ਬੱਚਿਆਂ ਨੂੰ ਬੇਨਤੀ ਆ ਵੀ ਲਾਈਟਾਂ ਦੇ ਥੱਲੇ ਪਾਸੇ ਹੋ ਜਾਓ ਦਰਸ਼ਨ ਸਿੰਘ ਜੀ ਧਾਲੀਵਾਲ ਸਾਹਿਬ ਬੱਚਿਆਂ ਨੂੰ ਬੇਨਤੀ ਆ ਲਾਈਟਾਂ ਦੇ ਥੱਲੇ ਪਾਸੇ ਹੋ ਜਾਓ ਅਠੂਰ ਦੀ ਧਰਤੀ ਦੇ ਨੇ ਅਠੂਰ ਦੇ ਵਿੱਚੋਂ ਰਹਿਣ ਬਸੇਰੇ ਐਡਮਿੰਟਨ ਦੇ ਵਿੱਚ ਜਾ ਕੇ ਇੱਥੇ ਸਤਿਕਾਰ ਕਰਦੇ ਬੱਚਿਆਂ ਨੂੰ ਆ ਮੰਨਾ ਇਲੈਕਟ੍ਰੀਸ਼ੀਅਨ ਲਾਈਟਾਂ ਮੇਲੇ ਧਿਆਨ ਮਾਰੇ ਬਾਈ ਕਿਰਨਦੀਪ ਮਿੰਟੂ ਜੀ ਗਰਾਊਂਡ ਦੇ ਵਿੱਚ ਆ ਜਾਣ ਬਾਈ ਕਿਰਨਦੀਪ ਮਿੰਟੂ ਜੀ ਰਿਕੁਐਸਟ ਹੈ ਲੜਕੀ ਜਿਹੜੀ ਕਿਤਾਬਾਂ ਵੇਚ ਰਹੀ ਆ ਸਟੇਜ ਦੇ ਮੂਹਰਲੇ ਪਾਸੇ ਆ ਜਾਵੇ ਮਾਨਯੋਗ ਸਰਦਾਰ ਦਰਸ਼ਨ ਸਿੰਘ ਜੀ ਧਾਲੀਵਾਲ ਸਾਹਿਬ 7 ਫਰਵਰੀ ਨੂੰ ਸੋ ਜਦੋਂ ਕਹਿੰਦੇ ਨੇ ਵੀ ਬਹੁਤ ਸਤਿਕਾਰ ਦਿੱਤਾ ਬੜਾ ਪਿਆਰ ਦਿੱਤਾ ਦਰਸ਼ਨ ਸਿੰਘ ਜੀ ਧਾਲੀਵਾਲ ਹੋਰਾਂ ਨੇ ਅਠੂਰ ਦੇ ਵਿੱਚ ਅੱਜ ਉਸ ਤੋਂ ਬਾਅਦ ਕਹਿੰਦੇ ਵੈਨਕੂਵਰ ਦੇ ਜਾਂ ਟੋਰਾਂਟੋ ਜਾਂਦੇ ਆ ਤੇ ਡਾਲਰਾਂ ਦੇ ਨਾਲ ਮਾਣ ਸਨਮਾਨ ਕਰਦੇ ਆ ਦਰਸ਼ਨ ਸਿੰਘ ਜੀ ਧਾਲੀਵਾਲ ਸਾਹਿਬ ਅਠੂਰ ਵਾਲੇ ਮੇਰੇ ਵੀਰੋ ਖੇਡ ਪ੍ਰਮੋਟਰ ਦੇ ਨਾਂ ਤੇ ਜਾਣੇ ਜਾਂਦੇ ਇਸ ਕਬੱਡੀ ਕੱਪ ਦੇ ਵਿੱਚ 1 ਲੱਖ ਰੁਪਈਆ ਦਾ ਵੱਡਾ ਯੋਗਦਾਨ ਪਾਇਆ ਧਾਲੀਵਾਲ ਸਾਹਿਬ ਨੇ ਤਾੜੀਆਂ ਮਾਰ ਦੋ ਜੀ ਇਹਨਾਂ ਦੇ ਨਾਂ ਦੀਆਂ ਸੋ ਧਾਲੀਵਾਲ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਗੁਰਲਾਲ ਗਿੱਲ ਮਾਨੂਕੇ ਬ੍ਰਦਰ ਟਰੈਕਿੰਗ ਵਾਲੇ ਭੀਮ ਹੋਰੀ ਸੁਖਦੀਪ ਹੋਰੀ ਮੋਹਰ ਸਿੰਘ ਜੀ ਦੇ ਪੁੱਤਰ ਨੇ ਗੁਰਲਾਲ ਹੋਰੀ ਇਹਨਾਂ ਦਾ ਜਿੱਥੇ ਕੈਲਗਰੀ ਦੇ ਵਿੱਚ ਟਰੱਕਾਂ ਦਾ ਵੱਡਾ ਬਿਜ਼ਨਸ ਹੈ ਉੱਥੇ ਮੇਰੇ ਜੋ ਮੇਜਰ ਬਰਾੜ ਭਲੂਰ ਵਾਲੇ ਦੇ ਨਾਲ ਸੋ ਜਲੰਧਰ ਸਿੱਧੂ ਹੋਰਾਂ ਦੇ ਨਾਲ ਭਾਈਆਂ ਵਾਲਾ ਪਿਆਰ ਹੈ ਔਰ ਭਾਈਆਂ ਵਾਲਾ ਪਿਆਰ ਨਿਭਾਉਣ ਦੇ ਲਈ ਅੱਜ ਮਿੰਟੂ ਵੀਰ ਜੀ ਦੇ ਪਿੰਡ ਉਹਨਾਂ ਦਾ ਸਤਿਕਾਰ ਕਰਨ ਦੇ ਲਈ ਪੁੱਜੇ ਨੇ ਗੁਰਲਾਲ ਸਿੰਘ ਮਾਨੂਕੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਉਧਰ ਨਿਸ਼ਾਨ ਸਿੰਘ ਭੰਮੀਪੁਰਾ ਭੰਮੀਪੁਰੇ ਦੇ ਜਿਵੇਂ ਕਹਿੰਦੇ ਨੇ ਵੀ ਨੌਜਵਾਨ ਜੋ ਪੁੱਜੇ ਨੇ ਨਿਸ਼ਾਨ ਦੇ ਸਾਥੀ ਉਹ ਸਨਮਾਨ ਪ੍ਰਾਪਤ ਕਰਨ ਨਿਸ਼ਾਨ ਭੰਮੀਪੁਰਾ ਔਰ ਜਿਵੇਂ ਕਹਿੰਦੇ ਨੇ ਮਿੱਕਾ USA ਨਿਸ਼ਾਨ ਭੰਮੀਪੁਰਾ ਮਿੱਕਾ USA ਰਿੰਕੂ ਬੀਲੇ ਦੇ ਜੁੰਡੀ ਦੇ ਯਾਰ ਨੇ ਵੱਡਾ ਯੋਗਦਾਨ ਅਦਾ ਕੀਤਾ ਉਹਨਾਂ ਨੇ ਇਸ ਕਬੱਡੀ ਦੇ ਟੂਰਨਾਮੈਂਟ ਦੇ ਵਿੱਚ ਉਹਨਾਂ ਮੇਜਰ ਭਲੂਰ ਜੀ ਉਹਨਾਂ ਦੇ ਵੱਲੋਂ 1 ਲੱਖ ਰੁਪਈਏ ਦਾ ਵੱਡਾ ਯੋਗਦਾਨ ਅਦਾ ਕੀਤਾ ਗਿਆ ਸਰਦਾਰ ਮੇਜਰ ਬਰਾੜ ਭਲੂਰ ਦੀ ਧਰਤੀ ਦੇ ਨੇ ਉਹਨਾਂ ਦਾ ਜਿਹੜਾ ਸਨਮਾਨ ਅੱਜ ਗੁਰਲਾਲ ਮਾਨੂਕੇ ਪ੍ਰਾਪਤ ਕਰ ਰਹੇ ਨੇ ਉਸ ਤੋਂ ਬਾਅਦ ਨਿਸ਼ਾਨ ਸਿੰਘ ਭੰਮੀਪੁਰਾ ਉਹਦੇ ਸਾਥੀ ਇੱਥੇ ਪੁੱਜੇ ਨੇ ਬੇਨਤੀ ਕਰਾਂਗਾ ਸਤਿਕਾਰ ਸਹਿਤ ਵੀ ਆਪਣੇ ਮਾਣ ਸਨਮਾਨ ਭੰਮੀਪੁਰਾ ਪਿੰਡ ਨਿਸ਼ਾਨ ਸਿੰਘ ਹੋ ਕੇ ਖੇਡ ਪ੍ਰਮੋਟਰਾਂ ਦੇ ਵਿੱਚੋਂ ਵੱਡਾ ਨਾਮ ਹੈ ਜਿੱਥੇ ਰਿੰਕੂ ਬੀਲਾ ਦੇ ਨਾਲ ਮਿੰਟੂ ਬੀਲਾ ਦੇ ਨਾਲ ਭਾਈਆਂ ਵਾਲਾ ਪਿਆਰ ਹੈ ਉੱਥੇ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਵੱਡਾ ਯੋਗਦਾਨ ਅਦਾ ਕੀਤਾ ਉਹਨਾਂ ਨੇ ਮੈਦਾਨਾਂ ਦੇ ਵਿੱਚ ਉਸ ਤੋਂ ਬਾਅਦ ਮੱਖਣ ਸਿੰਘ ਮੱਖਣ ਬਰਾੜ ਜੀ ਹੋਗੇ ਗੀਤਕਾਰ ਉਹਨਾਂ ਦਾ ਵੀ ਜਿਹੜਾ ਸਨਮਾਨ ਹੋਵੇਗਾ ਮੱਖਣ ਬਰਾੜ ਜੀ ਹੋਗੇ ਗੀਤਕਾਰ
ਬਾਬਾ ਬੁੱਢਾ ਜੀ ਸਪੋਰਟਸ ਕਲੱਬ ਟੂਰਨਾਮੈਂਟ ਕਮੇਟੀ SHO ਕਮਲਜੀਤ ਸਿੰਘ ਜੀ ਗਿੱਲ ਟੱਲੇਵਾਲ ਸਾਹਿਬ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਕਰਨ ਜਾ ਰਹੀ ਹੈ ਕਿ ਮਿੱਤਰਾਂ ਦੀ ਨੂਨ ਦੀ ਡਲੀ ਇੱਕ ਮਿਸ਼ਰੀ ਬਰਾਬਰ ਸਮਝਿਓ। ਅੱਜ ਦੇ ਇਸ ਮੈਦਾਨ ਦੇ ਵਿੱਚ ਮਾਣਯੋਗ ਕਮਲਜੀਤ ਸਿੰਘ ਜੀ ਗਿੱਲ SHO ਟੱਲੇਵਾਲ ਉਹਦਾ ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸਤਿਕਾਰ ਸਹਿਤ ਧੰਨਵਾਦ ਹੈ। ਪਰਮਿੰਦਰ ਸਿੰਘ ਪਟਵਾਰੀ ਉਹ ਆਪਣਾ ਸਨਮਾਨ ਪ੍ਰਾਪਤ ਕਰੇ ਜੱਗੀ ਧਾਲੀਵਾਲ ਦੇ ਜੋ ਪਾਪਾ ਜੀ ਨੇ ਕੀਪਾ ਬਾਕਸਰ ਸੰਗਰੂਰ ਤੋਂ ਜਿਹੜਾ ਉਹ ਆਪਣਾ ਮਾਨ ਸਨਮਾਨ ਪ੍ਰਾਪਤ ਕਰੇ ਕੀਪਾ ਬਾਕਸਰ ਸੰਗਰੂਰ ਤੋਂ। ਬੱਬੂ ਸਿੱਧੂ ਜੀ ਦਾ ਸਨਮਾਨ ਪ੍ਰਾਪਤ ਕਰੋ ਜੀ ਬੱਬੂ ਸਿੱਧੂ ਜੀ ਦਾ ਕੀਪਾ ਬਾਕਸਰ ਜਸਵੰਤ ਖੜਕ ਦੇ ਭਾਂਜਾ ਹਰਦੀਪ ਪਰਮਿੰਦਰ ਸਿੰਘ ਪਟਵਾਰੀ ਜੱਗੀ ਦੇ ਪਾਪਾ ਜੀ ਪ੍ਰਾਪਤ ਕਰਨ ਪ੍ਰਾਈਜ਼ ਮਾਇਕ ਤੇ ਬਿੱਟੂ ਜੀ ਕਰੂੰਗਾ ਜੀ ਪਹਿਲਾਂ ਨੂੰ ਕਿ ਮੈਚ ਦਾ ਸ਼ੁਰੂ ਕੀਤਾ ਜਾਵੇ ਜੀ।